ਸਰਦਾਰਾ ਸਿੰਘ ਜੌਲ ਦੀ ਪੁਸਤਕ ਰੰਗਾਂ ਦੀ ਗਾਗਰ ਦਾ ਅਗਲਾ ਲੇਖ ਹੈ ਸਮਾਜਵਾਦੀ ਦੇਸ਼ਾਂ ਬਾਰੇ। ਮੈਂ ਸੋਵੀਅਤ ਯੂਨੀਅਨ ਨੂੰ 1970, 1985, 1989 ਅਤੇ 1991 'ਚ ਵੇਖਿਆ। ਚੀਨ ਮੈਂ 1986 ਅਤੇ 1996 'ਚ ਗਿਆ ਅਤੇ ਕਿਊਬਾ 1984 'ਚ। ਇਸ ਤਰ੍ਹਾਂ ਤਿੰਨਾਂ ਹੀ ਸਿਰ ਕੱਢ ਸਮਾਜਵਾਦੀ ਦੇਸ਼ਾਂ ਦੇ ਵਾਤਾਵਰਣ ਨੂੰ ਨਿੱਜੀ ਤੌਰ 'ਤੇ ਨੇੜਿਓਂ ਹੋ ਕੇ ਵੇਖਿਆ। ਇਹ ਮੇਰੀ ਸਮਾਜਵਾਦ 'ਤੇ ਟਿੱਪਣੀ ਨਹੀਂ, ਸਿਰਫ ਨਿੱਜੀ ਅਨੁਭਵ ਹੈ। 1970 ਵਿੱਚ ਜਦ ਮੈਂ ਸੋਵੀਅਤ ਯੂਨੀਅਨ ਗਿਆ ਤਾਂ ਇਸ ਦੇਸ਼ ਦਾ ਮਾਣ ਦੁਨੀਆ 'ਚ ਸਿਖਰਾਂ 'ਤੇ ਸੀ। ਦਿੱਲੀ ਤੋਂ ਹੀ ਸਾਰੇ ਖਰਚੇ ਦੇ ਕੇ ਇਨ ਟੂਰਿਸਟ ਦੇ ਕੂਪਨ ਮਿਲਦੇ ਸਨ। ਮੇਰੇ ਟਰੈਵਲ ਏਜੰਟ ਨੇ ਮੈਨੂੰ ਬਗੈਰ ਪੈਸੇ ਲਿਆ ਤਕਰੀਬਨ $300 ਦੇ ਕੂਪਨ ਦੇ ਦਿੱਤੇ ਅਤੇ ਨਾਲ ਚਿੱਠੀ ਦਿੱਤੀ ਕਿ ਇਹਦੇ ਪੈਸੇ ਸੋਵੀਅਤ ਦੇਸ਼ ਜਾ ਕੇ ਮਾਸਕੋ ਦੇ ਦੇਣਾ। ਮੈਂ ਮਾਸਕੋ ਅਤੇ ਮਿਨਸਕ ਅਤੇ ਲੈਨਿਨ ਗ੍ਰਾਦ ਵਿੱਚ ਤਕਰੀਬਨ 1 ਮਹੀਨਾ ਰਿਹਾ। ਇਹਨਾਂ ਕੂਪਨਾਂ 'ਤੇ ਖਾਣਾ ਖਾਂਦਾ ਰਿਹਾ ਅਤੇ ਕੂਪਨ ਦੀ ਕੀਮਤ ਵੱਧ ਹੋਣ 'ਤੇ ਹਰ ਖਾਣੇ ਨਾਲ ਕੁਝ ਪੈਸੇ ਵਾਪਸ ਵੀ ਮਿਲ ਜਾਂਦੇ ਸਨ ਰੂਬਲਾਂ ਵਿੱਚ, ਜਿਸ ਨਾਲ ਮਾੜੀਆਂ ਮੋਟੀਆਂ ਚੀਜ਼ਾਂ ਵੀ ਖਰੀਦੀਆਂ ਗਈਆਂ। ਮੈਂ ਮਾਸਕੋ ਅਤੇ ਮਿਨਸਕ ਵਿੱਚ ਪੂਰੀ ਵਾਹ ਲਾ ਲਈ ਕਿ ਕਿਸੇ ਨੇ ਮੇਰੇ ਤੋਂ ਪੈਸੇ ਹੀ ਨਾ ਲਏ। ਜਦ ਸਾਰਾ ਦੌਰਾ ਖਤਮ ਕਰਕੇ ਮੈਂ ਲੈਨਿਨਗ੍ਰਾਦ ਤੋਂ ਜਾਣ ਲੱਗਾ ਤਾਂ ਬਚਦੇ ਕੂਪਨਾਂ ਦੇ ਡਾਲਰ ਵੀ ਮੈਨੂੰ ਮਿਲ ਗਏ। ਇਸ ਤਰ੍ਹਾਂ ਮੈਂ ਮੁਫਤੋਂ ਮੁਫਤੀ ਸੋਵੀਅਤ ਯੂਨੀਅਨ 'ਚ ਖਾਧਾ ਪੀਤਾ ਚੀਜ਼ਾਂ ਵੀ ਖਰੀਦੀਆਂ ਅਤੇ $50-60 ਵੀ ਫਾਲਤੂ ਮਿਲ ਗਏ। ਆਖਰ ਮੈਂ ਅਮਰੀਕਾ ਜਾ ਕੇ ਇਹਨਾਂ ਕੂਪਨਾਂ ਦੀ ਕੀਮਤ ਆਪਣੇ ਟਰੈਵਲ ਏਜੰਟ ਨੂੰ ਭੇਜੀ। ਮੇਰੇ ਪਹਿਲੇ ਤਜਰਬੇ ਦੇ ਮੁਤਾਬਕ ਇਸ ਸਿਸਟਮ ਵਿੱਚ ਜੇ ਕੰਮ ਠੀਕ ਤੁਰਿਆ ਜਾਏ ਤਾਂ ਤੁਰਿਆ ਜਾਏ ਅਤੇ ਜੇ ਪਟੜੀਓਂ ਗੱਡੀ ਇੱਕ ਵਾਰ ਲੱਥ ਜਾਏ ਤਾਂ ਮੁੜ ਲੀਹੇ ਪਾਉਣਾ ਔਖਾ ਸੀ। ਕੋਈ ਤਬਦੀਲੀ ਕਰਨੀ ਪੱਕੀਆਂ ਲੀਹਾਂ ਤੋਂ ਬਹੁਤ ਹੀ ਮੁਸ਼ਕਲ ਸੀ। ਜਹਾਜ਼ ਵਿੱਚ ਤਾਂ ਸੇਵਾ ਬਹੁਤ ਹੋਈ ਪਰ ਹਵਾਈ ਅੱਡੇ 'ਤੇ 2 ਘੰਟੇ ਲੱਗੇ ਸਮਾਨ ਪੈਕ ਚੈੱਕ ਕਰਾਉਣ ਵਿੱਚ। ਮਾਸਕੋ ਤੋਂ ਮੈਂ ਮਿਨਸਕ ਜਾਣਾ ਸੀ ਕਾਨਫਰੰਸ ਲਈ। ਸਿਸਟਮ ਦਾ ਦੰਦਾ ਕਿਤੇ ਟੱਪ ਗਿਆ ਤਾਂ 2 ਦਿਨ ਮੈਂ ਮਾਸਕੋ ਹੀ ਬੈਠਾ ਰਿਹਾ। ਇਹ ਸਣ ਸੁਖਾਵੇਂ ਤਜਰਬੇ ਤੋਂ ਇਲਾਵਾ ਮੈਨੂੰ ਕੋਈ ਹੋਰ ਐਸੀ ਘਟਨਾ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਨਾਲ ਮੈਨੂੰ ਕੋਈ ਔਕੜ ਪੇਸ਼ ਆਈ ਹੋਵੇ। ਇਸ ਦੇਸ਼ ਵਿੱਚ ਭਾਰਤੀਆਂ ਦੀ ਬਹੁਤ ਕਦਰ ਸੀ। ਜਿੱਥੇ ਗੋਰਿਆਂ ਕੋਲੋਂ ਫੋਟੋ ਖਿੱਚਣ ਲੱਗਿਆਂ ਕੈਮਰੇ ਵੀ ਖੋਹ ਲੈਂਦੇ ਸਨ, ਅਸੀਂ ਭਾਵੇਂ ਕਿਤੇ ਕੋਈ ਫੋਟੋ ਖਿੱਚੀਏ ਉੱਕਾ ਰੋਕ ਨਹੀਂ ਸੀ। ਇਹ ਪੱਛਮੀ ਲੋਕ ਸਥਾਨਕ ਲੋਕਾਂ ਦੀਆਂ ਦੁਕਾਨਾਂ ਜਾਂ ਬੱਸ ਸਟੈਂਡਾਂ 'ਤੇ ਲਾਈਨਾਂ ਲੱਗੀਆਂ ਦੀਆਂ ਫੋਟੋਆਂ ਖਿੱਚਦੇ ਸਨ, ਇਹ ਦਿਖਾਉਣ ਲਈ ਕਿ ਚੀਜ਼ਾਂ ਜਾਂ ਸਹੂਲਤਾਂ ਦੀ ਕਮੀ ਸੀ। ਅਸਲ 'ਚ ਉਸ ਵਕਤ ਇਹ ਸਮਾਜ ਇੰਨੇ ਡਿਸਿਪਲਿਨ 'ਚ ਬੱਧਾ ਹੋਇਆ ਸੀ ਕਿ ਜੇ 2 ਬੰਦੇ ਵੀ ਬੱਸ ਸਟੈਂਡ 'ਤੇ ਖੜ੍ਹੇ ਸਨ ਤਾਂ ਉਹ ਲਾਈਨ 'ਚ ਹੀ ਸਨ। ਕਿਸੇ ਦੁਕਾਨ 'ਤੇ ਲਾਈਨ ਤੋਂ ਬਾਹਰ ਖੜ੍ਹੇ ਬੰਦੇ ਨੂੰ ਤਾਂ ਇਹ ਲੋਕ ਬਹੁਤ ਹੈਰਾਨੀ ਨਾਲ ਵੇਖਦੇ ਸਨ। ਅਸੀਂ ਜੋ ਬਾਹਰੋਂ ਮਹਿਮਾਨ ਸਾਂ, ਸਾਨੂੰ ਅੱਗੇ ਜਾਣ ਦੀ ਇਜਾਜ਼ਤ ਆਦਰ ਨਾਲ ਦਿੰਦੇ ਸਨ। ਸਿਸਟਮ ਬਹੁਤ ਸਰਲ ਸੀ। ਲੋਕਾਂ ਕੋਲ ਨਿੱਜੀ ਆਵਾਜਾਈ ਦੇ ਵਸੀਲੇ, ਕਾਰ, ਮੋਟਰਸਾਈਕਲ ਆਦਿ ਨਹੀਂ ਸਨ। ਬਹੁਤ ਥੋੜ੍ਹੇ ਗਿਣੇ ਮਿਣੇ ਲੋਕ ਸਨ, ਪ੍ਰੋਫੈਸਰ, ਇੰਜੀਨੀਅਰ ਅਤੇ ਆਰਟਿਸਟ, ਜਿਨ੍ਹਾਂ ਕੋਲ ਕੋਈ ਇਹੋ ਜਿਹੇ ਨਿੱਜੀ ਵਸੀਲੇ ਸਨ। ਪਰ ਆਵਾਜਾਈ ਦੇ ਜਨ ਸਾਧਨ, ਬੱਸਾਂ, ਗੱਡੀਆਂ ਇੰਨੀਆਂ ਸਨ ਅਤੇ ਇੰਨੀਆਂ ਵਧੀਆ ਸਨ ਕਿ ਜੀ ਸਾਧਨਾਂ ਦੀ ਲੋੜ ਹੀ ਨਹੀਂ ਸੀ। 5-7 ਮਿੰਟ ਬਾਅਦ ਮੈਟਰੋ ਗੱਡੀ ਚੱਲਦੀ ਸੀ ਅਤੇ ਬੱਸਾਂ ਦੀਆਂ ਤਾਂ ਕਤਾਰਾਂ ਹੀ ਇੱਕ ਦੂਜੇ ਪਿੱਛੇ ਚੱਲੀਆਂ ਆਉਂਦੀਆਂ ਸਨ। ਟੈਕਸੀ ਕਾਰਾਂ ਵੀ ਕਾਫੀ ਸਸਤੀਆਂ ਸਨ। ਹਰ ਵਿਅਕਤੀ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਸੀ, ਵਿੱਦਿਆ ਮੁਫਤ ਸੀ, ਪਰ ਕਿਸੇ ਨੂੰ ਫੇਲ ਹੋਣ ਦਾ ਹੱਕ ਨਹੀਂ ਸੀ। ਜਦ ਕੋਈ ਫੇਲ ਹੋ ਜਾਂਦਾ ਸੀ ਤਾਂ ਪੜ੍ਹਾਈ ਛੱਡ ਕੇ ਕੰਮ ਕਰਨਾ ਪੈਂਦਾ ਸੀ। ਕਿਸੇ 'ਤੇ ਕੋਈ ਰੋਕ ਨਹੀਂ ਸੀ, ਜਿੱਥੋਂ ਤੱਕ ਮਰਜ਼ੀ ਵਿੱਦਿਆ ਪ੍ਰਾਪਤ ਕਰੇ। ਆਪਣੀ ਦਿਮਾਗੀ ਸਮਰੱਥਾ ਮੁਤਾਬਕ ਜਦ ਵਿੱਦਿਆ ਸਿੱਖਿਆ ਪੂਰੀ ਹੋ ਜਾਂਦੀ ਸੀ ਜਾਂ ਛੱਡ ਦਿੱਤੀ ਜਾਂਦੀ ਸੀ ਤਾਂ ਹਰ ਵਿਅਕਤੀ ਲਈ ਕੰਮ ਹਾਜ਼ਰ ਹੁੰਦਾ ਸੀ। ਅੱਛੀ ਤਾਲੀਮ ਵਾਲਿਆਂ ਨੂੰ 3 ਚੁਆਇਸ ਦਿੱਤੇ ਜਾਂਦੇ ਸਨ, ਜਿਹੜੀ ਥਾਂ ਜੀ ਕਰੇ ਚੁਣ ਲਵੇ। ਜੇ ਕੋਈ ਵੀ ਪਸੰਦ ਨਹੀਂ ਤਾਂ ਕਿਸੇ ਇੱਕ ਉੱਤੇ 3 ਸਾਲ ਦਾ ਕੰਮ ਕਰਨਾ ਹੀ ਪੈਂਦਾ ਸੀ ਅਤੇ ਉਸ ਤੋਂ ਬਾਅਦ ਉਹਦੀ ਪਸੰਦ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਸੀ। ਕੋਈ ਵੀ ਵਿਅਕਤੀ ਵਿਹਲਾ ਨਹੀਂ ਸੀ। ਹਰ ਆਦਮੀ ਨੂੰ ਘਰ ਮਿਲਦਾ ਸੀ ਜੋ ਉਹਦੀ ਤਾਲੀਮ, ਅਹੁਦੇ, ਤਜਰਬੇ ਅਤੇ ਘਰਾਣੇ ਦੀ ਲੋੜ ਨੂੰ ਧਿਆਨ 'ਚ ਰੱਖ ਕੇ ਦਿੱਤਾ ਜਾਂਦਾ ਸੀ। ਕਿਰਾਇਆ ਨਾ ਮਾਤਰ ਨਾ ਹੋਣ ਬਰਾਬਰੀ ਸੀ। ਡਾਕਟਰੀ ਸਹਾਇਤਾ, ਦਵਾਈਆਂ ਮੁਫਤ ਸਨ। ਇਸ ਤਰ੍ਹਾਂ ਜਦ ਹਰ ਵਿਅਕਤੀ ਨੂੰ ਕੰਮ ਮਿਲਦਾ ਹੋਵੇ, ਮਕਾਨ ਮਿਲਦਾ ਹੋਵੇ, ਬੱਚਿਆਂ ਦੀ ਵਿੱਦਿਆ ਦਾ ਕੋਈ ਫਿਕਰ ਨਾ ਹੋਵੇ ਅਤੇ ਲੋੜ ਪੈਣ 'ਤੇ ਡਾਕਟਰੀ ਸਹਾਇਤਾ ਅਤੇ ਦਵਾਈਆਂ ਮੁਫਤ ਹੋਣ, ਤਾਂ ਜੋ ਪੈਸਾ ਕਮਾਇਆ ਜਾਂਦਾ ਸੀ ਲੋਕ ਖਾ ਪੀ ਕੇ ਆਨੰਦ ਮਾਣਦੇ ਸਨ। ਸ਼ਾਮਾਂ ਨੂੰ ਅੱਧੀ ਅੱਧੀ ਰਾਤ ਤੱਕ ਹੋਟਲ, ਰੈਸਟੋਰੈਂਟ ਭਰਪੂਰ ਰਹਿੰਦੇ ਸਨ। ਇਸ ਸਾਰੇ ਸਿਲਸਿਲੇ ਨੂੰ ਵੇਖ ਕੇ ਬੜੀ ਤਸੱਲੀ ਹੋਈ। ਇੱਥੇ ਹਰ ਚੀਜ਼ ਸਰਕਾਰੀ ਸੀ, ਜੋ ਆਈਸਕ੍ਰੀਮ ਵੇਚਣ ਵਾਲਾ ਵੀ ਸੀ,
ਉਹ ਵੀ ਪੈਸੇ ਲੈ ਕੇ ਪਰਚੀ ਕੱਟ ਕੇ ਦਿੰਦਾ ਸੀ। ਹੋਟਲ ਸਾਹਮਣੇ ਜੁੱਤੀਆਂ ਗੰਢਣ ਵਾਲਾ ਵੀ ਪੈਸੇ ਲਿਆਂ ਦੀ ਰਸੀਦ ਕੱਟ ਕੇ ਦਿੰਦਾ ਸੀ। ਇਹ ਸਾਰੇ ਸਰਕਾਰੀ ਨੌਕਰ ਸਨ ਅਤੇ ਆਪੋ ਆਪਣੀ ਤਨਖਾਹ ਲੈਂਦੇ ਸਨ। ਜੋ ਆਮਦਨ ਹੁੰਦੀ ਸੀ ਉਹ ਸਰਕਾਰ ਦੀ ਸੀ। ਇਹੋ ਹਾਲ ਟੈਕਸੀਆਂ ਦਾ ਸੀ। ਟੈਕਸੀਆਂ ਅਤੇ ਟਰੈਮਾਂ ਆਮ ਤੌਰ 'ਤੇ ਔਰਤਾਂ ਚਲਾਉਂਦੀਆਂ ਸਨ। ਅੱਧੀ ਰਾਤ ਵੀ ਟੈਕਸੀ ਬੁਲਾਓ ਤਾਂ ਆਮ ਤੌਰ 'ਤੇ ਔਰਤਾਂ ਹੀ ਟੈਕਸੀ ਲੈ ਕੇ ਆਉਂਦੀਆਂ ਸਨ। ਇਹ ਵੀ ਜਿੰਨਾ ਕਿਰਾਇਆ ਬਣੇ ਰਸੀਦ ਕੱਟ ਕੇ ਪੈਸੇ ਲੈਂਦੀਆਂ ਸਨ, ਪਰ ਕਿਤੇ ਕਿਤੇ ਦਾਲ ਆ ਕੇ ਰਸੀਦਾਂ ਨਹੀਂ ਵੀ ਕੱਟਦੀਆਂ ਸਨ ਅਤੇ ਪੈਸੇ ਜੇਬ 'ਚ ਪਾ ਜਾਂਦੀਆਂ ਸਨ। ਬੇਈਮਾਨੀ ਦੀਆਂ ਸੰਭਾਵਨਾਵਾਂ ਹਰ ਥਾਂ ਹਰ ਸਿਸਟਮ ਵਿੱਚ ਹੁੰਦੀਆਂ ਨੇ ਅਤੇ ਬੇਈਮਾਨ ਹਰ ਥਾਂ ਹੁੰਦੇ ਨੇ। ਕੁਝ ਲੋਕ ਚੋਰੀ ਚੋਰੀ ਮੰਗਦੇ ਵੀ ਹਨ। ਮੰਗਣ ਦੀ ਵੈਸੇ ਕਿਸੇ ਨੂੰ ਇਜਾਜ਼ਤ ਨਹੀਂ ਸੀ। ਸਾਰਾ ਸਿਸਟਮ ਕੇਂਦਰੀ ਤੌਰ 'ਤੇ ਕੰਟਰੋਲ ਕੀਤਾ ਗਿਆ ਸੀ। ਕਿਸੇ ਵਿਅਕਤੀ ਨੂੰ ਇਸ ਵਿੱਚ ਕੋਈ ਤਬਦੀਲੀ ਜਾਂ ਛੋਟ ਕਰਨ ਦੀ ਇਜਾਜ਼ਤ ਨਹੀਂ ਸੀ। ਭਾਵੇਂ ਕੁਝ ਆਮ ਵਰਤੋਂ ਦੀਆਂ ਚੀਜ਼ਾਂ ਦੀ ਕਮੀ ਸੀ, ਪਰ ਆਮ ਕਰਕੇ ਕੋਈ ਤੰਗੀ ਨਹੀਂ ਸੀ ਅਤੇ ਆਮ ਲੋਕਾਂ ਦੀ ਜ਼ਿੰਦਗੀ ਕਾਫੀ ਸੁਖਾਲੀ ਸੀ। ਉਸ ਵਕਤ ਵਿਕਾਸ ਦੀ ਫਿਲਾਸਫੀ ਇਹ ਸੀ ਕਿ ਖੇਤੀ ਦਾ ਸਾਰਾ ਕੰਮ ਵੱਡੀਆਂ ਵੱਡੀਆਂ ਭਾਰੀਆਂ ਮਸ਼ੀਨਾਂ ਨਾਲ ਕੀਤਾ ਜਾਂਦਾ ਸੀ। ਇਸ ਤਰ੍ਹਾਂ ਕਾਮਿਆਂ ਦੀ ਜੋ ਬੱਚਤ ਹੁੰਦੀ ਸੀ ਉਹ ਸੜਕਾਂ ਮਕਾਨਾਂ ਅਤੇ ਸਨਅਤਾਂ ਦੀ ਉਸਾਰੀ ਲਈ ਵਰਤੇ ਜਾਂਦੇ ਸਨ। ਲੋਕ ਖਾਣ ਪੀਣ ਰਹਿਣ ਸਹਿਣ ਨੂੰ ਤਾਂ ਕਾਫੀ ਸੌਖੇ ਸਨ, ਪਰ ਕੋਈ ਆਪਣੀ ਮਰਜ਼ੀ ਦਾ ਮਾਲਕ ਨਹੀਂ ਸੀ। ਫਾਰਮ ਬਹੁਤ ਵੱਡੇ ਵੱਡੇ ਸਨ ਅਤੇ ਇਹਨਾਂ ਦੇ ਅੰਦਰ ਆਬਾਦੀਆਂ ਬਹੁਤ ਹੀ ਤਰਤੀਬ ਨਾਲ ਬਣੀਆਂ ਹੋਈਆਂ ਸਨ, ਜਿੱਥੇ ਹਰ ਕਿਸਮ ਦੇ ਪ੍ਰਬੰਧ ਅਤੇ ਸਹੂਲਤਾਂ ਮੁਹੱਈਆ ਸਨ। ਹਸਪਤਾਲ, ਸਕੂਲ, ਬੱਚਿਆਂ ਦੇ ਖੇਡਣ ਦੀਆਂ ਸੁਵਿਧਾਵਾਂ ਅਤੇ ਦਫ਼ਤਰ, ਕਾਨਫਰੰਸਾਂ ਲਈ ਹਾਲ ਕਮਰੇ ਸਭ ਸਨ। ਲੋਕ ਵੀ ਵੇਖਣ ਚਾਕਣ ਨੂੰ ਕਾਫੀ ਸਿਹਤਮੰਦ ਦਿਖਾਈ ਦਿੰਦੇ ਸਨ। ਇਸ ਸੋਸ਼ਲਿਸਟ ਰਾਜਸੀ ਢਾਂਚੇ ਵਿੱਚ ਬੋਲਣ ਦੀ ਆਜ਼ਾਦੀ ਤਾਂ ਨਹੀਂ ਸੀ, ਜਿਸ ਕਰਕੇ ਮੇਰੇ ਵਰਗੇ ਲਿਖਣ ਬੋਲਣ ਵਾਲਿਆਂ ਦੇ ਸਾਹ ਜ਼ਰੂਰ ਘੁੱਟਦੇ ਸਨ, ਪਰ ਆਮ ਲੋਕਾਂ ਦੀ ਜ਼ਿੰਦਗੀ ਸੁਖਾਲੀ ਅਤੇ ਸਾਫ਼ ਸੁਥਰੀ ਸੀ। ਕੋਈ ਗਰੀਬ ਨਹੀਂ ਸੀ ਅਤੇ ਨਾ ਹੀ ਕੋਈ ਬੇਤੁਕਾ ਅਮੀਰ ਹੀ ਸੀ। ਇਹ ਢਾਂਚਾ ਸਫਲਤਾ ਨਾਲ ਚੱਲਦਾ ਦਿਖਾਈ ਦਿੰਦਾ ਸੀ, ਪਰ ਵਿੱਚੋਂ ਖੋਖਲਾ ਹੋ ਜਾਣ ਦੇ ਆਸਾਰ ਵੀ ਦਿਖਾਈ ਦਿੰਦੇ ਸਨ। ਮਿਸਾਲ ਵਜੋਂ ਜਿੱਥੇ ਰੂਬਲ ਦੀ ਸਰਕਾਰੀ ਕੀਮਤ $1.06 ਦੇ ਬਰਾਬਰ ਸੀ, ਭਾਵ ਰੂਬਲ ਡਾਲਰ ਨਾਲੋਂ ਮਜ਼ਬੂਤ ਸੀ, ਉੱਥੇ ਬਲੈਕ ਵਿੱਚ ਜਾਂ ਖੁੱਲ੍ਹੇ ਬਾਜ਼ਾਰ 'ਚ ਦੇਸ਼ ਦੇ ਬਾਹਰ $1 ਦੇ 3 ਰੂਬਲ ਮਿਲ ਜਾਂਦੇ ਸਨ। ਸਰਕਾਰੀ ਖਰਚੇ ਆਮਦਨ ਤੋਂ ਵੱਧ ਹੋਣ ਕਾਰਨ ਅਤੇ ਫੌਜ ਉੱਤੇ ਖਰਚਾ ਬੇਇੰਤਹਾ ਹੋਣ ਕਾਰਨ ਬਜਟ ਦਾ ਘਾਟਾ ਹਰ ਸਾਲ ਵੱਧਦਾ ਜਾਂਦਾ ਸੀ। ਇਸ ਘਾਟੇ ਨਾਲ ਸਿੱਕੇ ਦਾ ਫੈਲਾਓ ਵੱਧਦਾ ਜਾਂਦਾ ਸੀ ਅਤੇ ਰੂਬਲ ਦੀ ਅਸਲੀ ਕੀਮਤ ਡਿੱਗਦੀ ਜਾਂਦੀ ਸੀ। ਇੱਕ ਗੱਲ ਜਿਹਨੇ ਮੇਰੇ ਮਨ 'ਤੇ ਬਹੁਤ ਅਸਰ ਕੀਤਾ ਉਹ ਇਹ ਸੀ ਕਿ ਇੰਨੀ ਫੌਜੀ ਤਾਕਤ ਦੇ ਹੋਣ 'ਤੇ ਵੀ ਲੋਕਾਂ ਨੂੰ ਲੜਾਈ ਤੋਂ ਨਫ਼ਰਤ ਸਿਖਾਈ ਜਾ ਰਹੀ ਸੀ। ਦੂਜੇ ਮਹਾਂਯੁੱਧ ਦੀਆਂ ਯਾਦਗਾਰਾਂ ਇਸ ਤਰ੍ਹਾਂ ਬਣਾਈਆਂ ਗਈਆਂ ਸਨ ਕਿ ਵੇਖਣ ਵਾਲੇ ਦਾ ਜੰਗ ਦੇ ਭਿਆਨਕ ਨਤੀਜੇ ਵੇਖ ਦਿਲ ਕੰਬ ਜਾਂਦਾ ਸੀ। ਅਜੀਬ ਜਿਹੀ ਸਥਿਤੀ ਸੀ ਕਿ ਇੱਕ ਪਾਸੇ ਤਾਂ ਫੌਜੀ ਅਤੇ ਜੰਗੀ ਸ਼ਕਤੀ ਬੇਇੰਤਹਾ ਵਧਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਜਨਤਾ ਨੂੰ ਮਾਨਸਿਕ ਤੌਰ 'ਤੇ ਅਮਨ ਪਸੰਦ ਬਣਾਇਆ ਜਾ ਰਿਹਾ ਸੀ। ਮਾਸਕੋ, ਮਿਨਸਿਕ ਅਤੇ ਲੈਨਿਨਗ੍ਰਾਦ ਦੀ ਗਰਮੀਆਂ ਦੀ ਆਬੋ ਹਵਾ ਬਹੁਤ ਹੀ ਪਿਆਰੀ ਹੈ। ਮਿੱਠੀ ਧੁੱਪ ਅਤੇ ਤਾਪਮਾਨ ਇਹੋ ਜਿਹਾ ਕਿ ਕੋਟ ਪਾਉਣਾ ਪਾ ਲਓ, ਨਹੀਂ ਪਾਉਣਾ ਨਾ ਸਹੀ। ਮੈਂ ਮਾਸਕੋ ਵਿਚਕਾਰ ਵਗਦੇ ਵੋਲਗਾ ਦਰਿਆ ਦੇ ਕੰਢੇ ਕਈ ਸ਼ਾਮਾਂ ਸੈਰ ਕੀਤੀ। ਕਈ ਕਈ ਮੀਲ ਮੈਂ ਪਟੜੀ 'ਤੇ ਚੱਲਦਾ ਰਿਹਾ। ਲੋਕ ਮੱਛੀਆਂ ਫੜ ਰਹੇ ਸਨ, ਕਿਸੇ ਨੇ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ। ਖੁਫੀਆ ਪੁਲਿਸ ਤਾਂ ਜ਼ਰੂਰ ਕਿਤੇ ਹੋਏਗੀ, ਪਰ ਕੁਝ ਮਹਿਸੂਸ ਨਹੀਂ ਹੋਇਆ ਇਹੋ ਜਿਹਾ। ਇਸੇ ਤਰ੍ਹਾਂ ਮਿਨਸਕ ਅਤੇ ਲੈਨਿਨਗ੍ਰਾਦ ਵਿੱਚ ਕਾਫੀ ਰਾਤ ਨੂੰ ਵੀ ਘੁੰਮ ਫਿਰ ਕੇ ਵੇਖਿਆ। ਜ਼ਿੰਦਗੀ ਆਮ ਵਰਗੀ ਸੀ, ਕੋਈ ਕੁਝ ਨਹੀਂ ਸੀ ਪੁੱਛਦਾ। ਇਸ ਮੁਲਕ ਵਿੱਚ ਹਿੰਦੁਸਤਾਨੀ ਫਿਲਮਾਂ ਦਾ ਕਾਫੀ ਬੋਲਬਾਲਾ ਸੀ। ਬੱਸਾਂ ਵਿੱਚ ਵੀ ਹਿੰਦੀ ਗਾਣੇ ਲੱਗੇ ਹੁੰਦੇ ਸਨ। ਹਿੰਦੀ ਫਿਲਮਾਂ ਰੂਸੀ ਜ਼ਬਾਨ 'ਚ ਡੱਬ ਕੀਤੀਆਂ ਹੁੰਦੀਆਂ ਸਨ। ਫਿਲਮ ਵਿੱਚ ਭਾਰਤੀ ਕਲਾਕਾਰ ਰੂਸੀ ਜ਼ਬਾਨ ਬੋਲਦੇ ਦਿਸਦੇ ਸਨ, ਪਰ ਗਾਣੇ ਹਿੰਦੀ ਵਿੱਚ ਹੀ ਸੁਣਾਈ ਦਿੰਦੇ ਸਨ। ਅਸੀਂ ਇੱਕ ਫਿਲਮ ਵੇਖੀ, ਕੁਝ ਪੱਲੇ ਨਾ ਪਿਆ, ਸਿਰਫ ਗਾਣੇ ਹੀ ਹਿੰਦੀ ਦੇ ਸੁਣੇ। ਵੈਸੇ ਇਸ ਦੇਸ਼ 'ਚ ਹਿੰਦੀ ਕਾਫੀ ਪੜ੍ਹਾਈ ਜਾਂਦੀ ਸੀ। ਅਸੀਂ ਲੈਨਿਨਗ੍ਰਾਦ ਦਾ ਵੱਡਾ ਅਜਾਇਬ ਘਰ ਦੇਖਣ ਗਏ। ਇਹ ਏਡਾ ਵੱਡਾ ਅਜਾਇਬ ਘਰ ਹੈ ਕਿ ਜੇ ਇਕੱਲੇ ਇਕੱਲੇ ਆਈਟਮ 'ਤੇ 1-1 ਸੈਕਿੰਡ ਵੀ ਲਾਇਆ ਜਾਏ ਤਾਂ ਸਾਲ ਤੋਂ ਵੱਧ ਸਮੇਂ ਵਿੱਚ ਇਹ ਸਾਰੀਆਂ ਚੀਜ਼ਾਂ ਵੇਖੀਆਂ ਜਾ ਸਕਣਗੀਆਂ। ਇਸ ਅਜਾਇਬ ਘਰ 'ਚ ਅਸੀਂ ਰਸਤਾ ਭੁੱਲ ਗਏ ਅਤੇ ਸਾਨੂੰ ਬਾਹਰ ਨਿਕਲਣ ਨੂੰ ਰਾਹ ਨਾ ਲੱਭੇ। ਇਹਨੇ ਨੂੰ ਇੱਕ ਰੂਸੀ ਲੜਕੀ ਨੇ ਸਾਨੂੰ ਨਮਸਕਾਰ ਕੀਤੀ ਅਤੇ ਹਿੰਦੀ 'ਚ ਪੁੱਛਿਆ, ਮੈਂ ਆਪ ਕੀ ਕਿਆ ਸਹਾਇਤਾ ਕਰ ਸਕਦੀ ਹਾਂ। ਸਾਨੂੰ ਉਸ ਵੱਲ ਵੇਖ ਕੇ ਬੜੀ ਹੈਰਾਨੀ ਹੋਈ। ਉਹਦਾ ਹਿੰਦੀ ਉਚਾਰਨ ਬਿਲਕੁਲ ਸ਼ੁੱਧ ਸੀ। ਉਹ ਇੰਨੀ ਅੱਛੀ ਹਿੰਦੀ ਬੋਲਦੀ ਸੀ ਕਿ ਸਾਡੇ ਵਿੱਚੋਂ ਕੋਈ ਵੀ ਇੰਨੀ ਅੱਛੀ ਹਿੰਦੀ ਨਹੀਂ ਸੀ ਬੋਲ ਸਕਦਾ। ਉਹ ਲੜਕੀ ਹਿੰਦੀ ਵਿੱਚੋਂ 10ਵੀਂ 'ਚ ਫੇਲ ਹੋਈ ਹੋਈ ਸੀ। ਉਹਨੇ ਸਾਨੂੰ ਬਾਹਰ ਜਾਣ ਦਾ ਰਸਤਾ ਦਿਖਾਇਆ ਤਾਂ ਅਸੀਂ ਉਸ ਅਜਾਇਬ ਘਰ ਤੋਂ ਬਾਹਰ ਨਿਕਲੇ। ਉਸ ਵਕਤ ਲੈਨਿਨ ਪ੍ਰਤੀ ਲੋਕਾਂ ਦੀ ਇੰਨੀ ਸ਼ਰਧਾ ਸੀ ਕਿ ਨਵੇਂ ਵਿਆਹੇ ਜੋੜੇ ਵਿਆਹ ਤੋਂ ਫੌਰਨ ਬਾਅਦ ਪਹਿਲਾ ਕੰਮ ਇਹ ਕਰਦੇ ਸਨ ਕਿ ਫੁੱਲਾਂ ਦੇ ਗੁਲਦਸਤੇ ਲੈ ਕੇ ਲੈਨਿਨ ਦੇ ਬੁੱਤ ਅੱਗੇ ਯਾਦਗਾਰੀ ਥਾਵਾਂ 'ਤੇ ਚੜ੍ਹਾਉਂਦੇ ਸਨ।
ਇਸ ਨਾਲ ਹੀ ਵਿਆਹ ਦੀ ਰਸਮ ਪੂਰੀ ਹੋਈ ਸਮਝੀ ਜਾਂਦੀ ਸੀ। ਹਰ ਰੋਜ਼ ਲੈਨਿਨ ਦੇ ਸਾਂਭ ਕੇ ਰੱਖੇ ਸਰੀਰ ਦੇ ਦਰਸ਼ਨਾਂ ਲਈ ਲਾਲ ਮੈਦਾਨ ਰੈੱਡ ਸਕੁਅਰ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਾਂਦੇ ਸਨ। ਘੱਟੋ ਘੱਟ 4 ਘੰਟੇ ਲਾਈਨ 'ਚ ਖੜ੍ਹਾ ਹੋਣਾ ਪੈਂਦਾ ਸੀ ਇਹ ਦਰਸ਼ਨ ਕਰਨ ਲਈ। ਛੁੱਟੀ ਵਾਲੇ ਦਿਨ ਤਾਂ ਇਹ ਸਮਾਂ ਹੋਰ ਵੀ ਵੱਧ ਲੱਗਦਾ ਸੀ। ਲੋਕ ਖਾਸ ਕਰਕੇ ਉਦੋਂ ਵੇਖਣ ਜਾਂਦੇ ਸਨ ਜਦੋਂ ਦੁਪਹਿਰ ਨੂੰ ਗਾਰਡ ਦੀ ਬਦਲੀ ਹੁੰਦੀ ਸੀ। ਲੈਨਿਨ ਦੇ ਸਰੀਰ ਦੇ ਦਰਸ਼ਨ ਬਹੁਤ ਗੰਭੀਰਤਾ ਨਾਲ ਕਰਾਏ ਜਾਂਦੇ ਸਨ, ਕੋਈ ਬੋਲਦਾ ਨਹੀਂ ਸੀ। ਹੌਲੀ ਹੌਲੀ ਬਗੈਰ ਕੋਈ ਖੜਾਕ ਕੀਤਿਆਂ 3 ਪਾਸੇ ਘੁੰਮ ਕੇ ਲੋਕ ਆਪਣਾ ਆਦਰ ਪੇਸ਼ ਕਰਦੇ ਜਾਂਦੇ ਸਨ, ਜਿਵੇਂ ਕਿ ਲੈਨਿਨ ਦੇ ਘੂਕ ਸੁੱਤੇ ਦੇ ਦਰਸ਼ਨ ਕੀਤੇ ਜਾਂਦੇ ਹੋਣ ਅਤੇ ਉਹਨੂੰ ਜਗਾਉਣਾ ਨਾ ਚਾਹੁੰਦੇ ਹੋਣ। ਇਸ ਤੋਂ ਬਾਅਦ ਹੋਰ ਲੀਡਰਾਂ ਦੀਆਂ ਕਬਰਾਂ ਵੱਲ ਕਿਸੇ ਜਾਣਾ ਹੋਵੇ ਜਾ ਸਕਦਾ ਸੀ, ਅਤੇ ਫਿਰ ਕ੍ਰੈਮਲਿਨ ਸੈਂਟਰ ਵਿੱਚ ਦਾਖਲ ਹੋ ਕੇ ਸਰਕਾਰ ਦੀ ਥਾਂ ਦਿਖਾਈ ਦਿੰਦੀ ਸੀ। ਇਸ ਅੰਦਰ ਮੈਂ ਇੱਕ ਚਰਚ ਦਾ ਪੁਰਾਣਾ ਘੰਟਾ ਦੇਖਿਆ ਜਿਹਨੂੰ ਦੁਨੀਆ ਦਾ ਸਭ ਤੋਂ ਵੱਡਾ ਘੰਟਾ ਮੰਨਿਆ ਜਾਂਦਾ ਹੈ, ਪਰ ਇਹ ਕਦੀ ਵੱਜਿਆ ਨਹੀਂ। ਇਸੇ ਤਰ੍ਹਾਂ ਇੱਕ ਤੋਪ ਦੇਖੀ ਜੋ ਸੰਸਾਰ ਦੀ ਸਭ ਤੋਂ ਵੱਡੀ ਪਰੰਪਰਾਗਤ ਤੋਪ ਮੰਨੀ ਜਾਂਦੀ ਹੈ, ਪਰ ਉਹ ਚੱਲੀ ਕਦੀ ਨਹੀਂ। ਪ੍ਰੋਫੈਸ਼ਨਲ ਤੌਰ 'ਤੇ ਮੇਰਾ ਵਾਹ ਇੱਕ ਔਰਤ ਅਫਸਰ ਸਿਡੀਆ ਸਪਿਨਿਕੋਵਾ ਨਾਲ ਪਿਆ, ਜੋ ਉਸ ਵੇਲੇ ਇੰਸਟੀਚਿਊਟ ਫੋਰ ਅਮਰੀਕਨ ਸਟੱਡੀਜ਼ ਦੀ ਸੈਕਟਰੀ ਸੀ ਅਤੇ ਪ੍ਰੋਫੈਸ਼ਨਲ ਤੌਰ 'ਤੇ ਕਾਫੀ ਵਾਕਫੀ ਅਤੇ ਕਾਬਲੀਅਤ ਰੱਖਦੀ ਸੀ। ਲੀਡੀਆ ਸਾਰਾ ਅਰਸਾ ਕਾਨਫਰੰਸ ਵਿੱਚ ਸਾਡੇ ਨਾਲ ਹੀ ਰਹੀ। ਉਹਨੇ ਇਹਨੇ ਸੋਵੀਅਤ ਆਰਥਿਕ ਢਾਂਚੇ ਬਾਰੇ ਜੋ ਵਾਕਫੀਅਤ ਦਿੱਤੀ ਅਤੇ ਸਮਾਜਿਕ ਤੌਰ 'ਤੇ ਵਿਚਰਨ 'ਚ ਸਹਾਇਤਾ ਕੀਤੀ, ਉਂਝ ਸ਼ਾਇਦ ਕਦੀ ਵੀ ਇੰਨੀ ਜਾਣਕਾਰੀ ਨਹੀਂ ਸੀ ਮਿਲ ਸਕਦੀ। ਮੈਂ ਇਸ ਨਾਲ ਇਹਦੇ ਘਰ ਸਾਰੀ ਫੈਮਿਲੀ ਨੂੰ ਮਿਲਿਆ। ਇਹਦੀ ਇੱਕ ਬੱਚੀ ਅਤੇ ਪਤੀ ਤੋਂ ਇਲਾਵਾ ਇੱਕ ਭੈਣ ਇਹਦੇ ਨਾਲ ਰਹਿੰਦੀ ਸੀ। ਇਸ ਘਰ ਤੋਂ ਹੀ ਅੰਦਾਜ਼ਾ ਲਾ ਸਕਿਆ ਕਿ ਇਹਨਾਂ ਦਾ ਖਾਣ ਪੀਣ ਅਤੇ ਰਹਿਣ ਸਹਿਣ ਕਿਹੋ ਜਿਹਾ ਹੈ। ਜਿੱਥੇ ਪ੍ਰੋਫੈਸ਼ਨਲ ਤੌਰ 'ਤੇ ਸੁੱਚੇ ਅਤੇ ਸੌਰਤ ਨਾਲ 15-20 ਦਿਨ ਘੁੰਮ ਫਿਰ ਕੇ ਮੈਨੂੰ ਇੱਕ ਖਾਸ ਤਸੱਲੀ ਅਤੇ ਸੋਵੀਅਤ ਸਿਸਟਮ ਪ੍ਰਤੀ ਸਵੈ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ। ਉੱਥੇ ਜਾਪਦਾ ਸੀ ਕਿ ਇਹਨੂੰ ਅਤੇ ਇਹਦੇ ਘਰਦਿਆਂ ਨੂੰ ਵੀ ਮੇਰੇ ਨਾਲ ਵਿਚਰ ਕੇ ਕਾਫੀ ਖੁਸ਼ੀ ਹੋਈ। ਇਸੇ ਮੁਲਾਕਾਤ ਅਤੇ ਸੰਪਰਕ ਦਾ ਹੀ ਕਾਰਨ ਸੀ ਕਿ ਕਿਸੇ ਵੀ ਪਾਰਟੀ ਜਾਂ ਹੋਟਲ ਵਿੱਚ ਮੇਰੇ ਲਈ ਵਿਚਰਨਾ ਆਸਾਨ ਅਤੇ ਰੌਚਕ ਹੋ ਗਿਆ, ਅਤੇ ਮੈਂ ਸੋਵੀਅਤ ਲੋਕਾਂ ਦੀਆਂ ਆਦਤਾਂ ਅਤੇ ਰਵਾਇਤਾਂ ਨੂੰ ਹੋਰ ਨੇੜਿਓਂ ਹੋ ਕੇ ਸਵੈ ਵਿਸ਼ਵਾਸ ਨਾਲ ਵੇਖ ਸਕਿਆ। ਬਾਅਦ ਵਿੱਚ ਮੈਂ ਸੋਵੀਅਤ ਯੂਨੀਅਨ ਦੀ ਆਰਥਿਕ ਪ੍ਰਗਤੀ ਦੀ 40 ਸਾਲਾਂ ਦੀ ਵਿਥਾ ਵੀ ਲਿਖੀ, ਜੋ ਸੋਵੀਅਤ ਅੰਬੈਸੀ ਅਤੇ ਸੰਬੰਧਿਤ ਸੋਵੀਅਤ ਹਲਕਿਆਂ ਨੇ ਬਹੁਤ ਪ੍ਰਸ਼ੰਸਾ ਦੀ ਨਜ਼ਰ ਨਾਲ ਵੇਖੀ। ਜਦ ਮੈਂ ਮਾਸਕੋ ਤੋਂ ਚੱਲਿਆ ਤਾਂ ਲੀਡੀਆ ਦੀਆਂ ਅੱਖਾਂ ਭਰ ਆਈਆਂ ਅਤੇ ਕਹਿਣ ਲੱਗੀ ਕਿ ਅੱਜ ਤੱਕ ਜੋ ਵੀ ਮਰਦ ਮੇਰੇ ਸੰਪਰਕ 'ਚ ਆਇਆ ਮੈਨੂੰ ਉਹਨੇ ਇੱਕ ਔਰਤ ਦੇ ਤੌਰ 'ਤੇ ਵੇਖਿਆ, ਕਿਸੇ ਨੇ ਮੈਨੂੰ ਪ੍ਰੋਫੈਸ਼ਨਲ ਤੌਰ 'ਤੇ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਪਹਿਲੀ ਵਾਰ ਹੈ ਕਿ ਕਿਸੇ ਮਰਦ ਨੇ ਮੈਨੂੰ ਇੱਕ ਅਰਥ ਸ਼ਾਸਤਰੀ ਦੇ ਤੌਰ 'ਤੇ ਮੰਨ ਕੇ ਮੇਰੇ ਨਾਲ ਵਰਤਾਰਾ ਕੀਤਾ। ਉਹਨੇ ਕਿਹਾ ਕਿ ਤੁਹਾਡੇ ਨਾਲ ਔਰਤ ਹੋ ਕੇ ਚੱਲਣਾ ਵੀ ਮੇਰੇ ਲਈ ਇੱਕ ਮਾਣ ਵਾਲੀ ਗੱਲ ਰਹੀ। ਇਟ ਇਜ਼ ਗ੍ਰੇਟ ਟੂ ਬੀ ਅ ਵੂਮੈਨ ਵਿਦ ਯੂ। ਇਹਨਾਂ ਲਫ਼ਜ਼ਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਸੱਚੀ ਗੱਲ ਤਾਂ ਇਹ ਹੈ ਕਿ ਮੈਂ ਕਦੀ ਵੀ ਨਹੀਂ ਸੀ ਸੋਚਿਆ ਕਿ ਇੱਕ ਔਰਤ ਪ੍ਰੋਫੈਸ਼ਨਲ ਇੰਨੇ ਸੂਖਮ ਖਿਆਲਾਂ ਦੀ ਵੀ ਹੋ ਸਕਦੀ ਹੈ। ਇੱਕ ਦਿਨ ਸਾਡੇ ਹਿੰਦੁਸਤਾਨੀਆਂ ਦੀ ਪਾਰਟੀ ਸੀ, ਕਿਉਂਕਿ ਡਾਕਟਰ ਸੇਨ ਉਸ ਦਿਨ ਅਗਲੇ 3 ਸਾਲਾਂ ਲਈ ਅੰਤਰਰਾਸ਼ਟਰੀ ਅਰਥ ਸ਼ਾਸਤਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਸਨ। ਮੈਂ ਇਸ ਲੇਡੀ ਅਫਸਰ ਲੀਡੀਆ ਨੂੰ ਵੀ ਸੱਦ ਲਿਆ। ਪਾਰਟੀ ਇੱਕ 5-17 ਹੋਟਲ 'ਚ ਸੀ। ਪਹਿਲਾਂ ਤਾਂ ਸਾਰੇ ਕੁਝ ਹੈਰਾਨ ਕਿ ਇੱਕ ਔਰਤ ਆ ਗਈ 15-20 ਬੰਦਿਆਂ ਵਿੱਚ, ਜੋ ਹਿੰਦੁਸਤਾਨੀ ਤਾਂ ਸਮਝਦੀ ਨਹੀਂ ਸੀ। ਜਦ ਪਾਰਟੀ ਚੱਲ ਹੀ ਰਹੀ ਸੀ ਤਾਂ ਇੱਕ ਪੋਲੈਂਡ ਦਾ ਮੁੰਡਾ ਆ ਗਿਆ, ਜਿਨ੍ਹਾਂ ਦਾ ਗਰੁੱਪ ਕਾਫੀ ਵੱਡਾ ਸੀ ਅਤੇ ਵੱਖਰਾ ਹੀ। ਉਹਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਉਹਦੀ ਗਰਲਫ੍ਰੈਂਡ ਨੂੰ ਡਾਂਸ ਕਰਨ ਲਈ ਨਿਮੰਤਰਣ ਕਰਾਂ। ਮੈਨੂੰ ਡਾਂਸ ਤਾਂ ਕੋਈ ਆਉਂਦਾ ਨਹੀਂ ਸੀ, ਕਿਉਂਕਿ ਸਾਡੇ ਤਾਂ ਰਿਵਾਜ ਹੀ ਨਹੀਂ। ਮੈਂ ਥੋੜ੍ਹਾ ਝਿਜਕਿਆ ਤਾਂ ਲੀਡੀਆ ਨੇ ਕਿਹਾ ਕਿ ਉਹੀ ਮੁੰਡਾ ਹੈ ਜੋ 3 ਦਿਨ ਪਹਿਲਾਂ ਇੱਕ ਦੂਜੇ ਹੋਟਲ ਵਿੱਚ ਮੇਰੇ ਨਾਲ ਨਾਰਾਜ਼ ਹੋ ਚੁੱਕਾ ਸੀ, ਕਿਉਂਕਿ ਇਸ਼ਾਰਾ ਕਰਨ ਦੇ ਬਾਵਜੂਦ ਮੈਂ ਉਹਦੀ ਗਰਲਫ੍ਰੈਂਡ ਨੂੰ ਡਾਂਸ ਵਾਸਤੇ ਬੇਨਤੀ ਨਹੀਂ ਸੀ ਕੀਤੀ। ਇਹ ਬਾਅਦ ਵਿੱਚ ਮੇਰੇ ਨਾਲ ਲੜਨ ਤੱਕ ਗਿਆ ਸੀ। ਮੇਰੇ ਲਈ ਇੱਕ ਬੜਾ ਅਜੀਬ ਰਿਵਾਜ਼ ਅਤੇ ਸਥਿਤੀ ਸੀ। ਇਹ ਇੱਕ ਤਾਂ ਮੈਂ ਡਾਂਸ ਨਹੀਂ ਸੀ ਜਾਣਦਾ, ਅਤੇ ਦੂਸਰਾ ਇਹ ਸੋਚਦਾ ਸਾਂ ਕਿ ਮੁਸੀਬਤ ਮੇਰੇ 'ਤੇ ਕਿਉਂ, ਬਾਕੀ ਵੀ ਹਿੰਦੁਸਤਾਨੀ ਸਨ ਅਤੇ ਇੱਕ ਹੋਰ ਪੱਗ ਵਾਲਾ ਵੀ ਸੀ। ਖੈਰ ਮੈਂ ਬੱਧਾ ਰੁੱਧਾ ਉੱਠ ਕੇ ਉਸ ਕੁੜੀ ਨੂੰ ਰਸਮੀ ਤੌਰ 'ਤੇ ਬੇਨਤੀ ਕੀਤੀ ਅਤੇ ਇੱਕ ਗੀਤ ਅਤੇ 5-7 ਮਿੰਟ ਉਸ ਨਾਲ ਐਵੇਂ ਲੱਤਾਂ ਮਾਰ ਕੇ ਡਾਂਸ ਕੀਤਾ ਅਤੇ ਉਹਨੂੰ ਉਹਦੀ ਕੁਰਸੀ 'ਤੇ ਬਿਠਾ ਸ਼ੁਕਰੀਆ ਅਦਾ ਕਰਕੇ ਜਾਨ ਛੁਡਾਈ। ਉਸ ਕੁੜੀ ਦਾ ਜਿਉਂ ਮਾਣ ਅਤੇ ਕਦਰ ਹੀ ਵੱਧ ਗਈ ਹੋਵੇ। ਉਹ ਅਤੇ ਉਹਦਾ ਬੋਏਫ੍ਰੈਂਡ ਬਹੁਤ ਖੁਸ਼ ਹੋਏ। ਧੰਨਵਾਦ ਵਜੋਂ ਉਸ ਦੂਜੇ ਬੈਂਡ ਦੀ ਆਵਾਜ਼ 'ਤੇ ਮੇਰੇ ਨਾਲ ਬੈਠੀ ਲਿੰਡੀਆ ਨੂੰ ਬੇਨਤੀ ਕੀਤੀ ਅਤੇ ਡਾਂਸ ਲਈ ਲੈ ਗਿਆ। ਮੈਂ ਸੋਚਿਆ ਚੰਗਾ ਹੋਇਆ ਕਿ ਉਹਨਾਂ
ਕਿਉਂਕਿ ਨਾ ਮੈਂ ਤੇ ਨਾ ਹੀ ਕਿਸੇ ਹੋਰ ਹਿੰਦੁਸਤਾਨੀ ਨੇ ਲੀਡੀਆ ਨੂੰ ਡਾਂਸ ਲਈ ਬੇਨਤੀ ਕਰਨੀ ਸੀ। ਸਾਨੂੰ ਤਾਂ ਇਹਨਾਂ ਐਟੀਕੇਟਾਂ ਦਾ ਪਤਾ ਹੀ ਨਹੀਂ ਸੀ ਤੇ ਉਸ ਵਿਚਾਰੀ ਨੇ ਸੁੰਗੜ ਕੇ ਬੈਠੀ ਰਹਿਣਾ ਸੀ। ਮੈਂ ਵੇਖਿਆ ਪੋਲਿਸ਼ ਲੋਕ ਬਹੁਤ ਖੁੱਲ੍ਹ ਦਿਲੇ ਤੇ ਆਪਣੀ ਜ਼ਿੰਦਗੀ ਦਾ ਰਸ ਰੱਜ ਕੇ ਮਾਣਦੇ ਹਨ। ਇਹਨਾਂ ਵਾਸਤੇ ਸੋਵੀਅਤ ਯੂਨੀਅਨ ਵਿੱਚ ਹੀ ਛੁੱਟੀ ਮਨਾਉਣਾ ਸਭ ਤੋਂ ਸਸਤਾ ਤੇ ਰੌਚਕ ਸੀ। ਰੂਸੀ ਹੋਟਲ ਵੀ ਖਚਾ ਖਚ ਭਰੇ ਰਹਿੰਦੇ ਸੀ। ਇਹ ਇੱਕ ਆਮ ਪ੍ਰਚਲਿਤ ਰਿਵਾਜ਼ ਸੀ ਕਿ ਜਦੋਂ ਕੋਈ ਜੋ ਟੇਬਲ ਤੇ ਬੈਠਦਾ ਸੀ ਤਾਂ ਬਿਨਾਂ ਪੁੱਛੇ ਆਦਮੀ ਵਾਸਤੇ ਅੱਧੀ ਬੋਤਲ ਵੋਦਕਾ ਦੀ ਤੇ ਔਰਤ ਵਾਸਤੇ ਅੱਧੀਆ ਵਾਈਨ ਦਾ ਰੱਖ ਜਾਂਦਾ ਸੀ। ਹੁਣ ਜਿਹੇ ਬਾਅਦ ਵਿੱਚ ਤਾਂ ਸਰਕਾਰ ਨੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਸੀ। ਇਸ ਪਾਬੰਦੀ ਦਾ ਕਾਰਨ ਆਰਥਿਕ ਤੇ ਸਮਾਜਿਕ ਦੋਨੋਂ ਹੀ ਸਨ। ਆਰਥਿਕ ਤੌਰ ਤੇ ਰੂਸੀ ਵੋਦਕਾ ਸੰਸਾਰ ਪ੍ਰਸਿੱਧ ਸੀ। ਇਹਦੀ ਨਿਰਯਾਤ ਵਧਾਉਣ ਲਈ ਇਹਦੀ ਅੰਦਰੂਨੀ ਖਪਤ ਘੱਟ ਜਾਂ ਖਤਮ ਕਰ ਦੇਣ ਦਾ ਪ੍ਰੋਗਰਾਮ ਸੀ। ਸਮਾਜਿਕ ਤੌਰ 'ਤੇ ਰੂਸੀ ਮਰਦ ਸ਼ਰਾਬ ਪੀ ਕੇ ਔਰਤਾਂ ਨੂੰ ਮਾਰਦੇ ਬਹੁਤ ਸਨ। ਇਸ ਬਿਮਾਰੀ ਨੂੰ ਵੀ ਜੜ੍ਹਾਂ ਤੋਂ ਵੱਢਣ ਦੀ ਜ਼ਰੂਰਤ ਸੀ। 1985 'ਚ ਮੈਂ ਵਿਦਿਆਰਥੀਆਂ ਦਾ ਇੱਕ ਡੈਲੀਗੇਸ਼ਨ ਲੈ ਕੇ ਗਿਆ ਸੀ ਜਿਸ ਵਿੱਚ 3-4 ਮੁੰਡੇ 5 ਕੁੜੀਆਂ ਸਨ, ਨਾਲ ਇੱਕ ਮਿਊਜ਼ਿਕ ਅਤੇ ਡਾਂਸ ਮਾਸਟਰ ਸੀ। ਮੇਰੇ ਨਾਲ ਜਸਟਿਸ ਅਜੀਤ ਸਿੰਘ ਅਤੇ ਟ੍ਰਿਬਿਊਨ ਅਖਬਾਰ ਦਾ ਇੱਕ ਐਡੀਟਰ ਸੀ। ਸਾਡਾ ਮੁੱਖ ਤੌਰ 'ਤੇ ਦੌਰਾ ਉਜ਼ਬੇਕਿਸਤਾਨ ਦਾ ਸੀ ਅਤੇ ਕਾਫੀ ਅਰਸਾ ਅਸੀਂ ਤਾਸ਼ਕੰਦ ਵਿੱਚ ਰਹੇ। ਸਮਰਕੰਦ, ਬੁਖਾਰਾ ਆਦਿ ਅਸੀਂ ਕਾਫੀ ਹੋਰ ਥਾਵਾਂ ਵੀ ਦੇਖੀਆਂ। ਕਈ ਬਾਗ ਅਤੇ ਫਾਰਮ ਵੀ ਵੇਖੇ। ਸਰਕਾਰ ਨੇ ਸਾਨੂੰ ਇੱਕ ਛੋਟਾ ਸੈੱਟ ਜਹਾਜ਼ ਦਿੱਤਾ ਹੋਇਆ ਸੀ। ਹਰ ਹਵਾਈ ਅੱਡੇ 'ਤੇ ਲੋਕਾਂ ਨੇ ਸਾਡਾ ਸਵਾਗਤ ਡਾਂਸ ਕਰਕੇ ਸੱਭਿਆਚਾਰਕ ਤਰੀਕਿਆਂ ਨਾਲ ਕੀਤਾ। ਮੱਧ ਏਸ਼ੀਆ 'ਚ ਵੜ ਕੇ ਸੋਚਿਆ ਕਿ ਇਹ ਇਲਾਕਾ ਹੈ ਜਿੱਥੇ ਕਈ ਸਦੀਆਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਹਿਜਰਤ ਕੀਤੀ ਸੀ। ਬੜੀ ਖੁਸ਼ਕ ਪਰ ਰਮਣੀਕ ਧਰਤੀ ਹੈ। ਇਹੋ ਜਿਹੇ ਮਿੱਠੇ ਅਤੇ ਸੋਹਣੇ ਅੰਗੂਰ ਅਤੇ ਖਰਬੂਜੇ ਮੈਂ ਕਿਤੇ ਨਹੀਂ ਵੇਖੇ। ਉਂਗਲਾਂ ਵਾਂਗ ਲੰਬੇ ਕਾਲੇ ਸ਼ਾਹ ਅੰਗੂਰ ਨਿਰੀ ਖੰਡ ਸਨ। ਖਰਬੂਜੇ ਇੰਨੇ ਮਿੱਠੇ ਸਨ ਕਿ ਲੋਕ ਇਹਨਾਂ ਦੀਆਂ ਛਿਲੀਆਂ ਹੋਈਆਂ ਫਾੜੀਆਂ ਧੁੱਪੇ ਸੁਕਾ ਕੇ ਅੰਬ ਪਾਪੜ ਵਾਂਗ ਤਹਿ ਕਰ ਲੈਂਦੇ ਸਨ, ਜੋ ਕਾਫੀ ਦੇਰ ਰੱਖੀਆਂ ਜਾ ਸਕਦੀਆਂ ਸਨ। ਇਹ 2-3 ਪੈਕਟ ਮੈਂ ਵਾਪਸ ਆਉਂਦਾ ਭਾਰਤ ਵੀ ਲਿਆਇਆ। ਖਾ ਕੇ ਕੋਈ ਪਹਿਚਾਣ ਹੀ ਨਹੀਂ ਸਕਿਆ ਕਿ ਸੁਕਾਏ ਹੋਏ ਖਰਬੂਜੇ ਨੇ। ਇਸ ਮੁਲਕ ਵਿੱਚ ਲੀਡਰਾਂ ਦੀਆਂ ਅਤੇ ਯੁੱਧਾਂ ਵਿੱਚ ਸ਼ਹੀਦ ਹੋਏ ਲੋਕਾਂ ਦੀਆਂ ਯਾਦਗਾਰਾਂ ਅਤੇ ਅਜਾਇਬ ਘਰ ਬਹੁਤ ਹਨ। ਵਿੱਦਿਆ ਪੱਖੋਂ ਇਹ ਬਹੁਤ ਹੀ ਲਾਭਦਾਇਕ ਹਨ। ਇਹਨਾਂ ਅਜਾਇਬ ਘਰਾਂ ਨੂੰ ਵੇਖਣ ਵਾਸਤੇ ਸਥਾਨਕ ਲੋਕ ਬਹੁਤ ਜਾਂਦੇ ਨੇ। ਅਸੀਂ ਉਹ ਕਮਰਾ ਵੀ ਵੇਖਿਆ ਜਿੱਥੇ ਸਾਡੇ ਬਹੁਤ ਸਤਿਕਾਰਤ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਅਕਾਲ ਚਲਾਣਾ ਕਰ ਗਏ ਸਨ। ਇਸ ਦੌਰੇ 'ਚ ਮੈਂ ਵੇਖਿਆ ਕਿ ਇਹਨਾਂ ਹਰ ਸਕੂਲ ਨੂੰ ਹਿੰਦੀ, ਜਪਾਨੀ, ਅੰਗਰੇਜ਼ੀ ਆਦਿ ਸਕੂਲ ਨਿਯਤ ਕੀਤਾ ਹੋਇਆ। ਇੱਥੇ ਕਾਫੀ ਹਿੰਦੀ ਸਕੂਲ ਹਨ। ਇਹਨਾਂ ਸਕੂਲਾਂ ਵਿੱਚ ਆਮ ਵਿਸ਼ਿਆਂ ਤੋਂ ਇਲਾਵਾ ਹਰ ਵਿਦਿਆਰਥੀ ਹਿੰਦੀ ਪੜ੍ਹਦਾ ਹੈ ਸਾਰੇ ਸਾਲ ਹੀ। ਨਤੀਜੇ ਵਜੋਂ ਆਮ ਪੜ੍ਹਾਈ ਦੇ ਨਾਲ ਨਾਲ ਹਰ ਵਿਦਿਆਰਥੀ ਜਦ ਸਕੂਲ ਛੱਡਦਾ ਤਾਂ ਉਹ ਕਾਫੀ ਪਰਿਪੱਕ ਹੋਇਆ ਹੁੰਦਾ ਹਿੰਦੀ ਜ਼ਬਾਨ 'ਚ। ਇਸੇ ਤਰ੍ਹਾਂ ਸਕੂਲਾਂ ਵਿੱਚ ਵੀ ਹਰ ਵਿਦਿਆਰਥੀ ਉਸ ਸਕੂਲ ਵਿੱਚ ਅਪਣਾਈ ਜ਼ਬਾਨ ਜਰਮਨ, ਜਪਾਨੀ, ਅੰਗਰੇਜ਼ੀ ਆਦਿ ਵਿੱਚ ਕਾਫੀ ਪਰਿਪੱਕ ਹੋ ਕੇ ਨਿਕਲਦਾ ਹੈ। ਇਸ ਨਾਲ ਹਰ ਵਿਦਿਆਰਥੀ ਸ਼ੁਰੂ ਤੋਂ ਹੀ ਇੱਕ ਵਿਦੇਸ਼ੀ ਜ਼ੁਬਾਨ ਅਪਣਾ ਲੈਂਦਾ ਜਿਹਨੂੰ ਉਹ ਉਚੇਰੀ ਪੜ੍ਹਾਈ 'ਚ ਬਾਖੂਬੀ ਅਪਣਾ ਸਕਦਾ ਹੈ। ਅਸੀਂ ਜਿੱਥੇ ਵੀ ਗਏ ਉੱਥੇ ਡਾਂਸ, ਗਾਣੇ ਅਤੇ ਗਿੱਧੇ ਦਾ ਪ੍ਰੋਗਰਾਮ ਦਿੱਤਾ। ਨਾਲ ਨਾਲ ਹੀ ਸਥਾਨਕ ਕਲਾਕਾਰਾਂ ਨੇ ਆਪਣੇ ਦੇਸ਼ ਦੇ ਨਾਚ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਕਲਚਰਲ ਟ੍ਰਿਪ ਵਿੱਚ ਕੋਈ ਪ੍ਰੋਫੈਸ਼ਨਲ ਮੁਲਾਕਾਤ ਨਹੀਂ ਹੋਈ, ਸਿਰਫ ਸੱਭਿਆਚਾਰਕ ਆਦਾਨ ਪ੍ਰਦਾਨ ਹੀ ਹੋਇਆ। ਇੱਕ ਚੀਜ਼ ਜੋ ਮੈਂ ਵੇਖੀ ਹੋਈ ਸੀ ਕਿ ਜਿੱਥੇ ਵੀ ਅਸੀਂ ਗਏ, ਖਾਸ ਕਰਕੇ ਕੁਲੈਕਟਰ ਫਾਰਮਾਂ 'ਤੇ, ਇਹ ਬਹੁਤ ਜ਼ੋਰ ਦੇ ਕੇ ਦੱਸਿਆ ਜਾਂਦਾ ਸੀ ਕਿ ਜਿਸ ਇਸ ਥਾਂ 40 ਜਾਂ 42 ਕੌਮਾਂ ਦੇ ਬੰਦੇ ਕੰਮ ਕਰਦੇ ਹਨ। ਉਹ ਵੱਖ ਵੱਖ ਥਾਵਾਂ 'ਤੇ ਬਾਹਰੋਂ ਆਏ ਬੰਦਿਆਂ ਨੂੰ ਕੌਮਾਂ ਗਰਦਾਨਦੇ ਸਨ। ਮੈਂ ਬੜਾ ਹੈਰਾਨ ਸੀ ਕਿ ਹਰ ਵੱਖਰੀ ਥਾਂ 'ਤੇ ਆਏ ਬੰਦਿਆਂ ਨੂੰ ਕੌਮ ਗਿਣਦੇ ਨੇ। ਜਿੱਥੇ ਕਿ ਭਾਰਤ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਸਿੱਖ ਕੌਮ ਕਹਿ ਦਿੱਤਾ ਤਾਂ ਇੱਕ ਕਿਸਮ ਦਾ ਵਕਤ ਹੀ ਪੈ ਗਿਆ ਸੀ। ਇਸ ਵਕਤ ਕੋਈ ਬਹੁਤੀ ਮਜ਼ਬੂਤ ਹਾਲਤ ਨਹੀਂ ਸੀ ਇਸ ਦੇਸ਼ ਦੀ। ਆਰਥਿਕ ਅਤੇ ਸਮਾਜਿਕ ਤਰੇੜਾਂ ਪੈ ਚੁੱਕੀਆਂ ਸਨ। ਸਮਾਜਿਕ ਤੌਰ 'ਤੇ ਇੱਥੋਂ ਦੇ ਲੋਕ ਰੂਸੀਆਂ ਨੂੰ ਕੋਈ ਬਹੁਤਾ ਪਸੰਦ ਨਹੀਂ ਸਨ ਕਰਦੇ ਅਤੇ ਰੂਸੀ ਜ਼ਬਾਨ ਵੀ ਆਪਣੇ ਉੱਤੇ ਠੋਸੀ ਹੋਈ ਸਮਝਦੇ ਸਨ। ਭਾਵੇਂ ਖੁੱਲ੍ਹ ਕੇ ਤਾਂ ਗੱਲ ਨਹੀਂ ਸਨ ਕਰਦੇ, ਪਰ ਸੋਵੀਅਤ ਯੂਨੀਅਨ ਵਾਲੀ ਭਾਵਨਾ ਢਿੱਲੀ ਪੈ ਗਈ ਲੱਗਦੀ ਸੀ। ਪਰ ਹਾਲੇ ਵੀ ਸਿਸਟਮ ਵੇਖਣ ਨੂੰ ਠੀਕ ਚੱਲ ਰਿਹਾ ਸੀ। ਲੋਕਾਂ ਦੀ ਦਿਲਚਸਪੀ ਵਿਦੇਸ਼ੀ ਚੀਜ਼ਾਂ ਵਿੱਚ ਕਾਫੀ ਵੱਧ ਚੁੱਕੀ ਸੀ। ਜੀ ਚਾਹੇ ਤਾਂ ਭਾਵੇਂ ਆਪਣੇ ਕੱਪੜੇ ਵੀ ਮਹਿੰਗੇ ਭਾਅ ਵੇਚ ਸਕਦਾ ਸੀ। ਬਾਹਰੋਂ ਆਇਆ ਵਿਦੇਸ਼ੀ ਬੰਦਾ ਚੀਜ਼ਾਂ ਵਸਤਾਂ ਦੀ ਵੇਖਣ ਨੂੰ ਹਾਲੇ ਕੋਈ ਕਮੀ ਦਿਖਾਈ ਨਹੀਂ ਸੀ ਦੇ ਰਹੀ, ਪਰ ਕੁਆਲਿਟੀ ਵਜੋਂ ਵਰਤੋਂ ਦੀਆਂ ਚੀਜ਼ਾਂ ਬਹੁਤ ਚੰਗੀਆਂ ਨਹੀਂ ਸਨ। ਵਿਦੇਸ਼ੀਆਂ ਵਾਸਤੇ ਡਾਲਰਾਂ ਵਿੱਚ ਖਰੀਦਣ ਨੂੰ ਕਾਫੀ ਅੱਛਾ ਕੀਮਤੀ ਸਮਾਨ ਜਿਵੇਂ ਕਿ ਕੱਟ ਗਲਾਸ, ਕੀਮਤੀ ਹੀਰੇ ਆਦਿ ਮਿਲਦੇ ਸਨ। ਅਸੀਂ ਕਿਉਂਕਿ ਸਰਕਾਰੀ ਖਰਚੇ ਅਤੇ ਉਜ਼ਬੇਕਿਸਤਾਨ ਸਰਕਾਰ ਦੇ
ਮਹਿਮਾਨ ਸਾਂ ਅਤੇ ਸਾਨੂੰ ਸਭ ਤੋਂ ਵਧੀਆ ਹੋਟਲਾਂ ਵਿੱਚ ਠਹਿਰਾਇਆ ਜਾਂਦਾ ਸੀ। ਜਿੱਧਰ ਨੂੰ ਸਾਡੀਆਂ ਕਾਰਾਂ ਜਾਂਦੀਆਂ ਸਨ, ਆਵਾਜਾਈ ਵੀ ਰੋਕ ਦਿੱਤੀ ਜਾਂਦੀ ਸੀ। ਇਸ ਦੌਰੇ 'ਤੇ ਮੈਨੂੰ ਸਮਾਜਿਕ ਤੌਰ 'ਤੇ ਅਸਲੀਅਤ ਜਾਣਨਾ ਕਾਫੀ ਔਖਾ ਸੀ। ਸਿਰਫ ਇੱਕ ਥਾਂ, ਇੱਕ ਫਾਰਮ 'ਤੇ ਇੱਕ ਫਾਰਸੀ ਬੋਲਣ ਵਾਲਾ ਬੰਦਾ ਮਿਲ ਗਿਆ। ਫਾਰਸੀ ਕਰਕੇ ਕਾਫੀ ਨੇੜਤਾ ਹੋ ਗਈ। ਉਹਦੀਆਂ ਗੱਲਾਂ ਤੋਂ ਇੰਝ ਭਾਸਦਾ ਸੀ ਕਿ ਸਿਲਸਿਲਾ ਬਹੁਤ ਦੇਰ ਇੰਝ ਨਹੀਂ ਚੱਲ ਸਕਦਾ, ਕੁਝ ਨਾ ਕੁਝ ਜ਼ਰੂਰ ਵਾਪਰੇਗਾ। ਉਸ ਵਕਤ ਰੂਬਲ ਦੀ ਕੀਮਤ ਕਾਫੀ ਗਿਰ ਗਈ ਸੀ। $1 ਦੇ 5 ਰੂਬਲ ਮਿਲ ਜਾਂਦੇ ਸਨ। ਜੇ ਰੂਬਲ ਕੋਲ ਹੋਣ ਵੀ ਤਾਂ ਖਰੀਦਣ ਨੂੰ ਬਹੁਤਾ ਕੁਝ ਨਹੀਂ ਸੀ। ਸਾਨੂੰ ਰੇਡੀਓ ਅਤੇ ਟੀਵੀ ਦੇ ਪ੍ਰੋਗਰਾਮ ਦਵਾ ਕੇ ਉਹਨਾਂ ਰੂਬਲਾਂ ਵਿੱਚ ਫੀਸਾਂ ਦਿੱਤੀਆਂ, ਜੋ ਸਾਨੂੰ ਖਰਚਣੀਆਂ ਮੁਸ਼ਕਿਲ ਹੋ ਗਈਆਂ। ਮੈਂ ਤਾਂ ਬੱਚਿਆਂ ਲਈ ਕੁਝ ਅਣਘੜਤ ਜਿਹੇ ਖਿਡੌਣੇ ਹੀ ਲੈ ਆਇਆ। ਹੋਰ ਕੁਝ ਹੈ ਹੀ ਨਹੀਂ ਸੀ ਰੂਬਲਾਂ ਨਾਲ ਖਰੀਦਣ ਨੂੰ। 1999 ਵਿੱਚ ਮੈਂ ਸਿਰਫ ਇੱਕ ਹਫ਼ਤੇ ਲਈ ਇੰਡੋ ਸੋਵੀਅਤ ਕਲਚਰਲ ਸੁਸਾਇਟੀ ਦੇ ਨੁਮਾਇੰਦੇ ਵਜੋਂ 26 ਜਨਵਰੀ ਦਾ ਦਿਨ ਮਨਾਉਣ ਲਈ ਮਾਸਕੋ ਗਿਆ ਸੀ। ਮੇਰੇ ਨਾਲ ਜਸਟਿਸ ਕ੍ਰਿਸ਼ਨਾ ਅਈਅਰ ਸਨ। ਅਸੀਂ ਦੋ ਨੁਮਾਇੰਦੇ ਇਸ ਸੁਸਾਇਟੀ ਦੇ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ ਸਾਂ। ਮੈਨੂੰ ਬੜੀ ਹੈਰਾਨੀ ਹੋਈ ਕਿ ਇਹਨਾਂ ਮੈਨੂੰ ਕਿਵੇਂ ਨੁਮਾਇੰਦਾ ਚੁਣ ਲਿਆ। ਮੈਂ ਤਾਂ ਕਿਤੇ ਵੀ ਅਤੇ ਕਦੀ ਵੀ ਇਸ ਪਾਰਟੀ ਨਾਲ ਸੰਬੰਧਿਤ ਜਾਂ ਕਮਿਊਨਿਜ਼ਮ ਦਾ ਮੁੱਦਾ ਹੀ ਨਹੀਂ ਰਿਹਾ। ਮੇਰਾ ਵਿਚਾਰ ਹੈ ਕਿ ਜਦ ਮੈਂ 1985 ਸੱਭਿਆਚਾਰਕ ਦੌਰੇ ਤੋਂ ਵਾਪਸ ਆ ਕੇ ਇੱਕ ਲੇਖ ਲਿਖਿਆ ਸੀ ਲੋਕਾਂ ਦੀ ਜਾਣਕਾਰੀ ਵਾਸਤੇ, ਅਤੇ 2 ਘੰਟੇ ਦਾ ਸੈਮੀਨਾਰ ਦਿੱਤਾ ਸੀ ਸਮਾਜਵਾਦੀ ਢਾਂਚੇ ਉੱਤੇ, ਉਹਦਾ ਅਸਰ ਸੀ ਅਤੇ ਇਹਨਾਂ ਨੂੰ ਯਕੀਨ ਸੀ ਕਿ ਮੈਂ ਇਹਨਾਂ ਦੀ ਨੁਮਾਇੰਦਗੀ ਠੀਕ ਕਰ ਸਕਦਾ ਸੀ। ਉਸ ਵੇਲੇ ਸਾਡੇ ਨਾਲ ਕਾਂਗਰਸ ਦੇ ਵੀ 2 ਨੁਮਾਇੰਦੇ ਸਨ। ਅਸੀਂ ਚਾਰੇ ਇਕੱਠੇ ਹੋ ਗਏ ਅਤੇ ਰਹੇ, ਕਈਆਂ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਲੈਕਚਰ ਦਿੱਤੇ, ਅਤੇ ਭਾਰਤ ਰੂਸ ਦੋਸਤੀ ਦੇ ਸਾਂਝੇ ਹਿੱਤਾਂ ਦੀਆਂ ਬਿਆਨਬਾਜ਼ੀਆਂ ਵੀ ਸੁਣੀਆਂ। ਭਾਵੇਂ ਕਿ ਭਾਰਤ ਅਤੇ ਸੋਵੀਅਤ ਯੂਨੀਅਨ ਦੇ ਬਹੁਤ ਡੂੰਘੇ ਸੁਹਿਰਦ ਸੰਬੰਧ ਸਨ ਅਤੇ ਭਾਰਤੀਆਂ ਨੂੰ ਬੜੇ ਆਦਰ ਨਾਲ ਵੇਖਿਆ ਜਾਂਦਾ ਸੀ, ਪਰ ਲੈਕਚਰਬਾਜ਼ੀ ਕਾਫੀ ਫੋਕੀ ਜਾਪਦੀ ਸੀ। ਕੋਈ ਡੂੰਘਾਈ ਨਹੀਂ ਸੀ ਵਿਚਾਰਾਂ ਵਿੱਚ। ਰਸਮੀ ਤੌਰ 'ਤੇ ਜਿਵੇਂ ਬੋਲਣਾ ਹੀ ਹੁੰਦਾ ਹੈ, ਬੋਲੀ ਜਾਂਦੇ ਸਨ ਦੋਵਾਂ ਪਾਸਿਆਂ ਤੋਂ। ਜਸਟਿਸ ਕ੍ਰਿਸ਼ਨਾ ਅਈਅਰ ਬਹੁਤ ਅੱਛੇ ਬੁਲਾਰੇ ਸਨ, ਪਰ ਉਹਨਾਂ ਦਾ ਬਹੁਤ ਰੁਝਾਨ ਮੌਤ ਤੋਂ ਬਾਅਦ ਅਤੇ ਅਗਲੇ ਜਨਮ ਦੀ ਫਿਲਾਸਫੀ ਵਿੱਚ ਰਿਹਾ। ਉਹ ਕੋਸ਼ਿਸ਼ ਕਰ ਰਹੇ ਸਨ ਕਿ ਨਾ ਉਹਨਾਂ ਫਿਲਾਸਫਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਏ ਜੋ ਇਸ ਪੱਖੋਂ ਕੁਝ ਦੱਸ ਸਕਣ। 2 ਕਾਂਗਰਸੀਆਂ ਦੀ ਕੋਈ ਖਾਸ ਦਿਲਚਸਪੀ ਕਿਸੇ ਪੱਖ ਵਿੱਚ ਨਹੀਂ ਸੀ। ਇੱਕ ਨੇ ਤਾਂ $100 8 ਰੂਬਲ ਦੇ ਹਿਸਾਬ ਨਾਲ ਬਲੈਕ ਵਿੱਚ ਵਟਾ ਲਿਆ ਅਤੇ ਉਹਨੂੰ ਖਰਚਣ ਦੀ ਕੋਸ਼ਿਸ਼ ਵਿੱਚ ਹੀ ਰਿਹਾ, ਕਿਉਂਕਿ ਖਰੀਦਣ ਨੂੰ ਕੋਈ ਖਾਸ ਚੀਜ਼ ਹੈ ਨਹੀਂ ਸੀ। ਫਿਰ ਉਹ ਰੂਬਲ ਸਾਡੇ ਉੱਤੇ ਮੜਦਾ ਫਿਰੇ, ਦੂਜਾ ਇਹੋ ਜਿਹੇ ਥਾਂ ਟੋਲਦਾ ਫਿਰੇ। ਲੈਨਨ ਗਰਾਦ ਵਿੱਚ ਉਹਨੇ ਇੱਕ ਲੇਡੀ ਨਾਲ ਗੁਸਤਾਖੀ ਕਰ ਦਿੱਤੀ। ਸਾਨੂੰ ਸਾਰਿਆਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮੇਰੇ ਵਾਸਤੇ ਸੋਵੀਅਤ ਯੂਨੀਅਨ ਦਾ ਕਾਫੀ ਨਾਜ਼ੁਕ ਸਮਾਂ ਸੀ। ਇੱਕ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨੀ ਦਾ ਵਿਦਿਆਰਥੀ ਹੋਣ ਨਾਤੇ ਮੈਨੂੰ ਇਹ ਸਮਾਜ ਅਤੇ ਆਰਥਿਕ ਢਾਂਚਾ ਖੇਰੂ ਖੇਰੂ ਹੁੰਦਾ ਦਿਖਾਈ ਦਿੰਦਾ ਸੀ। ਬੜੀ ਦਿਲਚਸਪ ਪਰ ਦਿਲ ਹਿਲਾ ਦੇਣ ਵਾਲੀ ਸਥਿਤੀ ਸੀ। ਲੋਕ ਜਲਸੇ ਕਰ ਰਹੇ ਸਨ, ਇੱਥੋਂ ਤੱਕ ਕਿ ਜਦ ਮਾਸਕੋ ਯੂਨੀਵਰਸਿਟੀ 'ਚ ਸਾਡਾ ਪ੍ਰੋਗਰਾਮ ਸੀ ਤਾਂ ਹੜਤਾਲ ਹੋ ਗਈ। ਇਹ ਸੋਵੀਅਤ ਢਾਂਚੇ ਦੇ ਬਿਖਰ ਜਾਣ ਦੀਆਂ ਸਾਫ਼ ਨਿਸ਼ਾਨੀਆਂ ਸਨ। ਹੜਤਾਲ ਇਸ ਕਰਕੇ ਸੀ ਕਿ ਇੱਕ ਸੱਜੇ ਪੱਖੀ ਵਿਦਰੋਹੀ ਪ੍ਰੋਫੈਸਰ ਨੂੰ ਚੋਣਾਂ ਲੜਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਅਤੇ ਪੜ੍ਹਿਆ ਲਿਖਿਆ ਤਬਕਾ ਸਮੁੱਚੇ ਤੌਰ 'ਤੇ ਵਿਦਰੋਹ ਵਿੱਚ ਆ ਗਿਆ ਸੀ। ਹੜਤਾਲਾਂ 'ਤੇ ਜਲਸੇ ਹੋ ਰਹੇ ਸਨ। ਇਸ ਹੜਤਾਲ ਕਰਕੇ ਮੈਨੂੰ ਬਹੁਤ ਅੱਛਾ ਮੌਕਾ ਮਿਲ ਗਿਆ 4-5 ਪ੍ਰੋਫੈਸਰਾਂ ਨਾਲ ਗੈਰ ਰਸਮੀ ਤੌਰ 'ਤੇ ਬੈਠ ਕੇ ਗੱਲਬਾਤ ਕਰਨ ਦਾ। ਜੋ ਮੈਂ ਸਿੱਟੇ ਕੱਢੇ ਹੋਏ ਸਨ ਕਿ ਇਸ ਦੇਸ਼ ਦਾ ਆਰਥਿਕ ਢਾਂਚਾ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਭੂੰਬੜਾ ਪਾਟਣ ਵਾਲਾ ਹੀ ਸੀ। ਸਟੋਰਾਂ ਵਿੱਚ ਦੁੱਧ, ਰੋਟੀ, ਮੀਟ ਦੀ ਕਾਫੀ ਕਮੀ ਸੀ। ਅੱਛਾ ਮਾਲ ਇੱਕ ਪਾਸੇ ਕਰਕੇ ਬਲੈਕ 'ਚ ਵੇਚਿਆ ਜਾਂਦਾ ਸੀ। ਆਮ ਲੋਕਾਂ ਨੂੰ ਸਰਕਾਰੀ ਭਾਅ 'ਤੇ ਪੁਰਾਣਾ ਅਤੇ ਮਾੜਾ ਮਾਲ ਮਿਲਦਾ ਸੀ। ਸਟੋਰਾਂ ਵਿੱਚ ਮੂਲ ਲੋੜ ਦੀਆਂ ਚੀਜ਼ਾਂ ਵਸਤਾਂ ਦੀ ਵੀ ਕਾਫੀ ਕਮੀ ਸੀ। ਸਾਬਣ, ਟੁੱਥਪੇਸਟ ਆਦਿ ਤੋਂ ਫੱਟੇ ਖਾਲੀ ਸਨ। ਦਵਾਈਆਂ ਦੀ ਕਮੀ ਸੀ। ਲੋਕ ਨਿਰਾਸ਼ ਸਨ ਅਤੇ ਕਿਸੇ ਤਬਦੀਲੀ ਦੀ ਆਸ ਵਿੱਚ ਸਨ। ਮੁਸ਼ਕਿਲ ਵਾਲੀ ਗੱਲ ਇਹ ਸੀ ਕਿ ਜਿੱਥੇ ਇਸ ਢਾਂਚੇ ਤੋਂ ਸਮਾਜਵਾਦੀ ਕੰਟਰੋਲ ਉੱਠਦਾ ਜਾ ਰਿਹਾ ਸੀ, ਕੇਂਦਰੀ ਕਮਾਂਡ ਸਿਸਟਮ ਉਸੇ ਤਰ੍ਹਾਂ ਕਾਇਮ ਸੀ, ਜੋ ਵਿਕੇਂਦਰੀਕਰਨ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਅੰਦਾਜ਼ਾ ਲਾਓ ਕਿ ਲੈਨਿਨਗ੍ਰਾਦ ਦੇ 5-17 ਗਸਤੀ ਨਸਤੀਆ ਲੈਨਿਨਗ੍ਰਾਦ ਹੋਟਲ ਦੇ ਮਾਲਕ ਨੂੰ ਕੰਧਾਂ 'ਤੇ ਪੇਂਟ ਕਰਨ ਨੂੰ ਵੀ ਹੁਕਮ ਮਾਸਕੋ ਤੋਂ ਲੈਣੇ ਪੈ ਰਹੇ ਸਨ, ਜੋ ਮਿਲ ਨਹੀਂ ਰਹੇ ਸਨ। ਪਰ ਇਹਨਾਂ ਬਦਲਦੇ ਹਾਲਾਤ ਦੀ ਸਾਰ ਲੈਣ ਵਾਲੇ ਅਦਾਰੇ ਅਤੇ ਸਿਸਟਮ ਵਿਕਸਿਤ ਨਹੀਂ ਹੋ ਰਹੇ ਸਨ। ਇੰਝ ਜਾਪਦਾ ਸੀ ਕਿ ਇਹ ਸਮਾਜ ਹਨੇਰੇ ਛਾਲ ਮਾਰੇਗਾ ਕਿਸੇ ਰੋਸ਼ਨੀ ਦੀ ਆਸ ਵਿੱਚ, ਪਰ ਉਸ ਰੋਸ਼ਨੀ ਦੇ ਮਿਲ ਜਾਣ ਦੇ ਮਕਾਮ ਕਾਫੀ ਮੱਧਮ ਦਿਖਾਈ ਦਿੰਦੇ ਸਨ। ਮੈਂ ਕੋਸ਼ਿਸ਼ ਕਰਕੇ ਖੇਤੀ ਦੇ ਇੰਚਾਰਜ
ਡਿਪਟੀ ਮਿਨਿਸਟਰ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ 15 ਮਿੰਟਾਂ ਦੀ ਨਿਰਧਾਰਤ ਹੋਈ। ਉਸ ਦਿਨ ਜਿਸ ਦਿਨ ਮੈਂ ਭਾਰਤ ਪਰਤਣਾ ਸੀ, ਜਦ ਗੱਲਬਾਤ ਸ਼ੁਰੂ ਹੋਈ ਤਾਂ 2 ਘੰਟੇ ਚੱਲੀ। ਮਿਨਿਸਟਰ ਸਾਹਿਬ ਤਾਂ ਮੈਨੂੰ ਛੱਡਣ ਵਿੱਚ ਹੀ ਨਾ, ਮੇਰੇ ਜਹਾਜ਼ ਦੇ ਜਾਣ ਦਾ ਸਮਾਂ ਹੋ ਗਿਆ ਸੀ। ਜਦ ਮੈਂ ਬਾਰ ਬਾਰ ਕਿਹਾ ਕਿ ਮੇਰੇ ਜਾਣ ਦਾ ਵਕਤ ਹੋ ਗਿਆ ਤਾਂ ਮਿਨਿਸਟਰ ਸਾਹਿਬ ਨੇ ਮੇਰੀ ਵਾਪਸੀ 1 ਦਿਨ ਲਈ ਅੱਗੇ ਪਾ ਦਿੱਤੀ ਅਤੇ ਦੂਜੇ ਦਿਨ ਸਵੇਰੇ ਮੁਲਾਕਾਤ ਰੱਖ ਲਈ। ਦੂਜੇ ਦਿਨ ਵੀ ਦਿਲ ਖੋਲ੍ਹ ਕੇ ਗੱਲਾਂ ਹੋਈਆਂ, ਸਾਰੇ ਆਰਥਿਕ ਢਾਂਚੇ ਬਾਰੇ ਅਤੇ ਖਾਸ ਕਰਕੇ ਖੇਤੀ ਅਤੇ ਮੰਡੀਕਰਨ ਬਾਰੇ ਕਾਫ਼ੀ ਖੁੱਲ੍ਹ ਕੇ ਬੇਬਾਕ ਵਿਚਾਰ ਵਟਾਂਦਰਾ ਹੋਇਆ। ਮੈਂ ਖੇਤੀ ਦੇ ਢਾਂਚੇ ਨੂੰ ਸੰਭਾਲਣ ਅਤੇ ਤਰਤੀਬ ਵਾਰ ਤਬਦੀਲੀ ਲਿਆਉਣ ਦੇ 2-4 ਸੁਝਾਅ ਦਿੱਤੇ ਅਤੇ ਅਨਾਜ ਦੀਆਂ ਸਕੀਮਾਂ ਬਾਰੇ ਢੁੱਕਵੇਂ ਸੁਝਾਅ ਦਿੱਤੇ, ਜਿਸ 'ਤੇ ਮਿਨਿਸਟਰ ਸਾਹਿਬ ਖੁਸ਼ ਤਾਂ ਬਹੁਤ ਹੋਏ ਪਰ ਮੈਨੂੰ ਜਾਪਦਾ ਸੀ ਕਿ ਬਿਮਾਰੀ ਬਹੁਤ ਅੱਗੇ ਵੱਧ ਚੁੱਕੀ ਹੈ, ਇਸ 'ਤੇ ਕਾਬੂ ਪਾਉਣਾ ਹੁਣ ਇਸ ਸਿਸਟਮ 'ਚ ਇਹਨਾਂ ਲੋਕਾਂ ਦੇ ਵੱਸ ਦੀ ਗੱਲ ਨਹੀਂ ਸੀ। ਦਰਅਸਲ ਇਸ ਦੇਸ਼ ਨੇ ਸਾਰਾ ਜ਼ੋਰ ਫੌਜ ਅਤੇ ਜੰਗੀ ਸਾਜੋ ਸਮਾਨ 'ਤੇ ਲਾ ਦਿੱਤਾ, ਆਪਣੇ ਖੰਭ ਇੰਨੇ ਖਿਲਾਰ ਲਏ ਕਿ ਕਾਬੂ ਤੋਂ ਬਾਹਰ ਹੋ ਗਏ। ਪੱਛਮੀ ਸਰਹੱਦਾਂ 'ਤੇ ਦੇ ਸੋਵੀਅਤ ਗੁੱਟ ਤੋਂ ਫੌਜਾਂ 'ਤੇ ਆਰਥਿਕ ਸਹਾਇਤਾ ਵਾਪਸ ਕਰਨੀ ਪਈ। ਵਿਸ਼ਵ ਪੱਧਰ 'ਤੇ ਵੀ ਹੱਦ ਤੋਂ ਵੱਧ ਚੁੱਕੀ ਦਖਲਅੰਦਾਜ਼ੀ ਖਤਮ ਕਰ ਫੌਜਾਂ ਵਾਪਸ ਬੁਲਾਉਣੀਆਂ ਪਈਆਂ। ਇਹਦਾ ਆਰਥਿਕ ਢਾਂਚੇ 'ਤੇ ਬੁਰਾ ਅਸਰ ਪਿਆ। ਵਾਪਸ ਆਏ ਫੌਜੀ ਕੰਮ ਅਤੇ ਵੇਤਨ ਮੰਗਦੇ ਸਨ, ਆਰਥਿਕ ਢਾਂਚੇ 'ਚ ਜਾਨ ਨਹੀਂ ਸੀ ਕਿ ਇਹਨਾਂ ਨੂੰ ਉਪਜਾਊ ਕੰਮਾਂ 'ਚ ਸਮੋ ਸਕਣ। ਮੌਸਮ ਠੀਕ ਨਾ ਲੱਗਣ ਨਾਲ ਖੇਤੀ ਪੈਦਾਵਾਰ ਘੱਟ ਗਈ ਸੀ, ਸਿਸਟਮ ਢਿੱਲਾ ਪੈ ਚੁੱਕਿਆ ਸੀ, ਪਰ ਹਾਲੇ ਵੀ ਹਰ ਉਪਜਾਊ ਪੱਖ 'ਤੇ ਸਰਕਾਰੀ ਕੰਟਰੋਲ ਸੀ ਅਤੇ ਕੇਂਦਰੀ ਸੱਤਾਧਾਰੀ ਪ੍ਰਸ਼ਾਸਕ ਆਪਣਾ ਸ਼ਿਕੰਜਾ ਢਿੱਲਾ ਕਰਨ ਨੂੰ ਤਿਆਰ ਨਹੀਂ ਸੀ। ਇਨਫਲੇਸ਼ਨ ਅਸਲੀ ਰੂਪ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਸੀ। ਭਾਵੇਂ ਸਰਕਾਰੀ ਤੌਰ 'ਤੇ ਕੀਮਤਾਂ ਨਹੀਂ ਸਨ ਵਧਾਈਆਂ, ਪਰ ਸਰਕਾਰੀ ਕੀਮਤ 'ਤੇ ਕੋਈ ਚੀਜ਼ ਮਿਲਦੀ ਹੀ ਨਹੀਂ ਸੀ। ਅੱਛੀਆਂ ਚੀਜ਼ਾਂ ਦੀਆਂ ਭਾਵੇਂ ਸਰਕਾਰੀ ਤੌਰ 'ਤੇ ਕੀਮਤਾਂ ਨਹੀਂ ਸਨ ਵਧਾਈਆਂ, ਪਰ ਸਭ ਕਾਲੇ ਬਾਜ਼ਾਰ 'ਚ 4-5 ਗੁਣਾ ਕੀਮਤ ਉੱਤੇ ਮਿਲਦੀਆਂ ਸਨ। ਸਰਕਾਰੀ ਬਜਟ ਦਾ ਘਾਟਾ ਬੇਇਨਤਹਾ ਵੱਧ ਰਿਹਾ ਸੀ, ਪਰ ਸਿਸਟਮ ਉਹਨਾਂ ਸਾਰੀਆਂ ਤਬਦੀਲੀਆਂ ਤੋਂ ਵਿਸਲਾ ਸੀ ਅਤੇ ਆਪਣੀ ਪੁਰਾਣੀ 6-7 ਦਹਾਕੇ ਵਾਲੀ ਚਾਲ ਹੀ ਚੱਲ ਰਿਹਾ ਸੀ। ਨਵੇਂ ਅਦਾਰੇ, ਕਾਨੂੰਨ ਅਤੇ ਢਾਂਚੇ ਦੀ ਕੋਈ ਵੀ ਅਧਿਕਾਰੀ ਸੋਚ ਹੀ ਨਹੀਂ ਸੀ ਰਿਹਾ। ਇਸ ਬਾਰੇ ਮੈਂ ਦੇਸ਼ ਪਰਤ ਕੇ ਵਿਸਥਾਰ ਨਾਲ ਇੱਕ ਲੇਖ ਵੀ ਲਿਖਿਆ ਸੀ। ਮੇਰੀ ਯਕੀਨ ਨਾਲ ਸੋਚਣੀ ਸੀ ਕਿ ਦੇਸ਼ ਖੇਰੂੰ ਖੇਰੂੰ ਹੋਇਆ ਕਿ ਹੋਇਆ ਅਤੇ ਸੋਸ਼ਲਿਸਟ ਢਾਂਚਾ ਟੁੱਟਾ ਕੇ ਟੁੱਟਾ, ਅਤੇ ਮੇਰਾ ਵਿਚਾਰ ਸੀ ਕਿ 4-5 ਸਾਲ ਸ਼ਾਇਦ ਇਹ ਸਿਸਟਮ ਹੋਰ ਕੱਢ ਜਾਏ, ਪਰ 2 ਸਾਲਾਂ ਬਾਅਦ ਹੀ ਇਹਦਾ ਭੋਗ ਪੈ ਗਿਆ। 1991 ਦਸੰਬਰ ਵਿੱਚ ਮੈਂ ਵਿਸ਼ਵ ਬੈਂਕ ਦੇ ਸਲਾਹਕਾਰ ਦੇ ਨਾਤੇ ਜਦ ਸੋਵੀਅਤ ਯੂਨੀਅਨ ਗਿਆ, ਇਹ ਦੱਸਣਾ ਮੇਰੀ ਜ਼ਿੰਮੇਵਾਰੀ ਸੀ ਕਿ ਬਦਲਦੇ ਢਾਂਚੇ 'ਚ ਕਿਸ ਤਰ੍ਹਾਂ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਮੇਰੇ ਜਾਣ ਤੋਂ 1 ਮਹੀਨੇ ਵਿੱਚ ਹੀ ਸਮਾਜਵਾਦੀ ਢਾਂਚਾ ਇਸ ਤੇਜ਼ੀ ਨਾਲ ਢਹਿ ਢੇਰੀ ਹੋਇਆ ਕਿ ਮੈਂ ਹੈਰਾਨ ਰਹਿ ਗਿਆ। ਜਦ ਮੈਂ ਨਵੰਬਰ ਦੇ ਆਖਰੀ ਹਫ਼ਤੇ ਪਹੁੰਚਿਆ ਤਾਂ ਉਸ ਵੇਲੇ ਮੈਂ ਸਰਕਾਰੀ ਤੌਰ 'ਤੇ $1 ਦੇ 45 ਰੂਬਲ ਲਏ। 1999 ਵਿੱਚ ਇਹ ਸਰਕਾਰੀ ਰੇਟ 4 ਰੂਬਲ ਸੀ। 1 ਹਫ਼ਤੇ ਬਾਅਦ ਡਾਲਰ ਦਾ ਰੇਟ 125 ਰੂਬਲ ਹੋ ਗਿਆ। ਹਾਲਾਤ ਬਿਲਕੁਲ ਉਸੇ ਤਰ੍ਹਾਂ ਬਦਲ ਰਹੇ ਸਨ ਜਿਸ ਤਰ੍ਹਾਂ ਕਿ ਕਈਆਂ ਸਾਲਾਂ ਤੋਂ ਮੈਂ ਵੇਖਦਾ ਆ ਰਿਹਾ ਸੀ। ਕੁਝ ਹੀ ਦਿਨਾਂ 'ਚ ਸੋਵੀਅਤ ਢਾਂਚਾ ਟੁੱਟ ਗਿਆ। ਅਸੀਂ ਵੱਖ ਵੱਖ ਵਿਸ਼ਿਆਂ ਦੇ 15-16 ਮਾਹਿਰ, ਜੋ ਵਿਸ਼ਵ ਬੈਂਕ ਨੇ ਵਿਕਸਿਤ ਦੇਸ਼ਾਂ ਤੋਂ, ਖਾਸ ਕਰਕੇ ਅਮਰੀਕਾ, ਜਰਮਨ, ਇੰਗਲੈਂਡ, ਫਰਾਂਸ ਅਤੇ ਜਪਾਨ ਤੋਂ, ਸਿਰਫ ਮੈਂ ਹੀ ਇਹਨਾਂ ਵਿੱਚ ਵਿਕਾਸਸ਼ੀਲ ਦੇਸ਼ 'ਚੋਂ ਭਾਰਤੀ ਸਾਂ, ਸੋਵੀਅਤ ਦੇਸ਼ ਵਾਸਤੇ ਭੇਜੇ ਸੀ। ਹੁਣ ਸਿਰਫ ਰੂਸ ਦੇ ਸਲਾਹਕਾਰ ਹੀ ਰਹਿ ਗਏ। ਅਸੀਂ ਕੁਝ ਹੋਰਨੀ ਥਾਈਂ ਵੀ ਗਏ, ਪਰ ਅਸਲੀ ਕੰਮ ਸਿਰਫ ਰੂਸ ਦਾ ਹੀ ਰਹਿ ਗਿਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਲੀਡਰਾਂ ਅਤੇ ਪ੍ਰਸ਼ਾਸਕਾਂ ਨੂੰ ਘੱਟੋ ਘੱਟ 5-6 ਸਾਲ ਤੋਂ ਸਮਾਜਵਾਦੀ ਢਾਂਚਾ ਢਹਿ ਢੇਰੀ ਹੁੰਦਾ ਸਾਫ਼ ਵਿਖਾਈ ਦਿੰਦਾ ਸੀ, ਪਰ ਇਹ ਬਿੱਲੀ ਅਤੇ ਕਬੂਤਰ ਵਾਂਗ ਅੱਖਾਂ ਮਿਟ ਕੇ ਬੈਠੇ ਰਹੇ। ਜਾਂ ਇਹ ਸਮਝ ਲਓ ਕਿ ਇਹਨਾਂ ਨੂੰ ਸੁੱਝਿਆ ਹੀ ਕੁਝ ਨਾ ਕਿ ਕੀ ਕੀਤਾ ਜਾਏ। ਸਾਨੂੰ ਬਾਹਰੋਂ ਆਇਆਂ ਵਾਸਤੇ ਵੀ ਇਹ ਉੱਕੀ ਨਵੀਂ ਸਥਿਤੀ ਸੀ। ਅਸੀਂ ਸਾਰੇ ਮਾਰਕੀਟ 'ਤੇ ਆਧਾਰਿਤ ਅਰਥਚਾਰੇ ਦੇ ਮਾਹਰ ਸਾਂ। ਸਮਾਜਵਾਦੀ ਢਾਂਚੇ ਨੂੰ ਵੀ ਸਾਡੇ 'ਚੋਂ ਕਾਫ਼ੀ ਸਮਝਦੇ ਸਨ, ਪਰ ਕਿਸੇ ਨੂੰ ਇਹ ਤਜਰਬਾ ਨਹੀਂ ਸੀ ਕਿ ਜੇ ਸਮਾਜਵਾਦ ਤੋਂ ਮੰਡੀ ਅਤੇ ਨਿੱਜੀਕਰਨ ਵੱਲ ਜਾਣਾ ਹੋਵੇ ਤਾਂ ਕੀ ਵਾਪਰਦਾ ਹੈ ਅਤੇ ਕੀ ਉਪਾਅ ਹਨ, ਜਾਂ ਇਹ ਤਬਦੀਲੀ ਕਿਵੇਂ ਉਲੀਕੀ ਜਾਵੇ। ਇਸ ਵੇਲੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਗੋਰਬਾਚੇਵ ਗੱਦੀਆਂ ਲੈ ਚੁੱਕਾ ਯੇ ਨਿਤਸਨ ਰੂਸ ਦਾ ਪ੍ਰਧਾਨ ਬਣ ਗਿਆ। ਸੰਸਦ ਪੁਰਾਣੀ ਸੀ, ਜਿਸ ਵਿੱਚ ਬਹੁ ਗਿਣਤੀ ਕਮਿਊਨਿਸਟਾਂ ਦੀ ਸੀ। ਲੋਕਾਂ ਉੱਤੇ ਆਰਥਿਕ ਨਿਯੰਤਰਣ ਖਤਮ ਹੋ ਚੁੱਕਾ ਸੀ। ਖੁਰਾਕ, ਦਵਾਈਆਂ ਅਤੇ ਹੋਰ ਆਮ ਖਪਤ ਦੀਆਂ ਚੀਜ਼ਾਂ ਵਸਤਾਂ ਦੀ ਬਹੁਤ ਕਮੀ ਸੀ। ਹਰ ਕੋਈ
ਲਗਦੀ ਲਗੜ ਲਾਈ ਜਾਂਦਾ ਸੀ। ਪੱਛਮ ਤੋਂ ਆਏ ਮਾਹਰ ਬੜੇ ਅਜੀਬ ਸਿਫਾਰਸ਼ਾਂ ਕਰ ਰਹੇ ਸਨ। ਮਿਸਾਲ ਵਜੋਂ ਇੱਕ ਜਰਮਨ ਮਾਹਰ ਦੀ ਸਲਾਹ 'ਤੇ ਸਾਡੇ ਟੀਮ ਲੀਡਰ ਨੇ ਐਮਰਜੈਂਸੀ ਤੌਰ 'ਤੇ ਲਿਖ ਭੇਜਿਆ ਕਿ ਸਰਕਾਰ ਨੂੰ ਕੀਮਤਾਂ ਦੀ ਹੇਠਲੀ ਅਤੇ ਉਤਲੀ ਹੱਦ ਮਿੱਥ ਦੇਣੀ ਚਾਹੀਦੀ ਹੈ। ਸ਼ਾਮ ਨੂੰ ਜਦੋਂ ਸਾਡੀ ਮੀਟਿੰਗ ਹੋਈ ਤਾਂ ਮੈਂ ਇਸ ਉੱਤੇ ਇਤਰਾਜ਼ ਕੀਤਾ ਕਿ ਅਹਿਮਕਾਰਨਾ ਸਲਾਹ ਹੈ, ਇਹਨਾਂ ਪਾਸ ਤਾਂ ਅਨਾਜ ਹੈ ਹੀ ਨਹੀਂ, ਚੀਜ਼ਾਂ ਵਸਤਾਂ ਦੀ ਸਖਤ ਕਮੀ ਹੈ, ਇਹ ਉੱਪਰਲੀ ਹੱਦ ਤੋਂ ਕੀਮਤ ਤਾਂ ਹੇਠਾਂ ਕਿਵੇਂ ਰੱਖ ਸਕਦੇ ਨੇ, ਇਹ ਨਾਮੁਮਕਿਨ ਹੈ। ਉਹ ਮੈਨੂੰ ਕਹਿਣ ਲੱਗੇ ਕਿ ਪੋਲੈਂਡ ਵਿੱਚ ਇਹ ਸਿਸਟਮ ਕਾਮਯਾਬ ਹੋ ਗਿਆ ਸੀ, ਇੱਥੇ ਕਿਵੇਂ ਨਹੀਂ ਹੋਏਗਾ। ਮੇਰਾ ਸਿੱਧਾ ਜਵਾਬ ਸੀ ਕਿ ਪੋਲੈਂਡ ਸੋਵੀਅਤ ਯੂਨੀਅਨ ਜਾਂ ਰੂਸ ਨਹੀਂ ਸੀ। ਉਸ ਵਕਤ ਤੁਹਾਡੇ ਸਾਰੇ ਪੱਛਮੀ ਦੇਸ਼ਾਂ ਦੀਆਂ ਅੱਖਾਂ ਪੋਲੈਂਡ 'ਤੇ ਟਿਕੀਆਂ ਹੋਈਆਂ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਸੋਵੀਅਤ ਗੁੱਟ ਤੋਂ ਟੁੱਟ ਜਾਏ। ਮਾੜੇ ਜਿਹੇ ਇਸ਼ਾਰੇ 'ਤੇ ਤੁਸੀਂ ਉਸ ਦੇਸ਼ 'ਚ ਅਨਾਜ ਅਤੇ ਚੀਜ਼ਾਂ ਵਸਤੂਆਂ ਦਾ ਹੜ੍ਹ ਵਗਾ ਦਿੱਤਾ। ਨਤੀਜੇ ਵਜੋਂ ਉੱਥੋਂ ਦੇ ਵਪਾਰੀ ਲੋਕਾਂ ਦਾ ਦੱਬਿਆ ਮਾਲ ਵੀ ਬਾਹਰ ਆ ਗਿਆ ਅਤੇ ਕੀਮਤਾਂ ਡਿੱਗ ਗਈਆਂ। ਸਗੋਂ ਕੀਮਤਾਂ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਯਤਨ ਕਰਨੇ ਪਏ। ਇਸ ਵੇਲੇ ਪੱਛਮੀ ਦੇਸ਼ ਖੜ੍ਹੇ ਤਮਾਸ਼ਾ ਦੇਖ ਰਹੇ ਹਨ। ਇਹ ਇੱਕ ਤਾਂ ਵੱਡਾ ਦੇਸ਼ ਹੈ ਅਤੇ ਖਪਤ ਬਹੁਤ ਹੈ, ਇਹਨਾਂ ਪਾਸ ਅਨਾਜ ਹੈ ਨਹੀਂ, ਜਿਹੜਾ ਹੈ ਉਹ ਕੁਝ ਇਕਾਈਆਂ ਦੱਬੀ ਬੈਠੀਆਂ ਹਨ, ਦੂਜੀਆਂ ਇਕਾਈਆਂ ਨਾਲ ਵਟਾਂਦਰੇ ਵਿੱਚ ਅਨਾਜ ਅਤੇ ਮੀਟ ਦਿੰਦੀਆਂ ਹਨ। ਪੁਰਾਣਾ ਢਾਂਚਾ ਜਿਸ ਰਾਹੀਂ ਲੋਕਾਂ ਨੂੰ ਚੀਜ਼ਾਂ ਵਸਤੂਆਂ ਵੇਚੀਆਂ ਜਾ ਦਿੱਤੀਆਂ ਜਾਂਦੀਆਂ ਸਨ, ਨਕਾਰਾ ਹੋ ਗਿਆ। ਨਵਾਂ ਢਾਂਚਾ ਹੈ ਨਹੀਂ, ਆਪੋ ਧਾਪੀ ਪਈ ਹੋਈ ਹੈ। ਕੋਈ ਇਸ ਸਥਿਤੀ ਨੂੰ ਨਿਪਟਣ ਵਾਲਾ ਅਤੇ ਅੱਗੇ ਮਾਰਗ ਦਰਸ਼ਨ ਕਰਨ ਵਾਲਾ ਕਾਨੂੰਨ ਨਹੀਂ, ਥੋਕ ਦੇ ਅਤੇ ਪ੍ਰਚੂਨ ਦੇ ਵਪਾਰੀ ਨਹੀਂ, ਖੁੱਲ੍ਹੀਆਂ ਮੰਡੀਆਂ ਨਹੀਂ, ਨਿੱਜੀ ਦੁਕਾਨਾਂ ਨਹੀਂ, ਆਵਾਜਾਈ ਅਤੇ ਢੋ ਢੋ ਢੁਆਈ ਦੇ ਨਿੱਜੀ ਸਾਧਨ ਨਹੀਂ, ਨਿੱਜੀ ਉਪਜ ਨਹੀਂ, ਦਰਅਸਲ ਨਵੀਂ ਸਥਿਤੀ ਨਾਲ ਨਿਪਟਣ ਲਈ ਕੁਝ ਵੀ ਨਹੀਂ। ਤੁਸੀਂ ਪੱਛਮੀ ਦੇਸ਼ ਤਮਾਸ਼ਾ ਵੇਖੀ ਜਾਂਦੇ ਹੋ, ਜ਼ੁਬਾਨ ਚਲਾਈ ਜਾਂਦੇ ਹੋ, ਲੰਬੇ ਸਮੇਂ ਦੀਆਂ ਯੋਜਨਾਵਾਂ ਦੱਸੀ ਜਾਂਦੇ ਹੋ, ਪਰ ਹੱਥੋਂ ਮਰੀ ਮੱਖੀ ਨਹੀਂ ਛੱਡ ਰਹੇ। ਮੇਰੀ ਇਸ ਗੱਲ 'ਤੇ ਸਾਡਾ ਟੀਮ ਲੀਡਰ ਸਟਪਟ ਆਇਆ, ਪਰ ਉਸ ਕੋਲ ਜਵਾਬ ਨਹੀਂ ਸੀ। ਹਾਲਾਤ ਬੜੇ ਦਿਲਚਸਪ ਵੀ ਸਨ, ਅਜੀਬ ਅਤੇ ਫਿਕਰ ਵਾਲੇ ਵੀ ਸਨ। ਮਿਸਾਲ ਵਜੋਂ ਜਿਸ 5-star ਹੋਟਲ 'ਚ ਅਸੀਂ ਠਹਿਰੇ ਹੋਏ ਸਾਂ, ਉਹਦਾ ਇੱਕ ਦਿਨ ਦਾ ਖਰਚਾ ਤਕਰੀਬਨ $350 ਸੀ। ਇੱਕ ਰਾਤ ਅਸੀਂ ਮਾਸਕੋ ਤੋਂ 150 ਕਿਲੋਮੀਟਰ ਦੂਰ ਇੱਕ ਰੂਸੀ ਹੋਟਲ 'ਚ ਠਹਿਰੇ, ਜੋ ਰੂਸੀ ਮਿਆਰ ਦਾ 5-star ਹੋਟਲ ਸੀ। ਇਸ ਵਿੱਚ ਡਬਲ ਬਿਸਤਰੇ ਵਾਲੇ ਖੁੱਲ੍ਹੇ ਕਮਰੇ, ਗਰਮ ਕਰਨ ਵਾਲਾ ਕੇਂਦਰੀ ਸਿਸਟਮ, ਟੈਲੀਫੋਨ, ਟੈਲੀਵਿਜ਼ਨ, ਜੁੜਵਾਂ ਵਧੀਆ ਬਾਥਰੂਮ ਆਦਿ ਸਾਰੀਆਂ ਸਹੂਲਤਾਂ ਸਨ। ਰਾਤ ਦੇ ਡਿਨਰ 'ਚ ਉਹਨਾਂ ਸ਼ੈਂਪੇਨ, 5 ਕੋਰਸਾਂ ਦਾ ਖਾਣਾ, ਕਾਫੀ ਆਦਿ ਵਧੀਆ ਖਾਣਾ ਦਿੱਤਾ। ਸਵੇਰੇ ਨਾਸ਼ਤੇ 'ਚ ਬਹੁਤ ਉੱਚ ਪੱਧਰ ਦੀ ਸੇਵਾ ਕੀਤੀ। ਕੁੱਲ ਰਹਿਣ ਅਤੇ ਖਾਣ ਦਾ ਬਿੱਲ ਸਿਰਫ 98 ਰੂਬਲ ਆਇਆ। ਇਹ ਕੀਮਤ ਉਸ ਵਕਤ $0.25 ਬਰਾਬਰ ਸੀ, ਜਿੱਥੇ ਕਿ ਖੁੱਲ੍ਹੇ ਬਾਜ਼ਾਰ 'ਚ ਕੀਮਤਾਂ ਉੱਪਰ ਨੂੰ ਪਲਾਂਘਾਂ ਪੁੱਟ ਰਹੀਆਂ ਸਨ, ਸਰਕਾਰੀ ਕੀਮਤਾਂ ਉੱਥੇ ਦੀਆਂ ਉੱਥੇ ਹੀ ਸਨ। ਇਸੇ ਤਰ੍ਹਾਂ ਸਰਕਾਰੀ ਗੱਡੀਆਂ ਅਤੇ ਬੱਸਾਂ ਦਾ ਕਿਰਾਇਆ ਉਹੀ 15 ਪੋਪੇਕ, ਮਤਲਬ 0.15 ਰੂਬਲ ਸੀ, ਜਦੋਂ ਕਿ ਟੈਕਸੀ $20 $2500 ਤੋਂ ਥੱਲੇ ਮਿਲਦੀ ਨਹੀਂ ਸੀ। ਸਰਕਾਰੀ ਕੀਮਤਾਂ ਦਾ ਇਹ ਹਾਲ ਸੀ ਕਿ ਇੱਕ ਦਿਨ ਅਸੀਂ ਦੁਪਹਿਰ ਦਾ ਖਾਣਾ ਇੱਕ ਰੂਸੀ ਹੋਟਲ 'ਚ ਖਾਧਾ। ਕਿਸੇ ਪਾਸ ਰੂਬਲ ਨਹੀਂ ਸੀ ਅਤੇ ਉੱਥੇ ਅਦਾਇਗੀ ਰੂਬਲਾਂ 'ਚ ਕਰਨੀ ਸੀ, ਸਿਰਫ ਮੇਰੇ ਪਾਸ ਰੂਬਲ ਸਨ। ਸਾਰਿਆਂ ਤਕਰੀਬਨ 9 ਬੰਦਿਆਂ ਦੇ ਖਾਣੇ ਦੇ ਪੈਸੇ ਮੈਂ 146 ਰੂਬਲ ਦਿੱਤੇ, ਜੋ ਤਕਰੀਬਨ $1.20 ਦੇ ਬਰਾਬਰ ਸਨ। ਇਹ ਖਾਣਾ ਬਾਹਰ ਇਕੱਲੇ ਇਕੱਲੇ ਨੂੰ ਘੱਟੋ ਘੱਟ $20 ਦਾ ਪੈਣਾ ਸੀ। ਇਸ ਤਰ੍ਹਾਂ ਮੈਂ ਸਿਰਫ ਵੇਖਣ ਵਾਸਤੇ ਰੇਲਵੇ ਸਟੇਸ਼ਨ ਇੱਕ ਸਰਕਾਰੀ ਕਿਓਸਿਕ, ਸਰਕਾਰੀ ਖੋਖਾ 'ਚ ਜਾ ਵੜਿਆ। ਰੂਬਲਾਂ ਦੇ ਹਿਸਾਬ ਨਾਲ ਚੀਜ਼ਾਂ ਮਹਿੰਗੀਆਂ ਸਨ। ਕੂਨੋਸ਼ੀਅਰ ਬ੍ਰਾਂਡੀ ਦੀ ਬੋਤਲ 250 ਰੂਬਲ ਦੀ ਸੀ, ਮੈਂ ਫਟਾਫਟ ਖਰੀਦ ਲਈ। ਮੈਨੂੰ ਇਹ ਤਕਰੀਬਨ $2 ਦੀ ਪਈ। ਜਦ ਮੈਂ ਬਾਅਦ 'ਚ ਫਰੈਂਕਫਰਟ ਹਵਾਈ ਅੱਡੇ 'ਤੇ ਡਿਊਟੀ ਫਰੀ ਦੁਕਾਨ 'ਤੇ ਇਹਦੀ ਕੀਮਤ ਵੇਖੀ ਤਾਂ $25 ਸੀ। ਦਰਅਸਲ ਇਹੋ ਜਿਹੀਆਂ ਚੀਜ਼ਾਂ ਦੇ ਭਾਅ ਪੁਰਾਣੇ ਮਿੱਥੇ ਹੋਏ ਸਨ, ਜਦੋਂ ਡੋਲਰ ਸਿਰਫ 1.6 ਰੂਬਲ ਦਾ ਸੀ। ਇਹ ਕੀਮਤਾਂ ਬਦਲਦੀਆਂ ਨਹੀਂ ਸਨ। ਮੰਡੀਆਂ 'ਚ ਮਾਫੀਆ ਗਰੋਹਾਂ ਦਾ ਬੋਲਬਾਲਾ ਸੀ। ਜੇ ਇੱਕ ਸਰਕਾਰੀ ਦੁਕਾਨ 'ਤੇ ਮੀਟ ਦਾ ਭਾਅ 15 ਰੂਬਲ ਸੀ ਤਾਂ ਮੀਟ ਮਿਲਦਾ ਨਹੀਂ ਸੀ, ਪਰ ਨਾਲ ਦੀ ਦੁਕਾਨ 'ਤੇ ਮੀਟ 125 ਰੂਬਲ ਦੇ ਨੇੜੇ ਤੇੜੇ ਸੀ। ਜੇ ਕੋਈ ਕਿਸਾਨ ਮਿਸਾਲ ਵਜੋਂ ਸੂਰ ਲੈ ਕੇ ਆਏ ਤਾਂ ਆਪਣੇ ਭਾਅ ਸੂਰ ਸਸਤੇ ਪੈਸੇ ਦੇ ਕੇ ਖਰੀਦ ਲੈਂਦੇ ਸਨ ਅਤੇ ਫਿਰ ਮੀਟ ਆਪਣੀ ਮਰਜ਼ੀ ਦੇ ਭਾਅ ਵੇਚਦੇ ਸਨ। ਕਿਸਾਨ ਨੂੰ ਤਾਂ 1-2 ਕਿਲੋ ਮੀਟ ਦੇ ਭਾਅ ਦੀ ਹੀ ਕੀਮਤ ਮਿਲਦੀ ਸੀ। ਇਹੋ ਹਾਲ ਦੁੱਧ ਅਤੇ ਬ੍ਰੈਡ ਦਾ ਸੀ। ਦਰਅਸਲ ਸਰਕਾਰੀ ਚੰਗਾ ਮਾਲ ਇਹਨਾਂ ਪ੍ਰਾਈਵੇਟ ਦੁਕਾਨਾਂ 'ਤੇ ਕਾਫੀ ਵੇਚਿਆ ਜਾਂਦਾ ਸੀ। ਇਸ ਹਾਲਤ ਵਿੱਚ ਨਿਪਟਣ ਲਈ ਕੋਈ ਕਾਨੂੰਨ ਨਹੀਂ ਸੀ, ਕੋਈ ਅਦਾਰਾ ਨਹੀਂ ਸੀ।
ਹਰ ਕੋਈ ਆਪੋ ਆਪਣੀ ਚਲਾਈ ਜਾਂਦਾ ਸੀ। ਮੰਡੀ ਆਧਾਰਿਤ ਆਰਥਿਕਤਾ ਦੀ ਥਾਂ ਬੇਨਿਯਮੀ ਤੇ ਲੁੱਟ ਖਸੁੱਟ ਵਾਲਾ ਦਾ ਬੋਲਬਾਲਾ ਸੀ। ਇਸ ਸਾਰੇ ਮਸਲੇ ਵੱਲ ਧਿਆਨ ਦਵਾਉਂਦਿਆਂ ਮੈਂ ਆਪਣੇ ਸੁਝਾਅ ਦਿੱਤੇ, ਪਰ ਪਤਾ ਨਹੀਂ ਉਹਨਾਂ 'ਚ ਕੋਈ ਲਾਗੂ ਹੋਇਆ ਜਾਂ ਨਹੀਂ। ਇੱਕ ਮੀਟਿੰਗ 'ਚ ਮੈਂ ਰੂਸੀ ਨੀਤੀ ਦੇ ਉੱਚ ਅਧਿਕਾਰੀ ਨੂੰ ਸਾਰਿਆਂ ਦੇ ਸਾਹਮਣੇ ਪੁੱਛਿਆ ਸੀ ਕਿ ਤੁਹਾਨੂੰ ਸਾਡੇ ਵਰਗੇ ਸਲਾਹਕਾਰਾਂ ਦੀ ਕੀ ਲੋੜ ਹੈ, ਤੁਹਾਡੀਆਂ ਯੂਨੀਵਰਸਿਟੀਆਂ ਅਤੇ ਖੋਜ ਅਦਾਰਿਆਂ ਵਿੱਚ ਚੋਟੀ ਦੇ ਪ੍ਰੋਫੈਸਰ ਅਤੇ ਆਰਥਿਕ ਮਾਹਰ ਹਨ, ਤੁਸੀਂ ਕਿਉਂ ਨਹੀਂ 5-7 ਸਿਰ ਕੱਢਵੇਂ ਪ੍ਰੋਫੈਸਰਾਂ ਦੀ ਪੱਕੇ ਤੌਰ 'ਤੇ ਇੱਕ ਟੀਮ ਬਣਾ ਲੈਂਦੇ, ਉਹਨਾਂ ਨੂੰ ਮੂੰਹ ਮੰਗੀਆਂ ਤਨਖਾਹਾਂ ਦੇ ਕੇ ਲਗਾਤਾਰ ਸਿਸਟਮ ਦੀ ਤਬਦੀਲੀ ਵਿੱਚ ਉਹਨਾਂ ਦੀ ਸਲਾਹ ਨਾਲ ਚੱਲੋ। ਪੱਛਮੀ ਦੇਸ਼ਾਂ 'ਚੋਂ ਵਿੱਦਿਆ ਪ੍ਰਾਪਤ ਕੀਤੇ ਵੀ ਤੁਹਾਡੇ ਪਾਸ ਮਾਹਿਰ ਹਨ, ਸਾਡੇ ਵਰਗੇ ਵਿਦੇਸ਼ੀ ਜਿਨ੍ਹਾਂ ਦੀ ਸਮਾਜਵਾਦੀ ਢਾਂਚੇ ਨਾਲ ਨੇੜਿਓਂ ਹੋ ਕੇ ਨਹੀਂ ਵਿਚਰਿਆ ਅਤੇ ਜ਼ੁਬਾਨ ਦੀ ਦਿੱਕਤ ਕਰਕੇ ਅੰਕੜੇ ਵੀ ਨਹੀਂ ਪੜ੍ਹ ਸਕਦੇ, ਸਗੋਂ ਸਭ ਕੁਝ ਪਹਿਲਾਂ ਤੁਹਾਤੋਂ ਪੁੱਛਦੇ ਹਨ ਅਤੇ ਆਪ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਉੰਨੀ ਢੁਕਵੀਂ ਅਤੇ ਨਿਰੰਤਰ ਸਲਾਹ ਨਹੀਂ ਦੇ ਸਕਦੇ ਜਿੰਨੀ ਢੁਕਵੀਂ ਸਲਾਹ ਅਤੇ ਸੇਧ ਤੇਜ਼ੀ ਨਾਲ ਬਦਲਦੀ ਸਥਿਤੀ ਵਿੱਚ ਤੁਹਾਡੇ ਆਪਣੇ ਉੱਚ ਕੋਟੀ ਦੇ ਪ੍ਰੋਫੈਸਰ ਅਤੇ ਅਰਥ ਸ਼ਾਸਤਰੀ ਦੇ ਸਕਦੇ ਹਨ। ਇਹ ਗੱਲ ਉਹਨਾਂ ਨੂੰ ਬੜੀ ਜਚੀ, ਪਰ ਸਾਡੀ ਟੀਮ ਅਤੇ ਕੁਝ ਮੈਂਬਰ ਅਤੇ ਲੀਡਰਾਂ ਨੂੰ ਬੁਰੀ ਲੱਗੀ। ਵਿਸ਼ਵ ਬੈਂਕ ਜਾਂ ਦੂਸਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਕਿਸੇ ਵੀ ਦੇਸ਼ ਨੂੰ ਮਦਦ ਦੇਣ ਤੋਂ ਪਹਿਲਾਂ ਕੁਝ ਪੈਸਾ ਇਹੋ ਜਿਹੀ ਵਿਦੇਸ਼ੀ ਅੰਤਰਰਾਸ਼ਟਰੀ ਮਾਹਿਰਾਂ ਦੀ ਸਲਾਹ ਲਈ ਰੱਖਦੀਆਂ ਹਨ। ਕਾਫੀ ਪੈਸੇ ਦੇ ਕੇ ਇਹ ਆਮ ਤੌਰ 'ਤੇ ਪੱਛਮੀ ਦੇਸ਼ਾਂ ਤੋਂ ਭੇਜੇ ਜਾਂਦੇ ਨੇ। ਇਹ ਮਾਹਿਰ ਪਹਿਲਾਂ ਸਥਾਨਕ ਅਧਿਕਾਰੀਆਂ ਅਤੇ ਮਾਹਿਰਾਂ ਕੋਲੋਂ ਆਪ ਸਿੱਖਦੇ ਨੇ ਅਤੇ ਫਿਰ ਇੱਕ ਲੰਬੀ ਚੌੜੀ ਰਿਪੋਰਟ ਲਿਖ ਦਿੰਦੇ ਨੇ, ਜੋ ਆਮ ਕਰਕੇ ਅਸਲੀਅਤ ਤੋਂ ਦੂਰ ਹੁੰਦੀ ਹੈ ਅਤੇ ਅਮਲ ਵਿੱਚ ਲਿਆਉਣੀ ਔਖੀ ਹੁੰਦੀ ਹੈ। ਇਹ ਮੇਰਾ ਨਿੱਜੀ ਤਜਰਬਾ ਹੈ, ਇੱਕ ਮੁਲਕ ਦਾ ਨਹੀਂ ਕਈਆਂ ਦਾ ਹੈ। ਆਮ ਹਾਲਤ ਵਿੱਚ ਪ੍ਰਗਤੀਸ਼ੀਲ ਦੇਸ਼ਾਂ ਲਈ ਤਾਂ ਸ਼ਾਇਦ ਇਹਨਾਂ ਮਾਹਿਰਾਂ ਅਤੇ ਰਿਪੋਰਟਾਂ ਦਾ ਕੁਝ ਫਾਇਦਾ ਹੋ ਹੀ ਜਾਂਦਾ ਹੋਵੇ। ਇਸ ਵਿਸ਼ਾਲ ਦੇਸ਼ ਵਿੱਚ ਜਿੱਥੇ ਇੱਕ ਆਰਥਿਕ ਢਾਂਚਾ ਗਿਰਦਾ ਜਾ ਰਿਹਾ ਹੈ ਅਤੇ ਉਹਦੀ ਥਾਂ ਸਿਰਫ ਬੇਨਿਯਮੀ ਲੈ ਰਹੀ ਸੀ, ਬਾਹਰਲੇ ਮਾਹਿਰਾਂ ਦੀ ਸਲਾਹ ਮਸ਼ਵਰਾ ਕੋਈ ਖਾਸ ਲਾਭਦਾਇਕ ਨਹੀਂ ਸੀ ਹੋ ਸਕਦਾ। ਵਿਸ਼ਵ ਬੈਂਕ ਰਾਹੀਂ ਪੱਛਮੀ ਦੇਸ਼ਾਂ ਦਾ ਵਿਖਾਵਾ ਵੱਧ ਸੀ ਅਤੇ ਸਹਾਇਤਾ ਘੱਟ ਜਾਂ ਨਾ ਮਾਤਰ। ਇਸ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋਣ ਨਾਲ ਬਹੁਤ ਲੋਕਾਂ ਦਾ ਅਤੇ ਅਰਥ ਸ਼ਾਸਤਰੀਆਂ ਦਾ ਜਾਂ ਰਾਜਨੀਤੀ ਦੇ ਵਿਦਵਾਨਾਂ ਦਾ ਵਿਚਾਰ ਹੈ ਕਿ ਸਮਾਜਵਾਦ ਕਾਮਯਾਬ ਸਿਸਟਮ ਨਹੀਂ। ਮੈਂ ਸਮਝਦਾ ਹਾਂ ਕਿ ਉਹ ਗਲਤ ਸੋਚਦੇ ਹਨ। ਜੇ ਇਨਸਾਨੀ ਗਲਤੀ ਨਾਲ ਇੱਕ ਆਧੁਨਿਕ ਹਵਾਈ ਜਹਾਜ਼ ਦਾ ਹਾਦਸਾ ਹੋ ਜਾਏ ਅਤੇ ਜਹਾਜ਼ ਟੁੱਟ ਜਾਏ ਤਾਂ ਇਹਦਾ ਮਤਲਬ ਨਹੀਂ ਕਿ ਜਹਾਜ਼ ਉੱਡ ਨਹੀਂ ਸਕਦਾ ਅਤੇ ਨਾਕਾਮਯਾਬ ਹੈ। ਮੈਂ ਸਮਝਦਾ ਕਿ ਸਮਾਜਵਾਦ ਦੀ ਫਿਲਾਸਫੀ ਇੱਕ ਬਦਲਦੀ ਅਤੇ ਪ੍ਰਗਤੀਵਾਦ ਫਿਲਾਸਫੀ ਹੈ। ਹਾਲਾਤ ਦੇ ਬਦਲਣ ਨਾਲ ਲੋੜੀਂਦੀ ਤਬਦੀਲੀ ਜ਼ਰੂਰੀ ਹੈ। ਜੇ ਕਿਸੇ ਸਿਸਟਮ ਨੂੰ ਇੱਕ ਖੜੋਤ ਜਾਂ ਜਮੂਦ ਵਿੱਚ ਹੀ ਰੱਖਿਆ ਜਾਵੇ ਤਾਂ ਉਹ ਹਾਲਾਤ ਦੇ ਤਪੇੜੇ ਝੱਲਣ ਦੇ ਕਾਬਲ ਨਹੀਂ ਰਹਿੰਦਾ ਅਤੇ ਟੁੱਟ ਭੱਜ ਜਾਂਦਾ ਹੈ। ਮੈਂ ਚੀਨ ਵਿੱਚ 1986 'ਚ ਇੱਕ ਮਹੀਨੇ ਲਈ 4 ਮੈਂਬਰੀ ਸਰਕਾਰੀ ਡੈਲੀਗੇਸ਼ਨ ਦੀ ਰਹਿਨੁਮਾਈ ਕੀਤੀ। ਇਸ ਡੈਲੀਗੇਸ਼ਨ ਵਿੱਚ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦੇ 2 ਡਿਪਟੀ ਡਾਇਰੈਕਟਰ ਜਨਰਲ, ਇੱਕ ਸੈਕਟਰੀ ਅਤੇ ਇੱਕ ਟਿਊਬਰ ਰਿਸਰਚ ਸੈਂਟਰ ਦੇ ਡਾਇਰੈਕਟਰ ਸਨ। ਮੈਂ ਉਸ ਵਕਤ ਨੈਸ਼ਨਲ ਪ੍ਰੋਫੈਸਰ ਆਫ ਐਮੀਨੈਂਸ ਅਰਥ ਸ਼ਾਸਤਰ ਸਾਂ। ਅਸੀਂ ਮੁੱਢਲੇ ਤੌਰ 'ਤੇ ਉਹਨਾਂ ਦਾ ਜ਼ਰਾਇਤੀ ਅਤੇ ਵਿੱਦਿਅਕ ਢਾਂਚਾ ਦੇਖਣ ਗਏ ਸਾਂ। ਮੇਰੀ ਇੱਕ ਫਾਲਤੂ ਖਾਸ ਜ਼ਿੰਮੇਵਾਰੀ ਸੀ ਇਹ ਵੇਖਣ ਦੀ ਕਿ ਉਹਨਾਂ ਦੀ ਪ੍ਰਤੀ ਹੈਕਟਰ ਉਪਜ ਇੰਨੀ ਜ਼ਿਆਦਾ ਕਿਉਂ ਹੈ, ਦੂਜਾ ਉਹ ਕਚਰੇ ਅਤੇ ਔਰਗੈਨਿਕ ਵੇਸਟ ਨੂੰ ਕਿਵੇਂ ਵਰਤਦੇ ਹਨ ਅਤੇ ਤੀਜਾ ਉਹ ਆਪਣੇ ਅੰਕੜੇ ਕਿਵੇਂ ਤਿਆਰ ਕਰਦੇ ਹਨ। ਵਾਪਸ ਆਉਣ 'ਤੇ ਅਸੀਂ ਇੱਕ ਸਭਾ ਕੁਝ 100 ਸਫ਼ੇ ਦੀ ਰਿਪੋਰਟ ਦਿੱਤੀ। ਇਹਦਾ ਪਹਿਲਾ ਚੈਪਟਰ ਜੋ ਉਸ ਵਕਤ ਦੀ ਚੀਨ ਦੀ ਆਰਥਿਕ, ਸਮਾਜਿਕ ਅਤੇ ਸਿਆਸੀ ਦਸ਼ਾ ਦਰਸਾਉਂਦਾ ਸੀ, ਮੈਂ ਬਹੁਤ ਧਿਆਨ ਨਾਲ ਲਿਖਿਆ ਅਤੇ ਆਪਣੀ ਟਿੱਪਣੀ ਆਉਣ ਵਾਲੇ ਭਾਰਤ ਆਉਣ ਵਾਲੇ ਹਾਲਾਤ 'ਤੇ ਵੀ ਕੀਤੀ। ਇਹ ਰਿਪੋਰਟ ਸਰਕਾਰ ਨੇ ਸੀਕ੍ਰੇਟ ਕਰ ਦਿੱਤੀ ਅਤੇ ਮੈਨੂੰ ਵੀ ਕਿਹਾ ਕਿ ਕਿਸੇ ਹੋਰ ਨੂੰ ਇਹ ਰਿਪੋਰਟ ਨਾ ਦਿੱਤੀ ਜਾਏ। ਮੇਰਾ ਯਕੀਨ ਸੀ ਕਿ ਜੇ ਜੋ ਬਾਅਦ ਵਿੱਚ ਤਿਆਨਮਿਨ ਮੈਦਾਨ ਵਿੱਚ ਇਨਸਾਨੀ ਖੂਨ ਦੀ ਹੋਲੀ ਖੇਲੀ ਗਈ ਉਹ ਜਾਂ ਇਹੋ ਜਿਹਾ ਹੀ ਕੁਝ ਵਾਪਰਨ ਵਾਲਾ ਸੀ ਜਿਸ ਦੀਆਂ ਨਿਸ਼ਾਨੀਆਂ ਸਾਫ਼ ਦਿਖਾਈ ਦਿੰਦੀਆਂ ਸਨ। ਮੋਟੇ ਤੌਰ 'ਤੇ ਤਾਂ ਚੀਨੀ ਸਮਾਜਵਾਦ ਕਾਫ਼ੀ ਪ੍ਰਗਤੀਵਾਦੀ ਸੀ। ਉਹਨਾਂ ਦਾ ਸਿਧਾਂਤ ਚਾਈਨੀਜ਼ ਕਰੈਕਟਰਿਸਟਿਕ, ਮਾਰਕਸਿਜ਼ਮ, ਲੈਨਿਨਿਜ਼ਮ ਅਤੇ ਮਾਓਇਜ਼ਮ, ਮਤਲਬ ਹੈ ਉਹਨਾਂ ਦਾ ਸਮਾਜਵਾਦ ਮਾਰਕਸਵਾਦੀ, ਲੈਨਿਨਵਾਦੀ ਅਤੇ ਸੰਦਰਭ ਵਿੱਚ ਮਾਓਵਾਦ 'ਤੇ ਚੱਲਦਾ ਸੀ, ਜਿਸ ਵਿੱਚ ਚੀਨੀ ਖਲਕਤ ਦਾ ਸੁਮੇਲ ਸੀ। ਇਹ ਸਮਾਜਵਾਦਿਕ ਨੁਕਤੇ ਦੇ ਕਿਸੇ ਜਮੂਦ ਵਿੱਚ ਨਹੀਂ ਸੀ, ਸਗੋਂ ਹਾਲਾਤ ਦੇ ਮੁਤਾਬਕ ਪ੍ਰਗਤੀਵਾਦੀ ਸੀ। ਉਸ ਵਕਤ ਉਹਨਾਂ ਕਮਿਊਨ ਬਰਗੇਡਾਂ ਤੋੜ ਦਿੱਤੇ ਸਨ, ਖੇਤੀ ਕਿਸਾਨ ਘਰਾਣਿਆਂ ਲਈ ਨਿੱਜੀ ਕਰ ਦਿੱਤੀ ਸੀ। ਇਸ ਨੂੰ ਮਦਦ ਅਤੇ ਸਹੂਲਤਾਂ ਦੇਣ ਲਈ ਕੇਂਦਰੀ ਸੁਵਿਧਾਵਾਂ ਕਾਇਮ ਸਨ। ਸਮਾਜਵਾਦ ਅਤੇ ਨਿੱਜੀ ਸਵਾਰਥਾਂ ਦਾ ਸੁਮੇਲ ਕੀਤਾ ਗਿਆ ਸੀ। ਇਸ ਸਿਸਟਮ ਮੁਤਾਬਕ ਆਰਥਿਕ ਇਕਾਈ ਇੱਕ ਫੈਮਿਲੀ ਫਾਰਮ ਸੀ। ਖੇਤੀ ਤੋਂ ਜੋ ਪ੍ਰਤੀ ਕਾਮੇ ਨੂੰ ਆਮਦਨ ਸੀ ਉਹਦੇ ਆਧਾਰ 'ਤੇ ਹੀ
ਸਨਅਤੀ ਕਾਮਿਆਂ ਤੇ ਸਰਕਾਰੀ ਅਦਾਰਿਆਂ ਦੇ ਵੇਤਨ ਮਿੱਥੇ ਗਏ ਸਨ। ਜੇ ਇੱਕ ਕਿਸਾਨ ਦੀ ਆਮਦਨ 100 ਜਵਾਨ ਸੀ 300 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਤਾਂ ਸਨਅਤੀ ਕਾਮੇ ਦਾ ਵੇਤਨ ਵੀ ਇੰਨਾ ਹੀ ਸੀ। ਵੱਧ ਤੋਂ ਵੱਧ ਉੱਚੀ ਆਮਦਨ ਕਿਸੇ ਦੀ ਵੀ 300 ਜਵਾਨ ਪ੍ਰਤੀ ਮਹੀਨੇ ਤੋਂ ਵੱਧ ਨਹੀਂ ਸੀ ਅਤੇ ਘੱਟੋ ਘੱਟ 100 ਜਵਾਨ ਸੀ। ਆਮ ਤੌਰ 'ਤੇ ਵੇਤਨ ਅਤੇ ਆਮਦਨ 100 ਤੋਂ 200 ਜਵਾਨ ਪ੍ਰਤੀ ਮਹੀਨੇ ਦੇ ਵਿਚਕਾਰ ਸੀ। ਇਸ ਤਰ੍ਹਾਂ ਦਾ ਨਾ ਕੋਈ ਗਰੀਬ ਸੀ ਅਤੇ ਨਾ ਹੀ ਫਜ਼ੂਲ ਜਾਂ ਅਮੀਰ। ਯੂਨੀਵਰਸਿਟੀਆਂ ਵਿੱਚ ਵੀ ਇੱਕ ਨਵੇਂ ਜੂਨੀਅਰ ਪ੍ਰੋਫੈਸਰ ਦੀ ਤਨਖਾਹ 140 ਜਵਾਨ ਦੇ ਕਰੀਬ ਸੀ ਅਤੇ ਉੱਚੀ ਤੋਂ ਉੱਚੀ ਤਨਖਾਹ 250 ਜਵਾਨ ਦੇ ਕਰੀਬ ਸੀ। ਟੈਕਨੀਕਲ ਅਤੇ ਦੂਜੀਆਂ ਅਸਾਮੀਆਂ 'ਤੇ ਕੰਮ ਕਰਦੇ ਵਿਅਕਤੀਆਂ ਦੀ ਤਨਖਾਹ 'ਚ ਕੋਈ ਬਹੁਤਾ ਫਰਕ ਨਹੀਂ ਸੀ। ਇਹ ਸਮਝਿਆ ਜਾਂਦਾ ਸੀ ਕਿ ਤਕਨੀਕੀ ਸਿੱਖਿਆ ਤਾਂ ਸਾਰੇ ਸਮਾਜ ਦੇ ਖਰਚੇ 'ਤੇ ਹੀ ਪ੍ਰਾਪਤ ਕੀਤੀ ਗਈ ਹੈ, ਇਸ ਲਈ ਬਹੁਤਾ ਫਰਕ ਕਰਨ ਦੀ ਲੋੜ ਨਹੀਂ। ਲੋਕ ਕਾਫੀ ਉਮਰ ਤੱਕ ਰਿਟਾਇਰ ਨਹੀਂ ਸਨ ਹੁੰਦੇ। ਯੂਨੀਵਰਸਿਟੀਆਂ 'ਚ 75-80 ਸਾਲ ਦੇ ਬੁੱਢੇ ਵੀ ਹਾਲਾਂ ਕੰਮ ਕਰਦੇ ਸਨ। ਹੁਣ ਸੋਚਿਆ ਜਾ ਰਿਹਾ ਕਿ 75 ਸਾਲ ਤੋਂ ਵੱਡੀ ਉਮਰ ਦੇ ਪ੍ਰੋਫੈਸਰਾਂ ਨੂੰ ਬੇਨਤੀ ਕੀਤੀ ਜਾਏ ਕਿ ਉਹ ਆਪਣੀ ਰਿਟਾਇਰਮੈਂਟ ਬਾਰੇ ਸੋਚਣ ਅਤੇ ਫੈਸਲਾ ਲੈਣ। ਰਿਟਾਇਰ ਹੋਣਾ ਹਰ ਕਿਸੇ ਦਾ ਆਪਣਾ ਫੈਸਲਾ ਸੀ। ਸਰਕਾਰੀ ਦੁਕਾਨਾਂ ਕੋਈ ਖਾਸ ਨਹੀਂ ਸਨ, ਕੀਮਤਾਂ ਉੱਤੇ ਕੰਟਰੋਲ ਜ਼ਰੂਰ ਸੀ। ਤਿੰਨ ਕਿਸਮ ਦੀਆਂ ਕੀਮਤਾਂ ਸਨ। ਇੱਕ ਲਾਲ ਬਿੱਲੇ ਵਾਲੀਆਂ ਵਸਤੂਆਂ ਜਿਨ੍ਹਾਂ ਦੀ ਕੀਮਤ ਨਿਸ਼ਚਿਤ ਸੀ ਅਤੇ ਬਦਲੀ ਨਹੀਂ ਸੀ ਜਾ ਸਕਦੀ। ਇੱਕ ਹਰੇ ਬਿੱਲੇ ਵਾਲੀਆਂ ਵਸਤੂਆਂ ਜਿਨ੍ਹਾਂ ਦੀ ਕੀਮਤ ਇੱਕ ਹੱਦ ਤੱਕ ਹੀ ਉੱਪਰ ਨੀਚੇ ਕੀਤੀ ਜਾ ਸਕਦੀ ਸੀ। ਇੱਕ ਉਹ ਵਸਤੂਆਂ ਜਿਨ੍ਹਾਂ ਦੀ ਕੀਮਤ ਮਰਜ਼ੀ ਮੁਤਾਬਕ ਵਧਾਈ ਘਟਾਈ ਜਾ ਸਕਦੀ ਸੀ। ਇਸ ਤਰ੍ਹਾਂ ਹਰ ਵਿਅਕਤੀ ਪਾਸ ਕੰਮ ਸੀ ਜਾਂ ਨੌਕਰੀ ਸੀ, ਚੀਜ਼ਾਂ ਵਸਤਾਂ ਦੀ ਕੋਈ ਕਮੀ ਨਹੀਂ ਸੀ। ਕਿਸੇ ਵੀ ਸ਼ਹਿਰ ਜਾਂ ਥਾਂ ਤੋਂ ਦੂਜੇ ਸ਼ਹਿਰ ਜਾਂ ਥਾਂ ਸੈਰ ਸਪਾਟੇ 'ਤੇ ਮਿਲਣ ਗਿਲਣ ਤਾਂ ਕੋਈ ਵੀ ਜਾ ਸਕਦਾ ਸੀ, ਪਰ ਐਵੇਂ ਕਿਤੇ ਹੋਰ ਥਾਂ ਜਾ ਕੇ ਰਹਿਣ ਦੀ ਮਨਾਹੀ ਸੀ। ਕਿਸੇ ਸ਼ਹਿਰ ਵਿੱਚ ਵਸਣ ਲਈ ਸਰਕਾਰ ਦੀ ਇਜਾਜ਼ਤ ਚਾਹੀਦੀ ਸੀ। ਇਸ ਤੋਂ ਬਿਨਾਂ ਮਕਾਨ ਜਾਂ ਕੋਈ ਰਿਹਾਇਸ਼ ਨਹੀਂ ਸੀ ਮਿਲ ਸਕਦੀ। ਵੇਖਣ ਨੂੰ ਲੋਕ ਖੁਸ਼ਹਾਲ ਦਿਖਾਈ ਦਿੰਦੇ ਸਨ, ਕਿਸੇ ਦੇ ਵੀ ਕੱਪੜਾ ਮਾੜਾ ਜਾਂ ਗੰਦਾ ਨਹੀਂ ਸੀ। ਮੈਂ 5 ਪ੍ਰਾਂਤਾਂ ਵਿੱਚ, ਸ਼ਹਿਰਾਂ ਅਤੇ ਪਿੰਡਾਂ ਵਿੱਚ ਵੇਖਿਆ ਕਿ ਖੇਤਾਂ ਵਿੱਚ ਕੰਮ ਕਰਦੇ ਆਦਮੀਆਂ ਅਤੇ ਔਰਤਾਂ ਦੇ ਕੱਪੜੇ ਵੀ ਸਾਫ਼ ਸੁਥਰੇ ਸਨ। ਸਫਾਈ ਕਰਨ ਵਾਲਿਆਂ ਦੇ ਕੱਪੜੇ ਵੀ ਸਾਫ਼ ਸੁਥਰੇ ਸਨ। ਕੋਈ ਵਿਅਕਤੀ ਜੁੱਤੀ ਤੋਂ ਬਗੈਰ ਨਹੀਂ ਸੀ ਵੇਖਿਆ ਅਤੇ ਕੋਈ ਮੰਗਤਾ ਨਜ਼ਰ ਨਹੀਂ ਆਇਆ। ਲੋਕ ਸਿਹਤਮੰਦ ਦਿਖਾਈ ਦਿੰਦੇ ਸਨ। ਸੜਕਾਂ ਸਾਫ਼ ਸੁਥਰੀਆਂ ਸਨ। ਕਿਤੇ ਕਿਸੇ ਨੇ ਕੋਈ ਕਮਰਸ਼ੀਅਲ ਜਾਂ ਨਾਰਾ ਆਦਿ ਨਹੀਂ ਸੀ ਲਿਖਿਆ। ਕੰਧਾਂ ਸਾਫ਼ ਸਨ। ਸੜਕਾਂ ਦੇ ਫੁੱਟਪਾਥ ਸਿਰਫ ਪੈਦਲਾਂ ਵਾਸਤੇ ਸਨ। ਕਿਸੇ ਨੇ ਕੋਈ ਥਾਂ ਨਹੀਂ ਸੀ ਮੱਲੀ ਹੋਈ। ਸੜਕਾਂ ਦੇ ਵਿਚਕਾਰ ਮੋਟਰ ਗੱਡੀਆਂ ਜਾਂ ਮੋਟਰਸਾਈਕਲਾਂ ਦੀ ਆਵਾਜਾਈ ਸੀ। ਉਸ ਤੋਂ ਉੱਪਰ ਦੋਹੀਂ ਪਾਸੇ ਸਾਈਕਲਾਂ ਦੇ ਰਸਤੇ ਸਨ ਅਤੇ ਇਹਨਾਂ ਤੋਂ ਉੱਪਰ ਪੈਦਲਾਂ ਲਈ ਫੁੱਟਪਾਥ। ਬੱਸਾਂ, ਕਾਰਾਂ, ਮੋਟਰਸਾਈਕਲ ਸਭ ਸਰਕਾਰੀ ਸਨ। ਨਿੱਜੀ ਸਵਾਰੀ ਤਾਂ ਸਿਰਫ ਸਾਈਕਲ ਹੀ ਸਨ। ਆਵਾਜਾਈ ਬਹੁਤ ਤਰਤੀਬ ਨਾਲ ਬਗੈਰ ਕਿਸੇ ਅੜਿੱਕੇ ਜਾਂ ਵਿਘਨ ਤੋਂ ਚੱਲ ਰਹੀ ਸੀ। ਇੱਕ ਥਾਂ ਨਹੀਂ, ਹਰ ਜਗ੍ਹਾ ਇਸੇ ਤਰ੍ਹਾਂ ਸੀ। ਪਰ ਨਿੱਜੀਕਰਨ ਅਤੇ ਬਾਹਰੋਂ ਸਰਮਾਇਆ ਆਉਣ ਨਾਲ ਪੂੰਜੀਵਾਦ ਦੀਆਂ ਅਲਾਮਤਾਂ ਵੀ ਨਾਲ ਨਾਲ ਸਿਰ ਕੱਢ ਰਹੀਆਂ ਸਨ। ਸੋਵੀਅਤ ਯੂਨੀਅਨ ਵਾਂਗ ਹੀ ਲੋਕਾਂ ਦੀ ਜ਼ੁਬਾਨ ਹੌਲੀ ਹੌਲੀ ਖੁੱਲ੍ਹ ਰਹੀ ਸੀ। ਅਪਰਾਧਾਂ ਦੀ ਗੱਡੀ ਵੀ ਤੇਜ਼ ਹੋ ਰਹੀ ਸੀ। ਭਾਵੇਂ ਸਰਕਾਰ ਦਾ ਪੂਰਾ ਨਿਯੰਤਰਣ ਸੀ, ਪਰ ਵਿਦਰੋਹੀ ਸਿਰ ਚੁੱਕ ਰਹੇ ਸਨ। ਸਾਡੇ ਨਾਲ ਪਾਰਟੀ ਦਾ ਇੱਕ ਕਰਿੰਦਾ ਹਰ ਥਾਂ ਜਾਂਦਾ ਸੀ ਅਤੇ ਚੁੱਪ ਚਾਪ ਲਾਂਭੇ ਵਿਚਾਰ ਵਟਾਂਦਰਿਆ ਕਰਦੇ ਪ੍ਰੋਫੈਸਰਾਂ, ਖੋਜਕਾਰਾਂ ਅਤੇ ਪ੍ਰਸ਼ਾਸਕਾਂ ਨਾਲ ਸੁਣਦਾ ਰਹਿੰਦਾ ਸੀ। ਸਾਡੇ ਨਾਲ ਲਾਏ ਇੰਟਰਪੈਂਟਰ ਵੀ ਜਾਪਦਾ ਸੀ। ਕਮਿਊਨਿਸਟ ਪਾਰਟੀ ਦੇ ਕਰਿੰਦੇ ਸਨ, ਸਵਾਏ ਆਪਣੇ ਵਿਸ਼ੇ ਤੋਂ ਹੋਰ ਕੋਈ ਗੱਲ ਕਰਨੀ ਔਖੀ ਸੀ। ਚੀਨੀਆਂ ਵੱਲੋਂ ਅੰਕੜੇ ਜਾਂ ਡੂੰਘਾਈ ਨਾਲ ਕੋਈ ਜਾਣਕਾਰੀ ਲੈਣਾ ਬਹੁਤ ਮੁਸ਼ਕਲ ਸੀ। ਛੇਤੀ ਸਖ਼ਤ ਰੁਕਾਵਟ ਆ ਜਾਂਦੀ ਸੀ ਅਤੇ ਜਾਣਕਾਰੀ ਦੀ ਲੜੀ ਖਤਮ ਹੋ ਜਾਂਦੀ ਸੀ। ਫਿਰ ਇੱਧਰੋਂ ਉੱਧਰੋਂ ਫੇਰ ਫਰਾ ਕੇ ਅੱਗੇ ਗੱਲ ਵਧਾਉਣੀ ਪੈਂਦੀ ਸੀ। ਭਾਵੇਂ ਲੋਕ ਬੋਲਣ ਦੀ ਆਜ਼ਾਦੀ ਦੇ ਸੁਪਨੇ ਲੈ ਰਹੇ ਸਨ, ਪਰ ਫਿਰ ਵੀ ਸਰਕਾਰ ਇੰਨੀ ਮਜ਼ਬੂਤੀ ਨਾਲ ਛਾਈ ਹੋਈ ਸੀ ਕਿ ਕਿਸੇ ਵੀ ਹੱਦ ਤੱਕ ਸਖ਼ਤੀ ਕਰਨਾ ਬਿਲਕੁਲ ਮੁਮਕਿਨ ਸੀ। ਇਹੋ ਵਜ੍ਹਾ ਸੀ ਕਿ ਜਿੱਥੇ ਲੋਕਾਂ ਦੀਆਂ ਉਮੀਦਾਂ ਅਤੇ ਹੌਸਲੇ ਜਮਹੂਰੀਅਤ ਪ੍ਰਤੀ ਵੱਧ ਰਹੇ ਸਨ, ਉੱਥੇ ਸਰਕਾਰੀ ਢਾਂਚੇ ਦੀ ਸਖ਼ਤ ਤਬੀਅਤ ਵਿੱਚ ਕੋਈ ਤਰੇੜ ਨਜ਼ਰ ਨਹੀਂ ਸੀ ਆ ਰਹੀ। ਇਹ ਟਕਰਾਅ ਛੇਤੀ ਆਉਂਦਾ ਵਿਖਾਈ ਦਿੱਤਾ, ਜੋ ਛੇਤੀ ਤਿਆਮਨ ਸਕੁਅਰ ਵਿੱਚ ਆ ਗਿਆ। ਚੀਨੀ ਕਿਸਾਨ ਇੰਨਾ ਮਿਹਨਤੀ ਅਤੇ ਲਗਨ ਵਾਲਾ ਹੈ ਕਿ ਕੋਈ ਚੀਜ਼ ਜ਼ਾਇਆ ਨਹੀਂ ਹੋਣ ਦਿੰਦਾ। ਹਰ ਘਰ 'ਚ ਗੋਬਰ ਗੈਸ ਪਲਾਂਟ ਲੱਗਾ ਹੋਇਆ ਸੀ। ਖੇਤ ਦਾ ਫਾਲਤੂ ਘਾਹ ਫੂਸ, ਵਿਹੜੇ ਦਾ ਕੂੜਾ, ਮੁਰਗੀਆਂ ਦੀਆਂ ਬਿੱਠਾਂ ਅਤੇ ਸੂਰਾਂ ਆਦਿ ਦਾ ਵਿਸ਼ਟਾ ਅਤੇ ਇਨਸਾਨੀ ਟੋਇਲਟ ਸਭ ਗੋਬਰ ਗੈਸ ਪਲਾਂਟ 'ਚ ਜਾਂਦੇ ਸਨ।
ਇਸ ਪਲਾਂਟ 'ਚੋਂ ਪਾਣੀ ਛੱਪੜਾਂ 'ਚ ਜਾਂਦਾ ਸੀ ਜਿਸ 'ਚ ਮੱਛੀਆਂ ਅਤੇ ਬੱਤਖਾਂ ਪਲਦੀਆਂ ਸਨ। ਗੋਬਰ ਗੈਸ ਪਲਾਂਟ ਦਾ ਖਾਦ ਖੇਤਾਂ ਵਿੱਚ ਚਲਾ ਜਾਂਦਾ ਸੀ ਅਤੇ ਪਾਣੀ ਵੀ ਇਹਨਾਂ ਛੱਪੜਾਂ ਵਿੱਚ ਜੋ ਫਸਲ ਨੂੰ ਮਿਲਦਾ ਸੀ ਕਾਫੀ ਤਾਕਤਵਰ ਸੀ। ਇਨਸਾਨੀ ਵਿਸ਼ਟਾ ਤਾਂ ਬਿਲਕੁਲ ਜ਼ਾਇਆ ਨਹੀਂ ਸੀ ਕੀਤਾ ਜਾਂਦਾ। ਮੈਂ ਵੇਖਿਆ ਕਾਲਜਾਂ ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਵੀ ਇਨਸਾਨੀ ਮਲ ਮੂਤਰ ਡੱਕੇ ਹੋਏ ਟੈਂਕਾਂ ਵਿੱਚ ਇਕੱਠਾ ਹੁੰਦਾ ਸੀ। ਸਾਡੇ ਵਾਂਗ ਸੀਵਰੇਜ ਰਾਹੀਂ ਰੋਡ ਨਹੀਂ ਸੀ ਦਿੱਤਾ ਜਾਂਦਾ। ਇਹਨਾਂ ਟੈਂਕਾਂ 'ਚੋਂ ਇੱਕ ਖਾਦ ਦੇ ਤੌਰ 'ਤੇ ਕਿਸਾਨ ਮੁੱਲ ਲੈ ਸਕਦੇ ਸਨ। ਇੰਨੀ ਮਿਹਨਤ ਦਾ ਸੀ ਤਾਂ ਸ਼ਾਇਦ ਭਾਰਤ ਦੇਸ਼ 'ਚ ਸੁਪਨਾ ਵੀ ਨਹੀਂ ਲੈ ਸਕਦੇ। ਡਿਸਿਪਲਿਨ ਇੰਨਾ ਪਰਪੱਕ ਸੀ ਕਿ ਸ਼ਾਮ ਨੂੰ 5 ਵਜੇ ਜਦ ਘੰਟਾ ਵੱਜਦਾ ਸੀ ਤਾਂ ਹਰ ਕੋਈ ਚਾਹੇ ਉਹ ਵਿਦਿਆਰਥੀ ਹੋਵੇ ਜਾਂ ਅਧਿਆਪਕ ਬਾਹਰ ਨਿਕਲ ਆਉਂਦਾ ਸੀ ਅਤੇ ਸੰਗੀਤ ਦੀ ਆਵਾਜ਼ 'ਤੇ ਪੀਟੀ ਕਰਦਾ ਸੀ। ਉਸ ਵੇਲੇ ਤਾਂ ਹੁਣ ਵੀ ਇੱਕ ਕਾਨੂੰਨ ਸੀ ਕਿ ਕਿਸੇ ਜੋੜੇ ਦਾ ਇੱਕ ਤੋਂ ਵੱਧ ਬੱਚਾ ਨਹੀਂ ਹੋਣਾ ਚਾਹੀਦਾ। ਜੇ ਪੁੱਛਿਆ ਜੇ ਦੂਜਾ ਬੱਚਾ ਹੋ ਜਾਏ, ਜਵਾਬ ਸੀ ਕਿਉਂ ਹੋ ਜਾਏ। ਜੇ ਕਿਤੇ ਦੂਜਾ ਬੱਚਾ ਸੈਂਕੜਿਆਂ 'ਚ ਕਿਸੇ ਦੇ ਹੋ ਜਾਏ ਤਾਂ ਜੁਰਮਾਨਾ ਹੋ ਜਾਂਦਾ ਸੀ, ਮੈਡੀਕਲ ਮਦਦ ਖਤਮ ਹੋ ਜਾਂਦੀ ਸੀ, ਦੁੱਧ ਦਾਤ ਦਾ ਅਲਾਊਂਸ ਖਤਮ ਹੋ ਜਾਂਦਾ ਸੀ, ਜੇਲ੍ਹ ਵੀ ਹੋ ਸਕਦੀ ਸੀ। ਕਿਸੇ ਵੀ ਕਾਨੂੰਨ ਨੂੰ ਬੜੀ ਸਖਤੀ ਨਾਲ ਲਾਗੂ ਕੀਤਾ ਜਾਂਦਾ ਸੀ। ਇਹਨਾਂ ਹਾਲਤਾਂ ਵਿੱਚ ਵਿਦਰੋਹ ਤਾਂ ਉਤਪੰਨ ਹੋ ਸਕਦਾ ਸੀ ਪਰ ਵਿਦਰੋਹ ਦੀ ਕਾਮਯਾਬੀ ਦੇ ਇਮਕਾਨ ਘੱਟ ਸਨ। ਇੱਥੇ ਇੱਕ ਪੱਖ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ, ਉਹ ਸੀ ਖੇਤੀ ਖੋਜ ਅਤੇ ਉਹਨੂੰ ਲੋਕਾਂ ਤਾਈਂ ਪਹੁੰਚਾਉਣ ਦਾ ਸਿਸਟਮ। ਮਿਸਾਲ ਵਜੋਂ ਜਦ ਕੋਈ ਵਿਗਿਆਨੀ ਕੋਈ ਨਵੀਂ ਕਿਸਮ ਪੈਦਾ ਕਰਦਾ ਸੀ ਤਾਂ ਉਹ ਆਪਣੀ ਸੰਸਥਾ ਰਾਹੀਂ ਆਪਣੇ ਪੁੱਤ ਦੀ ਕਮੇਟੀ ਨੂੰ ਪੂਰੇ ਅੰਕੜਿਆਂ ਨਾਲ ਵੇਰਵਾ ਦਿੰਦਾ ਸੀ। ਇਸ ਕਿਸਮ ਦਾ ਬੀਜ ਕਮਿਊਨ ਦੀ ਪੱਧਰ ਦੀ ਖੋਜ ਸੰਸਥਾ ਜਾਂ ਕੇਂਦਰ ਨੂੰ ਮੁੱਲ ਵੇਚਿਆ ਜਾਂਦਾ ਸੀ। ਇਸ ਸੰਸਥਾ ਪਾਸ ਜੋ ਫਾਰਮ ਦੀ ਜ਼ਮੀਨ ਸੀ ਉਹਦਾ ਠੇਕਾ ਵੀ ਸਰਕਾਰ ਲੈਂਦੀ ਸੀ। ਇਸ ਪੱਧਰ 'ਤੇ ਸਰਕਾਰ 4 ਪ੍ਰੋਫੈਸ਼ਨਲ ਜਾਂ ਤਕਨੀਕੀ ਕਰਮਚਾਰੀਆਂ ਦੀ ਤਨਖਾਹ ਦਿੰਦੀ ਸੀ, ਬਾਕੀ ਖਰਚਿਆਂ ਲਈ ਇਹ ਕੇਂਦਰ ਆਪਣੀ ਆਮਦਨ ਆਪ ਕਮਾਉਂਦੇ ਸਨ। ਇਸ ਕਰਕੇ ਅੱਗੋਂ ਬਰਗੇਡ ਦੀ ਪੱਧਰ ਦੇ ਕੇਂਦਰ ਨੂੰ ਇਹ ਬੀਜ ਬਣਾ ਕੇ ਵੇਚਦੇ ਸਨ। ਇਹ ਕਮਿਊਨ ਦੀ ਪੱਧਰ ਦੇ ਕੇਂਦਰ ਕਈਆਂ ਤਾਂ ਅਤੇ ਸੰਸਥਾਵਾਂ ਕੋਲੋਂ ਬੀਜ ਦੀ ਖਰੀਦ ਕਰਦੇ ਸਨ ਅਤੇ ਆਪਣੇ ਤੌਰ 'ਤੇ ਪਰਖ ਕੇ ਬੀਜ ਬਣਾ ਕੇ ਵੇਚਦੇ ਸਨ। ਬਰਗੇਡ ਪੱਧਰ ਦੇ ਕੇਂਦਰਾਂ 'ਤੇ ਸਰਕਾਰ ਸਿਰਫ 2 ਕਰਮਚਾਰੀਆਂ ਨੂੰ 20 ਜਵਾਨ ਅਲਾਊਂਸ ਦਿੰਦੀ ਸੀ ਅਤੇ ਜ਼ਮੀਨ ਦਾ ਠੇਕਾ ਲੈਂਦੀ ਸੀ। ਇਹ ਕੇਂਦਰ ਆਪਣੇ ਖਰਚੇ ਆਪ ਚਲਾਉਂਦੇ ਸਨ, ਕਿਸਾਨਾਂ ਨੂੰ ਬੀਜ ਮੁੱਲ ਦੇ ਕੇ ਬੀਜ ਬਣਵਾਉਂਦੇ ਸਨ ਅਤੇ ਉਹਨਾਂ ਤੋਂ ਖਰੀਦ ਕੇ ਅੱਗੇ ਵੇਚ ਕੇ ਮੁਨਾਫਾ ਕਮਾਉਂਦੇ ਸਨ। ਇਸ ਤਰ੍ਹਾਂ ਜੋ ਬੀਜ ਕਿਸਾਨਾਂ ਤੱਕ ਪਹੁੰਚਦਾ ਸੀ ਉਹ 2 ਪੱਧਰ 'ਤੇ ਪੂਰਾ ਪਰਖ ਕਰਕੇ ਤਿਆਰ ਹੁੰਦਾ ਸੀ। ਇਸ ਤਰ੍ਹਾਂ ਉਪਜ ਜੋ ਪਹਿਲਾਂ ਪੌਦਾ ਵਿਗਿਆਨੀ ਨੇ ਦੱਸੀ ਹੁੰਦੀ ਸੀ ਅਸਲ 'ਚ ਵੱਧ ਜਾਂਦੀ ਸੀ। ਇਸ ਸਿਸਟਮ 'ਤੇ ਸਰਕਾਰ ਦਾ ਖਰਚਾ ਵੀ ਘੱਟ ਹੁੰਦਾ ਸੀ, ਸਗੋਂ ਸਬਜ਼ੀਆਂ ਆਦਿ ਦੇ ਤਾਂ ਸਰਕਾਰ ਕੇਂਦਰ ਤੋਂ ਪੈਸੇ ਖੱਟਦੀ ਸੀ। ਇਸ ਦੇ ਨਾਲ ਜੋ ਖੋਜ ਕਿਸਾਨਾਂ ਤੱਕ ਪਹੁੰਚਦੀ ਸੀ ਉਹ ਪਰਪੱਕ ਹੁੰਦੀ ਸੀ। ਪਿੰਡਾਂ ਦੇ ਹਰ ਘਰ ਨਾਲ ਸੰਪਰਕ ਬਹੁਤ ਹੀ ਸੌਖਾ ਕੀਤਾ ਹੋਇਆ ਸੀ। ਹਰ ਘਰ ਵਿੱਚ ਇੱਕ ਛੋਟਾ ਜਿਹਾ ਲਾਊਡ ਸਪੀਕਰ ਦੀਵਾਰ 'ਚ ਲੱਗਾ ਹੋਇਆ ਸੀ। ਇਹਦਾ ਕੇਂਦਰ ਪਿੰਡ ਦਾ ਸੈਂਟਰ ਸੀ। ਇਸ ਸੈਂਟਰ ਤੋਂ ਹਰ ਘਰ ਨੂੰ ਇੱਕਦਮ ਸੰਬੋਧਨ ਕੀਤਾ ਜਾ ਸਕਦਾ ਸੀ। ਇਸ ਸੈਂਟਰ ਤੋਂ ਤਾਰਾਂ ਕਮਿਊਨ ਅਤੇ ਪ੍ਰਾਂਤਕ ਸੈਂਟਰਾਂ 'ਚ ਜਾਂਦੀਆਂ ਸਨ। ਕੋਈ ਘਰ ਇਹ ਸਿਸਟਮ ਬੰਦ ਨਹੀਂ ਸੀ ਕਰ ਸਕਦਾ। ਇਸ ਤਰ੍ਹਾਂ ਕੋਈ ਵੀ ਪ੍ਰਚਾਰ ਜਾਂ ਸੂਚਨਾ ਹਰ ਘਰ ਨੂੰ ਸਿੱਧੀ ਪ੍ਰਾਂਤ ਜਾਂ ਕਮਿਊਨ ਤੋਂ ਜਾਂ ਪਿੰਡ ਦੇ ਸੈਂਟਰ ਤੋਂ ਇੱਕਦਮ ਪਹੁੰਚਾਈ ਜਾ ਸਕਦੀ ਸੀ। ਆਮ ਵਿਕਾਸ ਦੇ ਪ੍ਰਚਾਰ ਜਾਂ ਕਿਸੇ ਖਾਸ ਸੂਚਨਾ ਦਾ ਹਰ ਵਿਅਕਤੀ ਤਾਈਂ ਪਹੁੰਚਾਉਣਾ ਖਾਸ ਕਰਕੇ ਖਤਰੇ ਜਾਂ ਲੜਾਈ ਵੇਲੇ ਇੱਕਦਮ ਸੌਖਾ ਸੀ। ਇਸ 'ਤੇ ਖਰਚਾ ਵੀ ਕੋਈ ਬਹੁਤਾ ਨਹੀਂ ਸੀ। ਮੈਨੂੰ ਚੀਨੀ ਸਮਾਜਵਾਦ ਨੇ ਕਾਫੀ ਪ੍ਰਭਾਵਿਤ ਕੀਤਾ, ਭਾਵੇਂ ਬੁੱਧੀਜੀਵੀਆਂ ਲਈ, ਖਾਸ ਕਰਕੇ ਵਿਰੋਧੀ ਬੁੱਧੀਜੀਵੀਆਂ ਲਈ ਇੱਕ ਮਾਨਸਿਕ ਘੁੱਟਣ ਜ਼ਰੂਰ ਸੀ, ਪਰ ਆਮ ਲੋਕ ਸੌਖੇ ਸਨ। ਇੰਨੀ ਵੱਡੀ ਆਬਾਦੀ ਦੇ ਬਾਵਜੂਦ ਕੋਈ ਬੇਤਰਤੀਬੀ ਭੀੜ ਜਾਂ ਟ੍ਰੈਫਿਕ ਜਾਮ ਨਹੀਂ ਸੀ। ਸਿਲਸਿਲਾ ਆਰਾਮ ਨਾਲ ਚੱਲ ਰਿਹਾ ਸੀ। ਹਰੇਕ ਨੂੰ ਲੋੜ ਮੁਤਾਬਕ ਖਾਣ ਪਹਿਨਣ ਨੂੰ ਮਿਲਦਾ ਸੀ, ਕੋਈ ਘਰੋਂ ਬਗੈਰ ਨਹੀਂ ਸੀ। ਲੋਕ ਸਾਫ਼ ਸੁਥਰੇ ਸਨ, ਹਰੇਕ ਦੇ ਪੈਰ ਅਤੇ ਸਿਰ ਢੱਕੇ ਹੋਏ ਸਨ, ਮਤਲਬ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਕੋਈ ਮੰਗਤਾ ਨਹੀਂ ਸੀ, ਕਿਤੇ ਕੋਈ ਨਜਾਇਜ਼ ਕਬਜ਼ਾ ਨਹੀਂ ਸੀ। ਸਰਕਾਰ ਦਿਖਾਈ ਦਿੰਦੀ ਸੀ, ਅਪਰਾਧ ਬਹੁਤ ਘੱਟ ਸੀ, ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਂਦਾ ਸੀ। ਸਾਡੇ ਦੇਸ਼ ਵਾਂਗ ਸਿਰਫ ਕਾਨੂੰਨ ਬਣਾਉਣ ਦਾ ਹੀ ਸ਼ੌਕ ਨਹੀਂ ਸੀ, ਉੱਥੇ ਕਾਨੂੰਨ ਲਾਗੂ ਵੀ ਹੁੰਦਾ ਸੀ ਅਤੇ ਦਿਖਾਈ ਦਿੰਦਾ ਸੀ। ਇਸ ਸਿਸਟਮ ਨੂੰ ਵੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਲੋੜ ਜ਼ਿਆਦਾ ਕਾਨੂੰਨ ਬਣਾਉਣ ਦੀ ਨਹੀਂ, ਸਗੋਂ ਕਾਨੂੰਨ ਲਾਗੂ ਕਰਨ ਦੀ ਹੁੰਦੀ ਹੈ। ਜਿਸ ਸਮਾਜ ਜਾਂ ਦੇਸ਼ 'ਚ ਕਾਨੂੰਨ ਬਹੁਤੇ ਹੋਣ ਉੱਥੇ ਆਮ ਤੌਰ 'ਤੇ ਕਾਨੂੰਨ ਦੀ ਪਾਲਣਾ ਅਤੇ ਸਤਿਕਾਰ ਘੱਟ ਹੁੰਦਾ ਹੈ। ਸਾਨੂੰ ਬਹੁਤ ਕੁਝ ਹੈ ਇਹਨਾਂ ਤੋਂ ਸਿੱਖਣ ਨੂੰ, ਉਹ ਭਾਵੇਂ ਸਮਾਜਵਾਦੀ ਢਾਂਚਾ ਹੈ। ਅਸੀਂ ਇੱਕ ਲੋਕਤੰਤਰ ਵਿੱਚ ਵੀ ਕਈ ਪੱਖ ਹਨ ਆਰਥਿਕ ਅਤੇ ਸਮਾਜਿਕ ਜੋ ਸਾਡੇ ਵਾਸਤੇ ਕਾਫੀ ਲਾਭਦਾਇਕ ਸਾਬਤ ਹੋ ਸਕਦੇ ਹਨ।
ਪਰ ਜੇ ਸਰਕਾਰ ਦਾ ਇਰਾਦਾ ਤੇ ਹਿੰਮਤ ਹੋਵੇ ਤਾਂ ਕਿਊਬਾ ਦਾ ਸਮਾਜਵਾਦ ਕੋਈ ਖਾਸ ਵੱਖਰਾ ਨਹੀਂ ਛੋਟਾ ਦੇਸ਼ ਹੋਣ ਕਰਕੇ ਸਮੱਸਿਆਵਾਂ ਦੇ ਬਾਵਜੂਦ ਇਸ ਸਿਸਟਮ ਨੂੰ ਚਲਾਉਣਾ ਕਾਫੀ ਆਸਾਨ ਸੀ ਫੀਦਲ ਕਾਸਤਰੋ ਇਸ ਮੁਲਕ ਦਾ ਪ੍ਰਧਾਨ ਕਰਤਾ ਧਰਤਾ ਅਮਰੀਕਾ ਦਾ ਪੜਿਆ ਹੋਇਆ ਅਮਰੀਕਨ ਵਿਰੋਧੀ ਨਬਜ਼ ਨੂੰ ਪੂਰੀ ਤਰ੍ਹਾਂ ਸਮਝਦਾ ਇਸ ਦੇਸ਼ ਦੀ ਕਮਜ਼ੋਰੀ ਹੈ ਕਿ ਗੰਨੇ ਤੋਂ ਸਿਵਾਏ ਇੱਥੇ ਕੋਈ ਐਸਾ ਉਤਪਾਦਨ ਨਹੀਂ ਜੋ ਨਿਰਯਾਤ ਹੋ ਸਕੇ ਸੰਤਰੇ ਮਾਲਟੇ ਪੈਦਾ ਹੁੰਦੇ ਹਨ ਪਰ ਉਹ ਵੀ ਕੋਈ ਖਾਸ ਨਹੀਂ ਕੋਈ ਧਾਤ ਜਾਂ ਖਣਿਜ ਮਾਲ ਖਾਸ ਨਹੀਂ ਅਤੇ ਪੈਟਰੋਲ ਵੀ ਨਹੀਂ ਇਸ ਕਰਕੇ ਇਸ ਦੇਸ਼ ਦੀਆਂ ਉਤਪਾਦਨ ਅਤੇ ਦਰਾਮਦ ਬਰਾਮਦ ਦੀਆਂ ਖਾਸ ਸਮੱਸਿਆਵਾਂ ਹਨ ਜੇ ਸ਼ੁਰੂ 'ਚ ਅਤੇ ਹੁਣ ਤੱਕ ਸੋਵੀਅਤ ਯੂਨੀਅਨ ਇਸ ਦੇਸ਼ ਦੀ ਪਿੱਠ 'ਤੇ ਨਾ ਹੁੰਦਾ ਤਾਂ ਅਮਰੀਕਾ ਸ਼ਾਇਦ ਇਸ ਸਮਾਜਵਾਦ ਨੂੰ ਛੇਤੀ ਬਿੱਲੇ ਲਾ ਦਿੰਦਾ ਇੱਕ ਬੜੀ ਦਿਲਚਸਪ ਗੱਲ ਹੋਈ ਇਸ ਦੇਸ਼ ਵਿੱਚ ਸ਼ੁਰੂ 'ਚ ਅਮਰੀਕਾ ਨੇ ਬੜੀ ਰੌਲੀ ਪਾਈ ਕਿ ਲੋਕ ਦੁਖੀ ਹਨ ਅਤੇ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ ਪਰ ਇਹ ਕਮਿਊਨਿਸਟ ਸਰਕਾਰ ਉਹਨਾਂ ਨੂੰ ਨੱਪੀ ਬੈਠੀ ਹੈ ਫੀਦਲ ਕਾਸਰੋ ਨੇ ਚਲਾਕੀ ਖੇਡੀ ਅਤੇ ਐਲਾਨ ਕੀਤਾ ਕਿ ਜਿੰਨੇ ਵੀ ਬੰਦੇ ਇੱਥੋਂ ਜਾਣਾ ਚਾਹੁਣ ਅਮਰੀਕਾ ਆਪਣੇ ਜਹਾਜ਼ ਭਰ ਕੇ ਲਿਜਾ ਸਕਦਾ ਹੈ ਦੂਰ ਸਮੁੰਦਰ ਵਿੱਚ ਆਪਣੇ ਸਮੁੰਦਰੀ ਜਹਾਜ਼ ਖੜ੍ਹੇ ਕਰ ਦੇਵੇ ਇੱਥੋਂ ਵੱਡੀਆਂ ਕਿਸ਼ਤੀਆਂ 'ਚ ਚਾਹਵਾਨਾਂ ਨੂੰ ਜਹਾਜ਼ ਤੱਕ ਪਹੁੰਚਾ ਦਿੱਤਾ ਜਾਏਗਾ ਅਮਰੀਕਾ ਨੇ ਸਵੀਕਾਰ ਕਰਕੇ ਸਮੁੰਦਰੀ ਜਹਾਜ਼ ਭੇਜ ਦਿੱਤੇ ਕਾਸਰੋ ਨੇ ਜੇਲ੍ਹਾਂ 'ਚ ਬੰਦ ਸਭ ਅਪਰਾਧੀ ਅਤੇ ਸਮੱਗਲਰ ਬੇੜੀਆਂ ਭਰ ਭਰ ਜਹਾਜ਼ਾਂ 'ਚ ਪਹੁੰਚਾ ਦਿੱਤੇ ਅਤੇ ਜੇਲ੍ਹਾਂ ਖਾਲੀ ਕਰ ਦਿੱਤੀਆਂ ਇੱਕ ਦੋ ਜਹਾਜ਼ ਹੀ ਜਦ ਫਲੋਰੀਡਾ ਪਹੁੰਚੇ ਤਾਂ ਅਮਰੀਕਨਾਂ ਨੂੰ ਹੋਸ਼ ਆਈ ਉਦੋਂ ਤੱਕ ਖੇਲ ਖਤਮ ਹੋ ਚੁੱਕਾ ਸੀ ਹੁਣ ਕਿਊਬਾ ਤੋਂ ਆਏ ਸਭ ਅਪਰਾਧੀ ਸੰਭਾਲਣੇ ਅਮਰੀਕਾ ਦੀ ਜ਼ਿੰਮੇਵਾਰੀ ਬਣ ਗਈ ਸੀ ਇਸ ਤਰ੍ਹਾਂ ਇੱਕ ਤਾਂ ਕਮਿਊਨਿਸਟ ਸਰਕਾਰ ਦੇ ਕਾਨੂੰਨ ਦੀ ਸਖਤੀ ਕਰਕੇ ਅਤੇ ਦੂਜੇ ਸਭ ਅਪਰਾਧੀ ਬਾਹਰ ਕੱਢ ਦੇਣ ਨਾਲ ਕਿਊਬਾ ਦਾ ਸਮਾਜਿਕ ਢਾਂਚਾ ਅਪਰਾਧਾਂ ਤੋਂ ਤਕਰੀਬਨ ਛੁਟਕਾਰਾ ਪਾ ਗਿਆ ਇਸ ਸਿਸਟਮ ਵਿੱਚ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਫਾਰਮਾਂ 'ਤੇ ਕਾਫੀ ਕੰਮ ਕਰਾਇਆ ਜਾਂਦਾ ਹੈ ਪਰ ਇੱਥੇ ਇਹਨਾਂ ਦਾ ਰਹਿਣਾ ਖਾਣਾ ਅਤੇ ਪੜ੍ਹਾਈ ਮੁਫਤ ਹੁੰਦੀ ਹੈ ਹਰ ਹਫ਼ਤੇ ਬੱਸਾਂ 'ਤੇ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਮਾਂ ਪਿਓ ਪਾਸ ਛੱਡ ਦਿੱਤਾ ਜਾਂਦਾ ਹੈ ਅਤੇ ਛੁੱਟੀ ਤੋਂ ਬਾਅਦ ਵਾਪਸ ਹੋਸਟਲਾਂ 'ਚ ਲਿਆਂਦਾ ਜਾਂਦਾ ਹੈ ਇਸ ਤਰ੍ਹਾਂ ਵਿਦਿਆਰਥੀ ਪੜ੍ਹਦੇ ਹੋਏ ਕੰਮ ਕਰਨ ਦੀ ਆਦਤ ਬਣਾ ਲੈਂਦੇ ਹਨ ਅਤੇ ਮਾਂ ਬਾਪ 'ਤੇ ਪੜ੍ਹਾਈ ਆਦਿ ਦਾ ਕੋਈ ਬੋਝ ਨਹੀਂ ਰਹਿੰਦਾ ਗੰਨੇ ਤੋਂ ਇਲਾਵਾ ਸੰਤਰੇ ਮਾਲਟੇ ਅਤੇ ਡੇਅਰੀ ਫਾਰਮ ਕਾਫੀ ਵਿਕਸਿਤ ਕੀਤੇ ਜਾ ਰਹੇ ਹਨ ਇਹਨਾਂ ਫਾਰਮਾਂ 'ਤੇ ਜਾਂ ਹੋਰ ਕਿਤੇ ਜੋ ਘਰ ਲੋਕਾਂ ਨੂੰ ਦਿੱਤੇ ਜਾਂਦੇ ਹਨ ਉਹਨਾਂ ਦੀ ਸਾਰੀ ਉਮਰ ਲਈ ਹੁੰਦੇ ਹਨ ਮੌਤ ਤੋਂ ਬਾਅਦ ਘਰ ਸਰਕਾਰ ਦਾ ਹੋ ਜਾਂਦਾ ਹੈ ਜੇ ਬੱਚੇ ਉਸ ਘਰ ਨੂੰ ਰੱਖਣਾ ਚਾਹੁਣ ਤਾਂ ਉਹਨਾਂ ਦਾ ਪਹਿਲਾ ਹੱਕ ਹੁੰਦਾ ਹੈ ਇਹ ਘਰ ਵਟਾਏ ਵੀ ਜਾ ਸਕਦੇ ਹਨ ਡਾਕਟਰੀ ਸਿੱਖਿਆ ਅਤੇ ਸਹਾਇਤਾ ਦਾ ਪ੍ਰਬੰਧ ਇਸ ਦੇਸ਼ 'ਚ ਬਹੁਤ ਅੱਛਾ ਹੈ ਹਰ ਪੱਧਰ 'ਤੇ ਫੈਮਿਲੀ ਡਾਕਟਰ ਹਨ ਸਥਾਨਕ ਡਿਸਪੈਂਸਰੀਆਂ ਅਤੇ ਹਸਪਤਾਲਾਂ ਤੋਂ ਉੱਪਰ ਪ੍ਰਾਂਤਕ ਅਤੇ ਦੇਸ਼ ਦੀ ਪੱਧਰ 'ਤੇ ਰੈਫਰੈਂਸ ਹਸਪਤਾਲ ਹਨ ਜਿੱਥੇ ਸਥਾਨਕ ਡਾਕਟਰ ਮਰੀਜ਼ ਆਪ ਭੇਜਦੇ ਹਨ ਮੈਂ ਹਵਾਨਾ ਜੋ ਦੇਸ਼ ਦੀ ਰਾਜਧਾਨੀਆਂ ਵਿੱਚ ਇੱਕ ਹਸਪਤਾਲ ਦੇਖਿਆ ਜਿਸ ਦੀਆਂ 20 ਤੋਂ ਵੀ ਵੱਧ ਮੰਜ਼ਿਲਾਂ ਸਨ ਇਹ ਸਮੁੰਦਰ ਦੇ ਕੰਢੇ 'ਤੇ ਬਣਾਇਆ ਹਸਪਤਾਲ ਹੈ ਜਦ ਮੈਂ ਇਸ ਹਸਪਤਾਲ ਦੇ ਸਵਾਗਤੀ ਹਾਲ 'ਚ ਦਾਖਲ ਹੋਇਆ ਤਾਂ ਇੰਝ ਲੱਗਾ ਜਿਵੇਂ ਕਿਸੇ 5-17 ਹੋਟਲ 'ਚ ਆਇਆ ਹੋਵਾਂ ਇੰਨਾ ਸਾਫ਼ ਸੁਥਰਾ ਅਤੇ ਸੋਫਿਆਂ ਵਾਲਾ ਫੁੱਲਾਂ ਆਦਿ ਨਾਲ ਸਜਾਇਆ ਸ਼ਾਇਦ ਕੋਈ 5-17 ਹੋਟਲ ਵੀ ਨਾ ਹੋਵੇ ਕਿਸੇ ਕਿਸਮ ਦੀ ਕੋਈ ਬੂ ਹਸਪਤਾਲ 'ਚੋਂ ਨਹੀਂ ਸੀ ਆ ਰਹੀ ਮੈਂ ਸੋਚਿਆ ਐਵੇਂ ਦਿਖਾਵੇ ਲਈ ਹੈ ਇੱਥੇ ਹਸਪਤਾਲ ਵਾਲੀ ਤਾਂ ਕੋਈ ਗੱਲ ਹੀ ਨਹੀਂ ਸਵਾਗਤੀ ਕਾਊਂਟਰ ਇੰਨਾ ਸੋਹਣਾ ਸਜਿਆ ਹੋਇਆ ਅਤੇ ਸਵਾਗਤ ਕਰਨ ਵਾਲੀਆਂ ਕੁੜੀਆਂ ਦੀ ਮੁਸਕਰਾਹਟ ਬਹੁਤ ਹੀ ਅੱਛੀ ਹੋਟਲ ਦੀ ਝਲਕ ਸਨ ਮੈਂ ਜਦ ਲੈਬੋਰਟਰੀਆਂ 'ਚ ਗਿਆ ਤਾਂ ਡਾਕਟਰ ਅਤੇ ਵਿਦਿਆਰਥੀ ਪੂਰੇ ਜ਼ੋਰਾਂ ਨਾਲ ਕੰਮ ਕਰ ਰਹੇ ਸਨ ਮਰੀਜ਼ ਦੇਖੇ ਜਾ ਰਹੇ ਸਨ ਪਰ ਹਸਪਤਾਲ ਵਾਲੀ ਬਦਬੂ ਇੱਥੇ ਵੀ ਨਹੀਂ ਸੀ ਮੈਂ ਕਈ ਮਰੀਜ਼ਾਂ ਦੇ ਕਮਰੇ ਆਪਣੀ ਮਰਜ਼ੀ ਨਾਲ ਖੋਲ੍ਹ ਕੇ ਵੇਖੇ ਹਰ ਕਮਰੇ 'ਚ 3-3 ਮਰੀਜ਼ ਸਨ ਬਿਸਤਰੇ ਬੈੱਡ ਅਤੇ ਦੂਸਰਾ ਫਰਨੀਚਰ ਬਹੁਤ ਅੱਛਾ ਸੀ ਹਰ ਕਮਰੇ 'ਚ TV ਅਤੇ ਟੈਲੀਫੋਨ ਦੀ ਸੁਵਿਧਾ ਸੀ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਕਿਸੇ ਅੱਛੇ ਹੋਟਲ ਦੇ ਕਮਰੇ ਨਹੀਂ ਮਰੀਜ਼ ਦਾ ਆਪਣਾ ਸਮਾਨ ਸਿਰਫ ਅੰਡਰਵੇਅਰਸ ਅਤੇ ਦੰਦਾਂ ਵਾਲਾ ਬੁਰਸ਼ ਹੀ ਹੁੰਦਾ ਇੱਥੇ ਬਾਕੀ ਸਭ ਚੀਜ਼ਾਂ ਹਸਪਤਾਲ ਦੀਆਂ ਮਰੀਜ਼ ਨਾਲ ਕੋਈ ਫਾਲਤੂ ਆਦਮੀ ਨਹੀਂ ਆ ਸਕਦਾ ਮੈਂ ਕਿਹਾ ਇਹੋ ਜਿਹੀ ਜਗ੍ਹਾ ਤੋਂ ਤਾਂ ਮਰੀਜ਼ ਦਾ ਜਾਣ ਨੂੰ ਦਿਲ ਨਹੀਂ ਕਰਦਾ ਹੋਣਾ ਤਾਂ ਉੱਥੋਂ ਦੇ ਡਾਇਰੈਕਟਰ ਇੰਚਾਰਜ ਨੇ ਦੱਸਿਆ ਕਿ ਇਹੋ ਉਹਨਾਂ ਦੀ ਸਮੱਸਿਆ ਹੈ ਮਰੀਜ਼ ਇੱਥੋਂ ਬਾਹਰ ਜਾਣਾ ਹੀ ਨਹੀਂ ਚਾਹੁੰਦਾ ਕਿਊਬਾ ਦਾ ਬਹੁਤ ਜ਼ੋਰ ਲੱਗਾ ਹੋਇਆ ਹੈ ਡਾਕਟਰੀ ਸਿੱਖਿਆ ਅਤੇ ਹਰ ਸਾਲ ਆਪਣੀ ਜ਼ਰੂਰਤ ਨਾਲੋਂ ਕਈ ਸੈਂਕੜੇ ਡਾਕਟਰ ਵੱਧ ਤਿਆਰ ਕਰਦਾ ਹੈ ਦੇਸ਼ ਬਾਹਰਲੇ ਲੋੜਵੰਦ ਦੇਸ਼ਾਂ ਨੂੰ ਖਾਸ ਕਰਕੇ ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ 'ਚ ਡਾਕਟਰ ਮਿਸ਼ਨਰੀਆਂ ਦੇ ਤੌਰ 'ਤੇ ਕੰਮ ਕਰਦੇ ਨੇ ਕਿਸੇ ਫੌਜੀ ਸਹਾਇਤਾ ਨਾਲੋਂ ਇਹ ਡਾਕਟਰਾਂ ਦੀ ਸਹਾਇਤਾ ਦੇਣਾ ਵੱਧ ਪਸੰਦ ਕਰਦੇ ਨੇ ਜਿਸ ਨਾਲ ਕਾਫੀ ਸਦਭਾਵਨਾ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਇੱਥੇ ਹਵਾਨਾ 'ਚ ਜਗਤ ਪ੍ਰਸਿੱਧ ਲੇਖਕ ਹੈਮਿੰਗਵੇ ਗਰਮੀਆਂ ਵਿੱਚ ਜਾਂ ਹਵਾਖੋਰੀ ਲਈ ਤਕਰੀਬਨ ਹਰ ਸਾਲ ਆਇਆ ਕਰਦਾ ਸੀ ਮੈਂ ਉਹ ਬਾਰ ਵੇਖੀ ਜਿੱਥੇ ਹਰ ਰੋਜ਼ ਸ਼ਾਮ ਨੂੰ 1-2 ਪੈਗ ਸ਼ਰਾਬ ਕੇ ਦੇ
ਪਾਉਂਦਾ ਸੀ। ਉਹਦੀ ਮਨਪਸੰਦ ਡਰਿੰਕ ਸੀ ਵੋਦਕਾ, ਲੈਮਨ ਕਾਰਡੀਅਲ ਅਤੇ ਹਰਾ ਪੁਦੀਨਾ। ਇਹ ਡਰਿੰਕ ਲੋਕ ਬੜੇ ਸ਼ੌਕ ਨਾਲ ਬਣਵਾ ਕੇ ਪੀਂਦੇ ਸਨ ਅਤੇ ਬਾਰ ਵਾਲੇ ਜੋ ਸਰਕਾਰੀ ਸੀ ਕਾਫੀ ਕਮਾਈ ਖੱਟ ਰਹੇ ਸਨ ਇਸ ਤੋਂ। ਇਹ ਵੇਖ ਕੇ ਮੈਂ ਸੋਚਦਾ ਕਿ ਲੋਕ ਅਤੇ ਸਰਕਾਰਾਂ ਉੱਘੇ ਨਾਵਾਂ ਦੇ ਆਸਰੇ ਕਿਵੇਂ ਆਪਣੀਆਂ ਪੰਜੇ ਘਿਓ 'ਚ ਕਰ ਲੈਂਦੀਆਂ ਨੇ। ਸਾਡੇ ਦੇਸ਼ ਵਿੱਚ ਤਾਂ ਇਹ ਬਿਜ਼ਨਸ ਆਮ ਹੈ। ਜਿਉਂਦੇ ਲੇਖਕ ਜਾਂ ਕਲਾਕਾਰ ਨੂੰ ਭਾਵੇਂ ਭੁੱਖਾ ਹੀ ਮਰਨਾ ਪਵੇ, ਮਰਨ ਉਪਰੰਤ ਕਈਆਂ ਦੇ ਢਿੱਡ ਭਰ ਦਿੰਦੇ ਨੇ। ਪੰਜਾਬ ਵਿੱਚ ਹੀ ਲੈ ਲਓ, ਪ੍ਰੋਫੈਸਰ ਮੋਹਨ ਸਿੰਘ ਦੇ ਨਾਂ 'ਤੇ ਮੇਲੇ, ਸ਼ਿਵ ਦੀਆਂ ਯਾਦਾਂ 'ਚ ਗੀਤ ਸਮਾਗਮ ਆਦਿ ਕਈਆਂ ਨੇ ਰੋਟੀ ਰੋਜ਼ੀ ਦਾ ਸਾਧਨ ਅਤੇ ਆਪਣੀ ਡੁਗਡੁਗੀ ਵਜਾਉਣ ਲਈ ਖੂਬ ਵਰਤੇ ਹਨ। ਹਾਲੇ ਕਿਸੇ ਨੂੰ ਸੁੱਝੀ ਨਹੀਂ, ਜੇ ਕਿਤੇ ਕੋਈ ਸ਼ਿਵ ਦੇ ਨਾਂ 'ਤੇ ਸ਼ਰਾਬਖਾਨਾ ਖੋਲ੍ਹ ਲਏ ਤਾਂ ਕਾਫੀ ਕਮਾਈ ਕਰ ਸਕਦਾ। ਇਹਨਾਂ ਸਮਾਜਵਾਦੀ ਦੇਸ਼ਾਂ ਦੇ ਤਜਰਬੇ ਤੋਂ ਮੈਂ ਇਹ ਮਹਿਸੂਸ ਕੀਤਾ ਕਿ ਸਮਾਜਵਾਦ ਇੱਕ ਬਹੁਤ ਅੱਛਾ ਸਿਧਾਂਤ ਹੈ, ਲੇਕਿਨ ਚਲਾਉਣ ਵਾਲਿਆਂ ਦੀ ਕੱਟੜਤਾ ਅਤੇ ਸਵਾਰਥ ਇਸ ਤਜਰਬੇ ਨੂੰ ਲੈ ਡੁੱਬਿਆ। ਇਹ ਪ੍ਰਗਤੀਵਾਦੀ ਸਿਧਾਂਤ ਹੈ, ਇਸ ਵਿੱਚ ਖੜੋਤ ਜਾਂ ਜਮੂਦ ਲਈ ਕੋਈ ਥਾਂ ਨਹੀਂ। ਇਹ ਹਰ ਸਮਾਜ ਜਾਂ ਦੇਸ਼ ਦੇ ਹਾਲਾਤ ਦੇ ਮੁਤਾਬਕ ਕੁਝ ਸੁਚੱਜੀਆਂ ਤਬਦੀਲੀਆਂ ਅਤੇ ਸੋਧਾਂ ਮੰਗਦਾ ਹੈ। ਇੱਕ ਦੇਸ਼ ਦਾ ਸਿਸਟਮ ਹੂਬਹੂ ਉਸੇ ਤਰ੍ਹਾਂ ਦੂਜੇ ਕਿਸੇ ਦੇਸ਼ 'ਚ ਲਾਗੂ ਨਹੀਂ ਕੀਤਾ ਜਾ ਸਕਦਾ। ਤਿੰਨਾਂ ਦੇਸ਼ਾਂ ਦੇ ਹਾਲਾਤ ਦੇ ਮੁਤਾਬਕ ਮੈਂ ਢਾਂਚੇ ਅਤੇ ਜ਼ਰੂਰਤਾਂ ਵੱਖ ਵੱਖ ਵੇਖੀਆਂ। ਹਰ ਦੇਸ਼ ਦੇ ਸਾਧਨ ਅਤੇ ਸਮੱਸਿਆਵਾਂ ਵੱਖਰੀਆਂ ਹਨ, ਵਿਕਾਸ ਦੀ ਸਮਰੱਥਾ ਅਤੇ ਰਾਹ ਵੱਖਰੇ ਹਨ। ਇਹਨਾਂ ਦੇਸ਼ਾਂ ਦੀ ਇਰਦ ਗਿਰਦ ਵਿੱਚ ਥਾਂ ਅਤੇ ਸਥਿਤੀ ਵੱਖਰੀ ਹੈ। ਇੱਕ ਸਿਸਟਮ ਦੂਜੀ ਥਾਂ ਉਸੇ ਤਰ੍ਹਾਂ ਕਾਮਯਾਬੀ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਦੀ ਦੂਰਅੰਦੇਸ਼ੀ 'ਤੇ ਨਿਰਭਰ ਕਰਦਾ ਹੈ ਕਿ ਸਮਾਜਵਾਦ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ। ਸੋਵੀਅਤ ਯੂਨੀਅਨ ਤਾਂ ਟੁੱਟ ਗਈ ਜਦ ਸਿਆਸੀ ਆਗੂ ਵਿਸ਼ਵ ਪੱਧਰ 'ਤੇ ਆਪਣੀ ਸਮਰੱਥਾ ਤੋਂ ਬਾਹਰ ਹੋ ਕੇ ਖੰਭ ਖਿਲਾਰ ਬੈਠੇ। 60-70 ਸਾਲ ਦੇਸ਼ ਨੂੰ ਆਰਥਿਕ ਜਮੂਦ ਵਿੱਚ ਰੱਖ ਛੱਡਿਆ ਅਤੇ ਸੱਤਾ ਦਾ ਦਿਨੋਂ ਦਿਨ ਕੇਂਦਰੀਕਰਨ 'ਤੇ ਜਕੜ ਵੱਧਦੀ ਗਈ। ਕਿਊਬਾ ਦੇ ਸਮਾਜਵਾਦ ਦੀ ਪਰਖ ਦੇ ਦਿਨ ਆਉਣੇ ਹਨ ਜਿਸ ਦਿਨ ਫੀਦਲ ਕਾਸਤਰੋ ਸਟੇਜ ਛੱਡ ਗਿਆ। ਚੀਨ ਦੀ ਸਿਆਸੀ ਅਤੇ ਪ੍ਰਸ਼ਾਸਕ ਜਕੜ ਕਾਫੀ ਮਜ਼ਬੂਤ ਹੈ ਅਤੇ ਹਾਲੇ ਸਰਕਾਰ ਦੀ ਰੁਚੀ ਸੱਤਾ ਦਾ ਯੋਗ ਕਿਸੇ ਹੱਦ ਤੱਕ ਵੀ ਕਰ ਲੈਂਦੀ ਹੈ। ਇਸ ਕਰਕੇ ਸਮਾਜਵਾਦੀ ਸਰਕਾਰ ਹਾਲੇ ਮਜ਼ਬੂਤ ਪੈਰਾਂ 'ਤੇ ਖੜ੍ਹੀ ਹੈ। ਇਹਦੇ ਨਾਲ ਨਾਲ ਬਿਨਾਂ ਪ੍ਰਸ਼ਾਸਕੀ ਸਿਕੰਜਾ ਢਿੱਲਾਂ ਕੀਤਿਆਂ ਅਤੇ ਬਿਨਾਂ ਸਿਆਸੀ ਢਿੱਲ ਦਿੱਤਿਆਂ ਪੂੰਜੀਵਾਦ ਦੇ ਗੁਣ ਅਪਣਾਏ ਜਾ ਰਹੇ ਹਨ। ਵਿਦੇਸ਼ੀ ਅਤੇ ਸਥਾਨਕ ਚੀਨੀ ਸਨਅਤਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਹਰ ਮੁਮਕਿਨ ਸਹੂਲਤ ਦਿੱਤੀ ਜਾ ਰਹੀ ਹੈ। ਕੌਮਾਂਤਰੀ ਬਾਜ਼ਾਰ ਦੀਆਂ ਲੋੜਾਂ ਅਨੁਸਾਰ ਸਨਅਤੀ ਅਤੇ ਵਪਾਰਕ ਉਦਾਰੀਕਰਨ ਕੀਤਾ ਜਾ ਰਿਹਾ। ਇਸ ਦੇਸ਼ ਵਿੱਚ ਲੋਕਾਂ ਦੀਆਂ ਆਮ ਜ਼ਰੂਰਤਾਂ ਭਲੀ ਭਾਂਤ ਪੂਰੀਆਂ ਹੋ ਰਹੀਆਂ ਹਨ ਅਤੇ ਆਰਥਿਕ ਸਥਿਤੀ ਹੋਰ ਸੁਧਰਦੀ ਜਾ ਰਹੀ ਹੈ। ਪ੍ਰਗਤੀਵਾਦ ਦਾ ਸਹਾਰਾ ਲੈ ਕੇ ਸਮਾਜਵਾਦੀ ਢਾਂਚੇ ਨੂੰ ਅੰਤਰਰਾਸ਼ਟਰੀ ਅਰਥਚਾਰੇ ਦੇ ਚੌਕਟੇ ਦੇ ਅਨੁਕੂਲ ਕੀਤਾ ਜਾ ਰਿਹਾ ਹੈ। ਇਸ ਦੇਸ਼ 'ਚ ਕਾਫੀ ਆਸ ਰੱਖੀ ਜਾ ਸਕਦੀ ਹੈ ਕਿ ਆਖਰ ਸਮਾਜਵਾਦ ਅਤੇ ਪੂੰਜੀਵਾਦ ਦੇ ਅੱਛੇ ਪੱਖਾਂ ਦਾ ਸੁਮੇਲ ਪੈਦਾ ਕਰਕੇ ਇਹ ਸਿਸਟਮ ਆਪਣੀ ਕਿਸਮ ਦਾ ਇੱਕ ਮਜ਼ਬੂਤ ਸਿਸਟਮ ਬਣ ਕੇ ਸਾਹਮਣੇ ਆਵੇਗਾ। ਧੰਨਵਾਦ।